ਲਓ ਜੀ, ਇੱਕ ਵਾਰ ਫਿਰ ਤੋਂ ਅਸੀਂ ਹਾਜ਼ਰ ਜੇ ਆਪ ਜੀ ਦੇ ਨਾਲ, ਪ੍ਰੋਗਰਾਮ ਉਹੀ ਪ੍ਰਾਈਮ ਫੋਕਸ ਅਤੇ ਚੈਨਲ ਵੀ ਉਹੀ ਪ੍ਰਾਈਮ ਏਸ਼ੀਆ ਟੀ ਵੀ। ਖੈਰ ਹੁਣ ਤਾਂ ਹਰੇਕ ਬੰਦੇ ਦੇ ਬੁੱਲਾਂ 'ਤੇ ਨਾਂ ਇਹ ਹੁੰਦਾ ਹੀ ਆ। ਦੂਸਰੀ ਗੱਲ, ਮੈਂ ਬੇਨਤੀ ਕਰਾਂ ਕਿ ਅੱਜ ਸ਼ਾਇਦ ਉਹੀ ਗੱਲਾਂ ਸਾਨੂੰ ਵਾਰ ਵਾਰ ਕਰਨੀਆਂ ਪੈਣ ਜਿਹੜੀਆਂ ਬਹੁਤ ਸਾਲ ਪਹਿਲਾਂ ਤੋਂ ਕਰਦੇ ਆ ਰਹੇ ਹਾਂ, ਪਰ ਸ਼ਾਇਦ ਕੋਈ ਮੰਨਣ ਨੂੰ ਤਿਆਰ ਨਹੀਂ ਸੀ, ਪਰ ਹੁਣ ਮੰਨਣਾ ਪਏਗਾ। ਕੀ ਗੱਲ ਹੈ ਉਹ ਆਪਾਂ ਜ਼ਿਕਰ ਆਪ ਜੀ ਦੇ ਨਾਲ ਕਰਾਂਗੇ। ਇਸ ਤੋਂ ਇਲਾਵਾ ਜਿਹੜੀ ਚੀਜ਼ ਇਸ ਵਕਤ ਹਰਿਆਣੇ ਦੀ ਸਿਆਸਤ ਦੇ ਵਿੱਚ ਅੰਦਰ ਖਾਤੇ ਰਿੱਝ ਰਹੀ ਆ, ਉਸ ਚੀਜ਼ ਨੂੰ ਮਹਿਸੂਸ ਪੰਜਾਬ ਦੇ ਵਿੱਚ ਵੀ ਕੀਤਾ ਜਾ ਰਿਹਾ, ਅਤੇ ਸ਼੍ਰੋਮਣੀ ਅਕਾਲੀ ਦਲ ਵਾਲੇ ਪਾਸਿਓਂ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦੇ ਵੀ ਇੱਕ ਦੋ ਬਿਆਨ ਆਏ ਨੇ, ਜਿਹਦੇ ਤੋਂ ਅਲੱਗ ਇਹੀ ਗੱਲ ਰਹੀ ਹੈ ਕਿ ਵੀ ਜਿਹੜਾ ਉਹ ਗੱਠਜੁੜ ਵਾਲਾ ਕੰਮ ਸੀਗਾ, ਜੇ ਲੋੜ ਪਈ ਤਾਂ ਉਹਦੇ 'ਤੇ ਵੀ ਸੋਚਿਆ ਜਾ ਸਕਦਾ। ਕਿਉਂ ਮੈਂ ਜ਼ਿਕਰ ਕਰ ਰਿਹਾ ਵੀ ਆਪਾਂ ਆਪ ਜੀ ਦੇ ਨਾਲ ਜ਼ਿਕਰ ਕਰਾਂਗੇ। ਇਸ ਤੋਂ ਇਲਾਵਾ ਆਪਾਂ ਹਰਿਆਣੇ ਦੀ ਸਿਆਸਤ, ਹੁਣ ਜਿਵੇਂ ਜਿਵੇਂ ਵੋਟਾਂ ਨੇੜੇ ਨੇ, ਤਿਵੇਂ ਤਿਵੇਂ ਫਿਰ ਉਡਾਰੀ ਮਾਰਨ ਵਾਲਾ ਪ੍ਰੋਗਰਾਮ ਵੀ ਸ਼ੁਰੂ ਹੋ ਗਿਆ। ਦੂਸਰਾ, ਕੱਲ੍ਹ ਤਾਂ ਮੁਲਾਕਾਤ ਨਹੀਂ ਹੋਈ ਪਰ ਸ਼ਾਇਦ ਅੱਜ ਹੋ ਜਾਵੇ, ਅਤੇ ਨਵਜੋਤ ਸਿੰਘ ਸਿੱਧੂ ਵਾਲਾ ਮਸਲਾ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਨਾਲ ਅੱਜ ਹੱਲ ਹੋਣ ਦੀ ਆਸ ਤਾਂ ਹੈਗੀ ਆ, ਪਰ ਜਿਨ੍ਹਾਂ ਕੋਲੋਂ ਆਸ ਸੀਗੀ ਜਾਂ ਹੱਲ ਕਰਾਉਣ ਦੀ ਆਸ ਦੇ ਵਿੱਚ ਪਹੁੰਚੇ ਸੀਗੇ, ਉਹ ਬੰਦੇ ਨੇ ਪੱਕਾ ਕੁਰਸੀ ਨੂੰ ਲੱਤ ਮਾਰ ਦਿੱਤੀ ਹੈ। ਕਿਉਂ, ਇਹ ਵੀ ਜ਼ਿਕਰ ਕਰ ਦਿਆਂਗੇ। ਇਸ ਤੋਂ ਇਲਾਵਾ ਕੁਝ ਖਬਰਾਂ ਹੋਰ ਨੇ ਜਿਹੜੀਆਂ ਕਰਨੀਆਂ, ਅਤੇ ਨਾਲ ਆਪਣੇ ਨੇ ਪਰਮਵੀਰ ਸਿੰਘ ਬਾਠ ਸਾਹਿਬ ਜੀ। ਬਾਠ ਸਾਹਿਬ, ਸ਼ੁਕਰੀਆ ਜੀ, ਬਹੁਤ ਮਿਹਰਬਾਨੀ। ਹੋਰ ਬਾਠ ਸਾਹਿਬ, ਸਿਹਤ ਤਾਂ ਠੀਕ ਹੈ ਅੱਜ, ਕਿਉਂਕਿ ਰਾਤ ਦਾ ਥੋੜ੍ਹਾ ਜਿਹਾ ਮੀਂਹ ਪਿਆ। ਅੱਛਾ, ਹਨੇਰੀ ਹਨੂਰੀ ਚੱਲੀ ਹੈ, ਸਵੇਰੇ ਉੱਠੇ ਤਾਂ ਬੱਤੀ ਹੈ ਨਹੀਂ ਸੀ ਨਾ। ਬਿੰਡਾ ਹੁੰਦਾ ਨਾ ਇਹ ਬਿੰਡਾ, ਹਾਂਜੀ, ਉਹ ਕਹਿੰਦੇ ਮੀਂਹ ਮੰਗਦਾ ਜੀ, ਹੈ ਨਾ। ਇਹ ਕਿਤੇ ਤੁਹਾਡੇ ਨਾਲ ਮਤਲਬ ਕੋਈ ਤਾਰ ਤਾਂ ਨਹੀਂ ਜੁੜਦੀ, ਦੁਨੀਆਂ ਦਾ ਮੀਂਹ ਪਿਆ ਤੇ ਹੁਣ ਕੁਛ ਠੀਕ ਹੈ। ਵੈਸੇ ਤੁਸੀਂ ਬਿੰਡਾ ਕਹਿੰਦੇ ਹੋ, ਸਾਡੇ ਬੀਂਡਾ ਕਹਿੰਦੇ ਆ, ਕੁਛ ਮਰਜ਼ੀ ਕਹਿ। ਹਾਂਜੀ, ਥੋੜ੍ਹਾ ਜਿਹਾ ਫਰਕ ਆ। ਹਾਂ, ਅਤੇ ਪਰ ਸਵੇਰੇ ਜਦੋਂ ਮੈਂ ਉੱਠਿਆ, ਤੁਸੀਂ ਕਹਾਣੀ ਸੁਣ ਲਓ ਕੀ ਹੋਈ, ਕਿਉਂਕਿ ਆਮ ਤੌਰ 'ਤੇ ਹੁੰਦਾ ਕਿ ਸਵਿੱਚ ਆਪਾਂ ਹੁਣ ਯੂਜ਼ ਟੂ ਹੋ ਗਿਆ ਨਾ, ਰੋਜ਼ ਉੱਠ ਕੇ ਕਿ ਭਾਈ ਇੱਥੇ ਇੱਕ ਸਵਿੱਚ ਹੈਗਾ ਤਾਂ ਬੱਤੀ ਬਲ ਪੈਣੀ ਆ। ਪਰ ਅੱਜ ਫਿਰ ਦੀਵਾ ਲੱਭਿਆ, ਉਹ ਦੀਵਾ ਲੱਭਿਆ, ਤੇਲ ਹੈ ਨਾ, ਤੇਲ ਪਾਇਆ, ਬੱਤੀ ਹੈ ਨਾ, ਬੱਤੀ ਦੇਖਿਆ ਵਿਚੜ ਗਈ ਸੀ, ਤਾਂ ਫਿਰ ਉਹ ਤੱਕ ਹੱਥ ਹੁੱਥ ਸਾਰੇ ਕਾਲੇ ਹੋ ਗਏ ਸੀ, ਅੱਜ ਤਾਂ ਸੁੱਕਮਾਂਜ ਕਰਕੇ ਆਉਣਾ ਪਿਆ। ਪਤਾ ਹੀ ਗੱਲਬਾਤ ਸਰ, ਕਹਾਣੀ ਤੁਸੀਂ ਵਧੀਆ ਬਣਾਉਂਦੇ ਜੀ, ਪਰ ਜਿਹੜਾ ਇੱਕ ਉਹ ਪਹਿਲਾਂ ਬਹੁਤ ਪਹਿਲਾਂ ਸੀਰੀਅਲ ਨਹੀਂ ਆਉਂਦਾ, ਉਦੋਂ ਦੂਰਦਰਸ਼ਨ ਇਕੱਲਾ ਹੀ ਚੱਲਦਾ ਹੁੰਦਾ ਸੀ, ਤਹਿਕੀਕਾਤ ਜੀ। ਹੁਣ ਤਹਿਕੀਕਾਤ ਦੇ ਵਿੱਚ ਯੱਕੂ ਦਿਮਾਗ ਜਿਹੜਾ ਇੱਕ ਚੰਦਰਕਾਂਤ ਹੈ ਨਾ, ਯੱਕੂ ਹੈ ਨਾ, ਯੱਕੂ ਦਿਮਾਗ ਇਹ ਕਹਿੰਦਾ ਕਿ ਵੀ ਇੰਨੇ ਹਨੇਰੇ ਦੇ ਵਿੱਚ ਫਿਰ ਤੇਲ ਕਿੱਥੋਂ ਲੱਭ ਲਿਆ। ਨਹੀਂ, ਤੇਲ ਦਾ ਤਾਂ ਪਤਾ ਹੀ ਹੁੰਦਾ ਨਾ, ਕਿਉਂਕਿ ਚੁੱਲ੍ਹਾ ਬਾਲਣਾ ਹੁੰਦਾ ਤਾਂ ਚੁੱਲ੍ਹੇ 'ਚ ਪਾਥੀਆਂ ਪੂਥੀਆਂ ਦੇ ਉੱਤੇ ਤੇਲ ਪਾਉਣ ਨੂੰ ਮਾੜਾ ਮੋਟਾ ਤਾਂ ਰੱਖਿਆ ਹੀ ਹੁੰਦਾ ਸਰਦਾਰਾ। ਨਹੀਂ, ਅਤੇ ਫਿਰ ਉਹ ਤੇਲ ਬੰਦਾ ਹਨੇਰੇ 'ਚ ਠੇਡਾ ਲਾ ਕੇ ਡਿੱਗ ਵੀ ਸਕਦਾ। ਨਹੀਂ, ਡਿੱਗ ਵੀ ਸਕਦਾ ਉਹ ਤੇਲ ਦਾ। ਮੈਨੂੰ ਪਤਾ ਕਿਉਂ ਪਤਾ ਸੀ, ਕਿਉਂਕਿ ਜਦੋਂ ਮੈਨੂੰ ਪਤਾ ਸੀ ਕਿ ਸਰਦਾਰਾਂ ਦਾ ਵੱਡਾ ਘਰ ਹੈ, ਮੈਂ ਰਾਤੀ ਪ੍ਰਬੰਧ ਕਰਕੇ ਚਲਾ ਗਿਆ, 20 ਮਿੰਟ ਮੈਨੂੰ ਪਹਿਲਾਂ ਤੁਸੀਂ ਦਰ 'ਤੇ ਬਿਠਾ ਛੱਡਿਆ, ਮੈਂ ਇੰਨਾ ਕੁ ਬੋਤਲ ਜੀ ਲੈ ਕੇ ਗਿਆ ਸੀ, ਫੇਰ ਕਿਹਾ ਚੱਲ ਅਸੀਂ ਰੋਟੀ ਖਾ ਲਈ, ਹੁਣ ਤੇਲ ਦੇ ਦਿਓ ਥੋੜ੍ਹਾ ਜਿਹਾ। ਇਹ ਨਾ ਆਪਣੇ ਅਮਨ ਭਾਜੀ ਅਮਨ ਖਟਕਰ ਹੋਣ ਜੀ, ਜਿਹੜੇ ਈਰਾ ਦੀਆਂ ਉਦੋਂ ਉਹਨਾਂ ਨੇ ਫਿਲਮਾਂ ਬਣਾਈਆਂ ਸੀ ਨਾ, ਅੰਗਰੇਜ਼ ਗੋਰੇ ਨੂੰ ਦਫਾ ਕਰੋ, ਉਹ ਉਸ ਟਾਈਮ ਦੀਆਂ ਗੱਲਾਂ ਕਰਦੇ ਆ। ਹੁਣ ਤਾਂ ਹਰ ਬੰਦੇ ਦੇ ਘਰੇ ਜੇ ਹੋਰ ਕੁਝ ਹੋਵੇ ਨਾ ਹੋਵੇ, ਇੱਕ ਯੰਤਰ ਹਰੇਕ ਬੰਦੇ ਦੀ ਜੇਬ 'ਚ ਆ, ਮੋਬਾਈਲ ਫੋਨ ਜੀ, ਅਤੇ ਉਹਦੇ 'ਚ ਟਾਰਚ ਹੁੰਦੀ ਹੈ। ਆਪਾਂ ਹੁਣ ਗੱਲ ਕਰੀਏ, ਗੱਲ ਨਿਬੜ ਗਈ, ਨਿਬੜ ਗਈ, ਚਲੋ। ਇਹ ਬੰਦਾ ਨਹੀਂ ਹਟਦਾ ਜੀ, ਰੋਜ਼ ਕੱਲ੍ਹ ਸਟਰਾ ਤੋਂ ਘੇਰਿਆ ਸੀ, ਅੱਜ ਦੇਖ ਲਓ ਵੀ ਦੀਵੇ ਤੋਂ ਘੇਰ ਲਿਆ, ਚਲੋ ਕੀ ਕਰੀਏ ਹੁਣ। ਅੱਛਾ, ਗੱਲ ਇਹ ਆ ਸਾਹਿਬ ਜੀ, ਬਿਆਸ ਦਰਿਆ ਅਤੇ ਸਤਲੁਜ ਦਰਿਆ ਜਿੱਥੇ ਆ ਕੇ ਮਿਲਦੇ ਹਨ ਜੀ, ਲਗਭਗ ਉੱਥੇ ਜੇ ਆ ਕੇ ਦੋ ਹਲਕੇ ਮਿਲਦੇ ਆ, ਉਹਨਾਂ ਹਲਕਿਆਂ ਦੇ ਵਿਚਾਲੇ ਬਿਆਸ ਅਤੇ ਦਰਿਆ ਦਾ ਇਕੱਠਾ ਜਿਹੜਾ ਹਿੱਸਾ ਗਾ ਬੈੱਡ ਅੱਗੇ ਸੈਣੀ ਵਾਲੇ ਨੂੰ ਜਾਂਦਾ, ਉਹ ਪੈਂਦਾ। ਇੱਕ ਪਾਸੇ ਹਲਕਾ ਜ਼ੀਰਾ ਪੈ ਜਾਂਦਾ, ਅਤੇ ਦੂਜੇ ਪਾਸੇ ਹਲਕਾ ਕਿਹੜਾ ਪੈਂਦਾ ਭਲਾ? ਪੱਟੀ ਦਾ ਨਹੀਂ, ਪੱਟੀ। ਅੱਛਾ, ਹੁਣ ਪੱਟੀ ਅਤੇ ਜ਼ੀਰਾ ਜਿਹੜਾ, ਉਹਨਾਂ ਦੇ MLA ਸਾਹਿਬਾਨ ਜਿਹੜੇ ਨੇ ਔਖੇ ਨੇ, ਕਿਉਂਕਿ ਕਾਰਨ ਹੈ ਵੀ ਜ਼ਿਲ੍ਹਾ ਗਾਂ, ਪਰ ਇਹ ਤਰਨ ਤਾਰਨ ਪੈ ਜਾਂਦਾ, ਤਰਨ ਤਾਰਨ ਫਿਰ ਬਾਰਡਰ ਨਾਲ ਲੱਗਦਾ, ਅਤੇ ਰੌਲਾ ਬਾਰਡਰ ਦਾ ਵੀ ਨਸ਼ਾ ਉੱਧਰੋਂ ਆਉਂਦਾ। ਪਹਿਲਾਂ ਜ਼ੀਰਾ ਸਾਹਿਬ ਬੋਲੇ ਸੀ ਉਦੋਂ ਇੱਕ ਸਮਾਗਮ ਦੇ ਵਿੱਚ, ਅਤੇ ਹੁਣ ਕੱਲ੍ਹ ਹਰਮਿੰਦਰ ਗਿੱਲ ਹੋ ਰਹੇ, ਉਹ ਉਹਨਾਂ ਨੇ ਭੜਾਸ ਕੱਢੀ, ਉਹ ਕਹਿੰਦੇ ਵੀ ਕਿਹੜੀਆਂ ਗੱਲਾਂ ਕਰਦੇ ਹੋ, ਬੰਦਾ ਤੁਸੀਂ ਫੜਿਆ ਕੋਈ ਨਹੀਂ, ਤਸਕਰ ਕਿਸੇ ਵੱਡੇ ਨੂੰ ਹੱਥ ਨਹੀਂ ਪਾਇਆ, ਕੰਮ ਸਾਰਾ ਉੱਦਾਂ ਹੀ ਚੱਲੀ ਜਾਂਦਾ, ਜੇ ਕਿਸੇ ਨੂੰ ਕੋਈ ਕਹੋ ਪੁੱਛੋ ਤਾਂ ਲੋਕ ਮੂੰਹ ਮੂੰਹ ਗੱਲਾਂ ਕਰਦੇ ਵੀ ਭਾਈ ਸਾਹਿਬ ਚੱਲੀ ਦਾ ਉਹੀ ਕੁਝ ਜ਼ਿਆਦਾ, ਤੁਸੀਂ ਕਹਿੰਦੇ ਨਸ਼ਾ ਬੰਦ ਕਰ ਦਿਆਂਗੇ। ਵੱਡੇ ਵੱਡੇ ਮੰਤਰੀ ਸਾਹਿਬ ਵੀ ਉੱਥੇ ਬੈਠੇ ਸੀ, ਫਿਰ ਇੱਕ ਵਾਰ ਫਿਰ ਤੋਂ ਇਹ ਜਿਹੜੀ ਨਸ਼ੇ ਦੇ ਮਾਮਲੇ 'ਤੇ ਕਾਂਗਰਸ ਪਾਰਟੀ ਦੇ ਅੰਦਰੋਂ ਆਵਾਜ਼ ਉੱਠੀ, ਇਹਨੂੰ ਕਿਵੇਂ ਦੇਖਦੇ ਹੋ? ਦੇਖੋ ਸੰਧਾਲੀਆ ਸਾਹਿਬ, ਗੱਲ ਇਹ ਵੱਡੀ ਆ, ਪਿਛਲੇ ਦਿਨੀ ਕੁਝ ਟਵੀਟ ਹੋਏ ਸੀ, ਬੀਬੀ ਬਾਦਲ ਨੇ ਕੀਤਾ ਸੀ ਨਸ਼ਿਆਂ ਸੰਬੰਧੀ, ਇੱਧਰੋਂ ਸੁਖਜਿੰਦਰ ਸਿੰਘ ਰੰਧਾਵਾ ਕਹਿੰਦੇ ਐਵੇਂ ਬੀਬੀ ਜੀ ਰੌਲਾ ਪਾਈ ਜਾਂਦੇ ਹੋ, ਇੱਦਾਂ ਦੀ ਗੱਲ ਥੋੜ੍ਹੀ ਆ, ਨਸ਼ੇ ਬਹੁਤ ਕਾਬੂ 'ਚ ਆ ਹੁਣ। ਕਪਤਾਨ ਸਾਹਿਬ ਵੀ ਕਈ ਵਾਰੀ ਕਹਿ ਹਟਿਆ ਕਿ ਨਸ਼ੇ ਤਸਕਰਾਂ ਦਾ ਅਸੀਂ ਲੱਕ ਤੋੜਤਾ, ਮਾੜੇ ਮੋਟੇ ਮੈਡੀਕਲ ਨਸ਼ੇ ਵਿਕਦੇ ਦੇ, ਉਹ ਤੋਂ ਇਲਾਵਾ ਕੋਈ ਨਹੀਂ। ਕੱਲ੍ਹ ਇੱਕ ਦਿਨ ਮਨਾਉਣਾ ਸੀ ਨਸ਼ਾ ਵਿਰੋਧੀ ਦਿਨ, ਕਪਤਾਨ ਸਾਹਿਬ ਦੀ ਸਰਕਾਰ ਨੇ ਹੁਕਮ ਦਿੱਤਾ ਕਿ ਹਰ ਜ਼ਿਲ੍ਹਾ ਪੱਧਰ 'ਤੇ ਸਮਾਗਮ ਕਰੋ, ਹਰ ਵਿਧਾਨ ਸਭਾ ਹਲਕੇ 'ਚ ਸਮਾਗਮ ਕਰੋ, ਸਾਰੇ ਪੰਜਾਬ 'ਚ ਇੱਕ ਵਾਰੀ ਸਮਾਗਮ ਕਰੋ, ਲੋਕਾਂ ਦੇ ਮਨ ਦੇ ਵਿੱਚ ਇਹ ਗੱਲ ਘਰ ਘਰ ਜਾਵੇ ਕਿ ਕੈਪਟਨ ਸਾਹਿਬ ਦੀ ਸਰਕਾਰ ਜਿਹੜੀ ਆ ਨਸ਼ਿਆਂ ਦੇ ਖਿਲਾਫ ਬੜੀ ਸਖਤ ਹੈ। ਨਹੀਂ, ਪਰ ਇਹ ਕਿੰਨੇ ਸਲਾਹ ਦਿੱਤੀ, ਕਿਹੜੇ ਅਫਸਰ ਨੇ ਦਿੱਤੀ ਉਹ ਸਲਾਹ? ਬਥੇਰੇ
ਖਾਣ ਪੀਣ ਦਾ ਪ੍ਰਬੰਧ ਆ ਗਿਆ, ਟੈਂਟ ਵਾਲੇ ਨੂੰ ਟੈਂਟ ਦੇ ਪੈਸੇ, ਕੁਰਸੀਆਂ ਦੇ ਪੈਸੇ ਮਿਲ ਗਏ, ਜਿਹੜੇ ਵਿਚਾਰੇ ਥੱਲੇ ਵਾਲੇ ਲੀਡਰ ਉਹਨੂੰ ਕਹਿ ਦਿਓ ਵੀ ਬੰਦੇ ਲੈ ਕੇ ਪਹੁੰਚਣਾ, ਨਹੀਂ ਤਾਂ ਬੰਦੇ ਦੇ ਪੁੱਤ ਬਣਾ ਦਿਆਂਗੇ, ਉਹਨਾਂ ਵਿਚਾਰਿਆਂ ਦੀ ਆਪਣੀ ਫਿਕਰ, ਅਤੇ ਬੰਦੇ ਜਿਹੜੇ ਪਚਾਏ ਹੋਣਗੇ ਉਹ ਵੀ ਤਾਂ ਤੁਹਾਨੂੰ ਪਤਾ ਵੀ ਕਿਵੇਂ ਉੱਥੇ ਗਏ ਹੋਣਗੇ, ਹੈ ਨਾ, ਉਹ ਤਾਂ ਉਹਨਾਂ ਦੀਆਂ ਜੇਬਾਂ ਜਾਣਦੀਆਂ ਹੋਣੀਆਂ, ਅਤੇ ਫਿਰ ਇਹਦੇ ਨਾਲ ਨਸ਼ੇ ਬੰਦ ਕਿਵੇਂ ਹੋ ਜਾਣਗੇ ਮੈਨੂੰ ਦੱਸੋ? ਇਹ ਕਪਤਾਨ ਸਾਹਿਬ ਦੱਸਣਗੇ ਆਉਣ ਵਾਲੇ ਦਿਨਾਂ 'ਚ, ਜਦੋਂ ਪੱਤਰਕਾਰਾਂ ਨੇ ਹੁਣ ਸਵਾਲ ਪੁੱਛਣੇ ਆ। ਮੈਂ ਤਾਂ ਹੀ ਤਾਂ ਮੈਂ ਪੁੱਛ ਲਿਆ, ਮੈਂ ਕਿਹਾ ਸ਼ਾਇਦ ਹੁਣ ਤੋਂ ਹੀ ਉਹ ਜਵਾਬ ਤਾਂ ਘੜ ਲੈਣ ਨਾ ਆਪਣਾ। ਦੇਖੋ ਇੱਕ ਕਹਿਣ ਨੂੰ ਕੁਝ ਹੋਣਾ ਚਾਹੀਦਾ ਨਾ, ਕਈ ਵਾਰੀ ਹੁੰਦਾ ਘਰ ਦੇ ਵਿੱਚ ਕੋਈ ਕਹਿੰਦਾ ਜੀ ਹੜ ਆ ਗਿਆ ਤੇ ਕੱਟੀ ਰੁੜ ਗਈ, ਕੱਟੀ ਰੁੜ ਗਈ, ਕੱਟੀ ਨਹੀਂ ਬਚਾਈ, ਉਹ ਮੈਂ ਤਾਂ ਮੇਰੇ ਵਰਗਾ ਕਿ ਮੈਂ ਤਾਂ ਰੱਸਾ ਬਥੇਰਾ ਖਿੱਚਿਆ ਉਹਦਾ, ਉਹ ਮੈਂ ਤਾਂ ਐਂ ਵੀ ਕੀਤੀ, ਮੈਂ ਤਾਂ ਫਾੜੀ ਲਈ ਸੀ ਪਰ ਰੁੜ ਗਈ। ਹੁਣ ਇੱਥੇ ਬੰਦਾ ਵੀ ਤਾਂ ਮੈਂ ਫਿਰ ਰੱਸਾ ਘੁੱਟ ਕੇ ਫੜ ਛੱਡਿਆ, ਉਹ ਰੱਸੇ 'ਚੋਂ ਗਾਲੀ ਨਿਕਲ ਗਿਆ ਕੱਟੀ ਦਾ, ਮੁੜ ਕੇ ਰੱਸਾ ਇਕੱਲਾ ਹੀ ਰਹਿ ਗਿਆ। ਹੁਣ ਦੇਖੋ ਫਾਈਲਾਂ ਦੇ ਵਿੱਚ ਤਾਂ ਹੋ ਗਿਆ ਨਾ, ਕੱਲ੍ਹ ਨੂੰ ਕੋਈ ਅਦਾਲਤ ਪੁੱਛੇ, ਕੱਲ੍ਹ ਨੂੰ ਕੇਂਦਰ ਸਰਕਾਰ ਪੁੱਛੇ, ਕੱਲ੍ਹ ਨੂੰ ਕੋਈ ਅੰਤਰਰਾਸ਼ਟਰੀ ਜਥੇਬੰਦੀ ਪੁੱਛੇ ਕਿ ਤੁਸੀਂ ਕੀਤਾ ਕੀ, ਅਗਲੇ ਕਹਿਣਗੇ ਇੱਕੋ ਦਿਨ 'ਚ 117 ਸਮਾਗਮ ਕੀਤੇ ਆ, ਇਹਦੇ ਤੋਂ ਘੱਟ ਕੀ ਹੋ ਸਕਦਾ, ਇਹਦੇ ਤੋਂ ਵੱਧ ਕੀ ਹੋ ਸਕਦਾ। ਹੁਣ ਹੋਇਆ ਕੀ, ਤਰਨ ਤਾਰਨ ਦੇ ਵਿੱਚ ਜਿਹੜਾ ਸਮਾਗਮ ਹੋਇਆ, ਹਜ਼ਾਰਾਂ ਦੀ ਗਿਣਤੀ 'ਚ ਲੋਕ ਬੈਠੇ ਆ, ਇਨਡੋਰ ਸਟੇਡੀਅਮ ਦੇ ਵਿੱਚ ਪ੍ਰੋਗਰਾਮ ਸੀ, ਮੂਹਰੇ ਸਟੇਜ ਲੱਗੀ ਆ, ਅਤੇ ਜਿਹੜੀ ਵਿਚਕਾਰਲੀ ਕੁਰਸੀ 'ਤੇ ਸਾਡੇ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਮੋਹਾਲੀ ਵਾਲੇ, ਉਹਨਾਂ ਦੇ ਨਾਲ ਖੱਬੇ ਪਾਸੇ ਵਾਲੀ ਕੁਰਸੀ ਦੇ ਉੱਤੇ ਪੱਟੀ ਦੇ ਹਰਮਿੰਦਰ ਸਿੰਘ ਗਿੱਲ MLA ਸਾਹਿਬ। ਸਟੇਜ ਦੇ ਉੱਤੋਂ ਐਲਾਨ ਹੁੰਦਾ ਕਿ ਹੁਣ ਇਸ ਇਲਾਕੇ ਦੇ ਬਹੁਤ ਵੱਡੇ ਕਾਂਗਰਸੀ ਆਗੂ ਬੇਬਾਕ ਬਿਆਨੀ ਦੇ ਕਰਕੇ ਜਾਣੇ ਜਾਂਦੇ ਆ, ਹਰਮਿੰਦਰ ਸਿੰਘ ਗਿੱਲ ਉਹ ਤੁਹਾਡੇ ਨਾਲ ਸ਼ਬਦਾਂ ਦੀ ਸਾਂਝ ਪਾਉਣਗੇ। ਹਰਮਿੰਦਰ ਸਿੰਘ ਗਿੱਲ ਸਾਹਿਬ ਨੇ ਨਜ਼ਰਾਂ ਬਣਾਈਆਂ ਸਿੱਧੂ ਸਾਹਿਬ ਦੇ ਨਾਲ, ਜਾ ਕੇ ਕਹਿੰਦੇ ਪਹਿਲੀ ਗੱਲ ਜਿਹੜੇ ਅਧਿਕਾਰੀਆਂ ਨੇ ਇੱਥੇ ਪ੍ਰਬੰਧ ਕੀਤਾ ਤੁਸੀਂ ਹੁਣ ਬੰਦੇ ਬਣ ਜਾਓ। ਉਹ ਕਹਿੰਦੇ ਇੰਨੀ ਗਰਮੀ ਆ, ਇੰਨੇ ਲੋਕ ਇਕੱਠੇ ਹੋਏ ਆ, ਪਾਣੀ ਦਾ ਤੁਹਾਡੇ ਕੋਲੋਂ ਪ੍ਰਬੰਧ ਨਹੀਂ ਹੋਇਆ, ਮੁੜ ਕੇ ਜੇ ਇੱਥੇ ਗਰਮੀ 'ਚ ਪ੍ਰੋਗਰਾਮ ਰੱਖਿਆ ਫਿਰ ਵੇਖਿਓ, ਤੁਸੀਂ ਲੋਕਾਂ ਦਾ ਕੋਈ ਖਿਆਲ ਨਹੀਂ ਰੱਖ ਸਕਦੇ। ਆਵਾਜ਼ ਕਹਿੰਦੇ ਸਾਡੀ ਕਿਸੇ ਨੂੰ ਸੁਣਦੀ ਨਹੀਂ, ਇੰਡੋਰ ਸਟੇਡੀਅਮ 'ਚ ਬੜੀਆਂ ਸਮੱਸਿਆਵਾਂ ਆਉਂਦੀਆਂ। ਉਹਦੇ ਤੋਂ ਬਾਅਦ ਫਿਰ ਜਿਹੜੀ ਉਹਨਾਂ ਨੇ ਥਰੈਸ਼ਰ 'ਚ ਮਸ਼ੀਨ ਚਲਾਈ ਨਾ, ਉਹਦੇ ਨਾਲ ਕੈਪਟਨ ਸਾਹਿਬ ਦੀ ਸਰਕਾਰ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਆਪਣੇ ਬੁੱਲਾਂ ਦੇ ਉੱਤੇ ਸਿਕਰੀ ਆਪ ਮੁਹਾਰੇ ਮਹਿਸੂਸ ਹੋਊ। ਸਭ ਤੋਂ ਪਹਿਲਾਂ ਸੁਰਜੀਤ ਧਿਮਾਨ ਬੋਲੇ ਸੀ, ਉਹਦੇ ਤੋਂ ਬਾਅਦ ਕੁਲਬੀਰ ਸਿੰਘ ਜ਼ੀਰਾ ਬੋਲੇ ਸੀ, ਜਿਹਦੇ ਕਰਕੇ ਉਹਨਾਂ ਨੂੰ ਸਸਪੈਂਡ ਤੱਕ ਕਰਤਾ ਗਿਆ ਸੀ। ਉਦੋਂ ਮਨਪ੍ਰੀਤ ਬਾਦਲ ਵਿਚਕਾਰਲੀ ਕੁਰਸੀ 'ਤੇ ਬੈਠੇ ਸੀ, ਪੰਚਾਂ ਸਰਪੰਚਾਂ ਨੂੰ ਸਹੁੰ ਚੁਕਾਉਂਦੇ ਫਿਰੋਜ਼ਪੁਰ ਦੀਆਂ ਗੱਲਾਂ। ਅਤੇ ਹੁਣ ਹਰਮਿੰਦਰ ਸਿੰਘ ਗਿੱਲ ਜਿਹੜੇ ਪੱਟੀ ਤੋਂ ਵਿਧਾਇਕ ਨੇ, ਉਹ ਗਿੱਲ ਸਾਹਿਬ ਕਹਿੰਦੇ ਕਿ ਪਹਿਲੀ ਗੱਲ ਸਮਾਗਮ ਕਰਦੇ ਹੋ ਬਹੁਤ ਚੰਗਾ, ਮੇਰੀ ਆਪਦੀ ਸਰਕਾਰ ਹੈ, ਮੈਂ ਤੁਹਾਡੀ ਸਰਕਾਰ ਦਾ ਅੰਗ ਹਾਂ, ਪਰ ਕਹਿੰਦੇ ਹੁਣ ਤੱਕ ਮੈਨੂੰ ਦੱਸੋ ਜਿਹਦੇ ਕੋਲੋਂ 5 ਗ੍ਰਾਮ ਚਿੱਟਾ ਫੜ ਹੁੰਦਾ ਉਹਨੂੰ ਸਜ਼ਾ ਮਿਲ ਜਾਂਦੀ ਹੈ, ਜਿਹਦੇ ਕੋਲੋਂ 1.5 ਕਿਲੋ ਚਿੱਟਾ ਫੜ ਹੁੰਦਾ ਉਹ ਬਰੀ ਹੋ ਜਾਂਦਾ। ਉਹਨਾਂ ਨੇ ਦੋ ਨੁਕਤੇ ਗਿਣਾਏ, ਕਹਿੰਦੇ ਪਹਿਲੀ ਗੱਲ ਜਿਹੜੀਆਂ ਲੈਬੋਰਟਰੀਜ਼ ਨੇ ਜਿੱਥੋਂ ਫੜੇ ਹੋਏ ਨਸ਼ੇ ਦਾ ਨਮੂਨਾ ਜਾ ਕੇ ਟੈਸਟ ਹੁੰਦਾ, ਉਹਦੇ ਵਿੱਚ ਕੰਮ ਕਰਦੇ ਅਧਿਕਾਰੀ ਅਤੇ ਕਰਮਚਾਰੀਆਂ ਦੇ ਘਰੇ ਜਾਓ, ਵੇਖੋ ਕਿ ਉਹਨਾਂ ਦੀ ਪ੍ਰੋਪਰਟੀ ਕਿੰਨੀ ਹੈ, ਵੇਖੋ ਕਿ ਉਹਨਾਂ ਦੇ ਘਰ 'ਚ ਫਰਨੀਚਰ ਕਿਹੜਾ ਹੈ, ਵੇਖੋ ਕਿ ਵਿਦੇਸ਼ਾਂ ਦੇ ਟੂਰ ਕਿੰਨੇ ਲਾਏ ਆ, ਵੇਖੋ ਕਿ ਬੂਟ ਕਿਹੜੇ ਬ੍ਰਾਂਡ ਦੇ ਪਾਉਂਦੇ ਆ, ਵੇਖੋ ਕਿ ਕੱਪੜੇ ਕਿਹੜੇ ਬ੍ਰਾਂਡ ਦੇ ਪਾਉਂਦੇ ਆ, ਵੇਖੋ ਕਿ ਉਹਨਾਂ ਕੋਲ ਕਾਰਾਂ ਗੱਡੀਆਂ ਕਿੰਨੀਆਂ, ਪਲਾਟ ਕਿੰਨੇ, ਕਿਉਂਕਿ ਉਹ ਕਹਿੰਦੇ ਕਿ ਜਦੋਂ ਨਸ਼ਾ ਫੜਿਆ ਜਾਂਦਾ ਪ੍ਰੈਸ ਕਾਨਫਰੰਸ ਵੀ ਵੱਡੀ ਹੁੰਦੀ ਹੈ, ਪਤਾ ਵੀ ਹੁੰਦਾ ਕਿ ਸਭ ਕੁਝ ਠੀਕ ਹੈ, ਅਤੇ ਨਮੂਨਾ ਉੱਥੇ ਜਾ ਕੇ ਗਲਤ ਕਿਵੇਂ ਹੋ ਜਾਂਦਾ। ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਨੁਕਤਾ ਜਿਹਦੇ ਵੱਲ ਕਦੇ ਕਿਸੇ ਨੇ ਧਿਆਨ ਹੀ ਨਹੀਂ ਦਿੱਤਾ। ਨਹੀਂ ਨਹੀਂ ਧਿਆਨ ਸਾਰਿਆਂ ਦਾ ਉਹ ਚੁੱਕਿਆ ਉਹਨਾਂ ਨੇ ਹੁਣਿਆ ਨਹੀਂ ਧਿਆਨ ਆ, ਤਾਂ ਅੱਜ ਤੱਕ ਇਨਕੁਆਇਰੀ ਤਾਂ ਨਹੀਂ ਹੋਈ ਉੱਤੇ। ਕਮਾਲ ਕਰਦੇ ਆ ਵਾਟਸਐਪ, ਫਿਰ ਉਹ ਗੱਲਾਂ ਉੱਧਰ ਨਹੀਂ ਜਾਣਾ, ਉੱਧਰ ਨਹੀਂ ਜਾਣਾ, ਹਰਮਿੰਦਰ ਗਿੱਲ ਹੋਰਾਂ ਦੇ। ਚਲੋ ਗਿੱਲ ਸਾਹਿਬ ਜਿਹੜੇ ਆ ਉਹਨਾਂ ਨੇ ਅਗਲੀ ਗੱਲ ਕੀਤੀ, ਕਹਿੰਦੇ ਮੈਂ ਵਕੀਲ ਸਾਹਿਬ ਜਿਹੜੇ ਪੰਜਾਬ ਦੇ ਉਹਨਾਂ ਨੂੰ ਵੀ ਬੇਨਤੀ ਕਰਦਾ ਕਿ ਤੁਹਾਨੂੰ ਪਤਾ ਕਿ ਭਾਰਤ ਦਾ ਕਾਨੂੰਨ ਕਹਿੰਦਾ, ਤੁਹਾਨੂੰ ਪਤਾ ਕਿ ਚੋਰ ਮੋਰੀ ਕਿੱਥੇ ਆ, ਮਘੋਰਾ ਕਿੱਥੇ ਆ, ਅਤੇ ਜਦੋਂ ਕੋਈ ਬੰਦਾ ਨਸ਼ੇ ਵੇਚਦਾ ਫੜਿਆ ਜਾਂਦਾ ਅਤੇ ਤੁਹਾਡੇ ਕੋਲ ਆਉਂਦਾ, ਵਕਾਲਤ ਦੇ 4 ਰੁਪਈਆਂ ਦੇ ਲਈ ਉਹਨਾਂ ਨੂੰ ਕਾਨੂੰਨ ਦੀਆਂ ਚੋਰ ਮੋਰੀਆਂ ਨਾ ਦੱਸੋ, ਇਹ ਸਾਡੇ ਸਮਾਜ ਦੇ ਲਈ ਕੋਡ ਨੇ। ਅਤੇ ਅਗਲੀ ਗੱਲ ਉਹ ਕਹਿੰਦੇ ਕਿ ਜਿਹੜੇ ਵੱਡੇ ਤਸਕਰ ਆ ਉਹਨਾਂ ਦੇ ਕਾਲਰ ਨੂੰ ਅਜੇ ਤੱਕ ਹੱਥ ਪਿਆ ਹੀ ਨਹੀਂ, ਉਹ ਤਾਂ ਰਲੀ ਮਿਲੀ ਭੁਗਤ ਕਰੀ ਜਾਂਦੇ ਆ, ਉਹਨਾਂ ਦੇ ਤਾਂ ਉੱਪਰ ਥੱਲੇ ਕਿਤੇ ਹੱਥ ਮਿਲਦੇ ਆ, ਇਸ ਕਰਕੇ ਪੁਲਿਸ ਉਹਨਾਂ ਤੱਕ ਬਿਲਕੁਲ ਨਹੀਂ ਪਹੁੰਚ ਸਕੀ। ਅਤੇ ਨਾਲ ਦੀ ਨਾਲ ਉਹਨਾਂ ਨੇ ਦਾਅਵਾ ਕਰ ਦਿੱਤਾ, ਕਹਿੰਦੇ ਬੇਰੁਜ਼ਗਾਰੀ ਜਦੋਂ ਤੱਕ ਦੂਰ ਨਹੀਂ ਨਾ ਹੁੰਦੀ, ਸਰਕਾਰ ਭਾਵੇਂ ਮੇਰੀ ਆਪਣੀ ਹੈ, ਕੋਈ ਬੰਦਾ ਮੇਰੇ ਨਾਲ ਗੁੱਸੇ ਵੀ ਹੋ ਸਕਦਾ, ਪਰ ਬੇਰੁਜ਼ਗਾਰੀ ਨੂੰ ਦੂਰ ਕੀਤੇ ਬਿਨਾਂ ਤੁਸੀਂ ਨਸ਼ਾ ਦੂਰ ਨਹੀਂ ਕਰ ਸਕਦੇ। ਕਹਿੰਦੇ 10,000 ਮੁੰਡਿਆਂ ਨੂੰ ਤਰਨ ਤਾਰਨ ਜ਼ਿਲ੍ਹੇ ਦੇ ਵਿੱਚ ਕੰਮ ਦਿਓ, ਮੈਂ ਤੁਹਾਡੇ ਨਾਲ ਦਾਅਵਾ ਕਰਦਾ ਕਿ ਇੱਥੇ ਕੋਈ ਨਸ਼ਾ ਖਾਣ ਵਾਲਾ ਬਚੂਗਾ ਹੀ ਨਹੀਂ, ਤੁਸੀਂ 10,000 ਨੂੰ ਹੀ ਕੰਮ ਦੇ ਦਿਓ। ਹੁਣ ਹਰਮਿੰਦਰ ਸਿੰਘ ਗਿੱਲ ਇਹ ਸਾਰੀਆਂ ਗੱਲਾਂ ਜਦੋਂ ਕਹਿੰਦੇ ਆ, ਪੰਜਾਬ ਦੇ ਲੋਕ ਉਹਨਾਂ ਨੂੰ ਸੀਰੀਅਸ ਕਿਉਂ ਲੈਣਗੇ, ਉਹਦੇ ਦੋ ਕਾਰਨ ਨੇ। ਪਹਿਲਾਂ ਹਰਮਿੰਦਰ ਸਿੰਘ ਗਿੱਲ ਪੰਥਕ ਸਫਾਂ 'ਚ ਹੁੰਦੇ ਸੀ, ਅਕਾਲੀ ਦਲ 'ਚ ਹੁੰਦੇ ਸੀ, ਕਪਤਾਨ ਸਾਹਿਬ ਉਹਨਾਂ ਨੂੰ ਕਾਂਗਰਸ 'ਚ ਲੈ ਕੇ ਆਏ, 2012 ਦੇ ਵਿੱਚ ਪੱਟੀ ਤੋਂ ਟਿਕਟ ਦਿੱਤੀ, ਬਾਦਲ ਪਰਿਵਾਰ ਦੇ ਰਿਸ਼ਤੇਦਾਰ ਆਦੇਸ਼ ਪ੍ਰਤਾਪ ਕੈਰੋਂ ਦੇ ਖਿਲਾਫ ਚੋਣ ਲੜੀ, ਹਾਰ ਗਏ। ਕੈਪਟਨ ਸਾਹਿਬ ਨੇ ਫਿਰ ਵੀ ਉਹਨਾਂ ਦੇ ਨਾਲ ਆਪਣਾ ਸਨੇਹ ਰੱਖਿਆ, ਉਹਨਾਂ ਨੂੰ ਫਿਰ ਜਾ ਕੇ 2014 ਦੇ ਵਿੱਚ ਲੋਕ ਸਭਾ ਦੀ ਚੋਣ ਖਡੂਰ ਸਾਹਿਬ ਤੋਂ ਲੜਾਈ, ਲੱਖ ਵੋਟ ਦੇ ਫਰਕ ਦੇ ਨਾਲ ਬ੍ਰਹਮਪੁਰਾ ਸਾਹਿਬ ਤੋਂ ਹਰੇ। ਅਤੇ ਜਦੋਂ ਤੀਸਰੀ ਵਾਰੀ ਪੱਟੀ ਤੋਂ 2017 'ਚ
ਤੇ ਆ ਕੇ ਲੋਕਾਂ ਨੂੰ ਕਹਿੰਦੇ ਆ ਕਿ ਮੈਂ ਗੁਰੂ ਨਾਲ ਵਾਅਦਾ ਕਰਿਆ ਆ, ਹਾਰਾਂ ਜਿੱਤਾਂ ਵੋਟਾਂ ਥੋੜ੍ਹੀਆਂ ਪੈਣ ਬਹੁਤੀਆਂ ਪੈਣ, ਮੈਂ ਨਸ਼ਾ ਨਹੀਂ ਵੰਡਣਾ। ਹੁਣ ਵੰਡਿਆ ਜਾਂਦਾ ਕਿ ਨਹੀਂ ਵੰਡਿਆ ਜਾਂਦਾ, ਹਲਕੇ ਦੇ ਲੋਕ ਜਾਣਦੇ ਹੋਣਗੇ, ਉਹਨਾਂ ਦੇ ਸਮਰਥਕ ਜਾਣਦੇ ਹੋਣਗੇ, ਵਿਰੋਧੀ ਜਾਣਦੇ ਹੋਣਗੇ, ਪਰ ਜਦੋਂ ਕੋਈ ਬੰਦਾ ਨਸ਼ਿਆਂ ਦੇ ਖਿਲਾਫ ਇਦਾਂ ਦੀ ਗੱਲਬਾਤ ਕਰਕੇ ਦਾਅਵਾ ਕਰਕੇ ਚੋਣ ਲੜਦਾ ਤੇ ਜਿੱਤਦਾ ਤੇ ਇਹਦੇ ਬਾਵਜੂਦ ਵੀ ਉਹਦੀ ਸਰਕਾਰ ਦੇ ਵਿੱਚ ਨਸ਼ਾ ਵਿਕਦਾ ਰਹੇ, ਤਾਂ ਫਿਰ ਉਹਦੀਆਂ ਇੰਨੀਆਂ ਕੁ ਗੱਲਾਂ ਕਹਿਣੀਆਂ ਤਾਂ ਕਿਤੇ ਨਾ ਕਿਤੇ ਵਾਜਬ ਹੀ ਲੱਗਦੀਆਂ। ਪਰ ਵੈਸੇ ਇਹ ਗੱਲ ਆ ਬਾਟ ਸਾਹਿਬ, ਇਹ ਇੱਕ ਘਟਨਾ ਨਹੀਂ ਹੋਈ, ਕੱਲ੍ਹ ਦੇ ਦਿਨ ਦੇ ਵਿੱਚ ਇੱਕ ਹੋਰ ਘਟਨਾ ਵੀ ਹੋਈ ਹੈ। ਉਹਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਹੋਰਾਂ ਵੱਲੋਂ ਇੱਕ ਆਰਡਰ ਜਾਂਦਾ, ਹੁਣ ਪਤਾ ਨਹੀਂ ਉਹ ਉਸ ਚੀਜ਼ ਦੀ ਪ੍ਰਤੀਕਿਰਿਆ ਜਾਂ ਕਿੱਦਾਂ ਕਿੱਦਾਂ ਨਹੀਂ, ਆਰਡਰ ਇਹ ਜਾਂਦਾ ਕਿ ਜਿਹੜੇ ਬੰਦੇ ਰੈਗੂਲਰ ਇਹ ਕੰਮ ਕਰਦੇ ਨੇ, ਲਾਈਕ ਹੁੰਦਾ ਨਾ ਬੰਦੇ ਨੂੰ ਆਦਤ ਪੈ ਜਾਂਦੀ ਵੀ ਅੱਛਾ ਯਾਰ ਕੋਈ ਗੱਲ ਨਹੀਂ, ਆਹ ਥਾਣਾ ਉੱਥੇ ਥਾਣੇ 'ਚ ਮੁਨਸ਼ੀ ਨੇ ਆਹ ਕੁਛ ਲਿਖਾਉਣਾ, ਫਿਰ ਵਕੀਲ ਨੇ ਆਹ ਕਾਗਜ਼ ਦੇਣੇ ਆ, ਅਤੇ ਉਸ ਤੋਂ ਬਾਅਦ ਇੱਦਾਂ ਆਪਾਂ ਬਾਹਰ ਆ ਜਾਣਾ, ਆਣ ਕੇ ਫਿਰ ਉਹੀ ਕੰਮ ਕਰਨਾ, ਫਿਰ ਉਹਨਾਂ 'ਚ ਉਹਨੂੰ ਫਿਰ ਫੜੇ ਜਾਣਾ, ਫਿਰ ਥਾਣਾ, ਫਿਰ ਮੁਨਸ਼ੀ, ਫਿਰ ਵਕੀਲ, ਫਿਰ ਕਾਗਜ਼, ਫਿਰ ਆਪਾਂ ਬਾਹਰ, ਹੈ ਨਾ। ਮਤਲਬ ਜਿਹੜਾ ਬੰਦਾ ਨਹੀਂ ਟੜ ਰਿਹਾ, ਹੁਣ ਇੱਦਾਂ ਦੇ ਕੋਈ 200 ਦੇ ਕਰੀਬ ਬੰਦੇ ਕਹਿੰਦੇ ਉਹਨੇ ਪਛਾਣੇ ਨੇ, ਅਤੇ ਉਹਨਾਂ ਦੇ ਬਾਰੇ ਕੈਪਟਨ ਸਾਹਿਬ ਨੇ ਇਹ ਕਹਿਤਾ ਵੀ ਇਹਤਿਆਤਨ ਉਹਨਾਂ ਨੂੰ ਚੱਕ ਕੇ ਜੇਲ੍ਹ ਸਿੱਟ ਦਿੱਤਾ ਜਾਵੇ। ਪਲੱਸ ਉਹਨਾਂ ਨੇ ਅਫਸਰਾਂ ਦੇ ਬਾਰੇ ਵੀ ਕਿਹਾ, ਮੁਲਾਜ਼ਮਾਂ ਬਾਰੇ ਵੀ ਕਿਹਾ ਵੀ ਜਿਹੜਾ ਬੰਦਾ ਤੁਹਾਨੂੰ ਜਾਪਦਾ ਵੀ ਮਾੜਾ ਮੋਟ ਵੀ ਇਸ ਚੀਜ਼ ਦੇ ਵਿੱਚ ਹੈਗਾ, ਪਤਾ ਕਰ ਲਓ, ਅਤੇ ਜੇ ਜਾਪਦਾ ਵੀ ਕਨਫਰਮ ਆ, ਅਤੇ ਫਿਰ ਚੱਕ ਕੇ ਸਸਪੈਂਸ਼ਨ ਜਾਂ ਫਿਰ ਬਾਹਰ, ਅਤੇ ਜਿਹੜਾ ਦੂਸਰਾ ਬੰਦਾ ਉਹ ਅੰਦਰ। ਹੁਣ ਇਹ ਕੱਲ੍ਹ ਕੱਲ੍ਹ ਦੀ ਘਟਨਾ, ਮਤਲਬ ਇਹ ਇਸ ਪਾਸੇ ਨੂੰ ਤੁਰੇ ਲੱਗਦੇ ਆ ਜਾਂ ਫਿਰ ਉਸ ਰੌਲੇ ਰੱਪੇ ਤੋਂ ਬਾਅਦ ਜਾਂ ਫਿਰ ਅੱਖਾਂ ਹੀ ਹੁਣ ਖੁੱਲੀਆਂ। ਦੇਖੋ, ਲੋਕ ਸਭਾ ਦੀ ਚੋਣ ਤੋਂ ਬਾਅਦ ਦਾ ਅਸਰ ਹੈ ਇਹ। ਜਦੋਂ ਲੋਕ ਸਭਾ ਦੀਆਂ ਚੋਣਾਂ ਦਾ ਪ੍ਰਚਾਰ ਚੱਲਦਾ ਸੀ, ਕਾਂਗਰਸ ਪਾਰਟੀ ਦੇ ਲੀਡਰ ਪਿੰਡਾਂ ਦੇ ਵਿੱਚ ਜਾਂਦੇ ਸੀ ਤਾਂ ਵਿਰਲੇ ਟਾਵੇਂ ਪਿੰਡਾਂ ਦੇ ਵਿੱਚੋਂ ਗੱਲ ਇਹ ਆਉਂਦੀ ਸੀ ਕਿ ਨਸ਼ਾ ਤਾਂ ਵਿਕਦਾ ਭਾਈ, ਅਸੀਂ ਜੇ ਪੁਲਿਸ ਵਾਲਿਆਂ ਨੂੰ ਦੱਸਦੇ ਹਾਂ, ਅਸੀਂ ਜੇ ਸਰਕਾਰੀ ਦਰਬਾਰੇ ਦੱਸਦੇ ਹਾਂ, ਤਾਂ ਸਾਡੇ ਕਹੇ ਦੇ ਉੱਤੇ ਕਾਰਵਾਈ ਤਾਂ ਨਹੀਂ ਹੁੰਦੀ। ਜਿਹੜੇ ਤਸਕਰ ਦੀ ਅਸੀਂ ਸ਼ਿਕਾਇਤ ਕਰਦੇ ਹਾਂ ਉਹਨੂੰ ਸੂਚਨਾ ਪਹਿਲਾਂ ਪਹੁੰਚਦੀ, ਸਾਡੇ ਹੱਡ ਗੋਡੇ ਉਹ ਪਹਿਲਾਂ ਤੋੜ ਦਿੰਦਾ ਆ ਕੇ ਕਿ ਤੂੰ ਕੌਣ ਹੋਣਾ ਮੇਰੀ ਸ਼ਿਕਾਇਤ ਕਰਨ ਵਾਲਾ। ਲੋਕ ਕਹਿੰਦੇ ਸੀ ਕਿ ਕਿਤੇ ਨਾ ਕਿਤੇ, ਸਾਰੇ ਤਾਂ ਨਹੀਂ ਪਰ ਕੁਝ ਹੱਦ ਤੱਕ ਅੰਦਰ ਖਾਤੇ ਰਲੀ ਮਿਲੀ ਭੁਗਤ ਹੈਗੀ ਹੈ। ਜਿਹੜੇ ਥਾਣੇ ਵਾਲਿਆਂ ਨੇ ਸਾਰਾ ਕੰਮ ਦਰੁਸਤ ਕਰਨਾ ਹੁੰਦਾ, ਉਹ ਕਿਤੇ ਨਾ ਕਿਤੇ ਕੰਮ ਦੇ ਵਿੱਚ ਆਪ ਅਸਿੱਧੇ ਅਸਿੱਧੇ ਸ਼ਾਮਿਲ ਹੋ ਜਾਂਦੇ ਆ। ਕਪਤਾਨ ਸਾਹਿਬ ਦੇ ਉੱਤੇ ਇੱਕ ਪ੍ਰੈਸ਼ਰ ਸੀ, ਉਹਦੇ ਤੋਂ ਬਾਅਦ ਵਿਰੋਧੀ ਸਿਆਸੀ ਪਾਰਟੀਆਂ ਨੇ ਲਗਾਤਾਰ ਹਮਲੇ ਕੀਤੇ ਕਿ ਤੁਸੀਂ ਸਾਨੂੰ ਕਹਿੰਦੇ ਸੀ, ਤੁਹਾਡੇ ਉੱਤੇ ਵੀ ਸਾਰੇ ਹੀ ਇਲਜ਼ਾਮ ਲੱਗਦੇ ਆ। ਹੁਣ ਕਪਤਾਨ ਸਾਹਿਬ ਨੇ ਜੋ ਕੱਲ੍ਹ ਕੀਤਾ, ਉਹਦੇ ਤੋਂ ਪਹਿਲਾਂ ਇੱਕ ਫੈਸਲਾ ਕੀਤਾ ਸੀ ਕਿ ਪੰਜਾਬ ਦੇ ਜਿੰਨੇ ਸਰਹੱਦੀ ਜ਼ਿਲ੍ਹੇ ਨੇ, ਹਰ ਇੱਕ ਜ਼ਿਲ੍ਹੇ ਦੇ ਲਈ ਇੱਕ ਹਾਈ ਪਾਵਰ ਕਮੇਟੀ ਬਣਾਤੀ ਸੀ ਕਿ ਤੁਸੀਂ ਉਸ ਸਰਹੱਦੀ ਇਲਾਕੇ 'ਚ ਵੇਖਣਾ ਕਿ ਨਸ਼ਾ ਕੌਣ ਵਿਕਵਾਉਂਦਾ, ਕੌਣ ਵੇਚਦਾ, ਕਿੱਧਰੋਂ ਆਉਂਦਾ, ਅਤੇ ਸਖ਼ਤ ਸਜ਼ਾਵਾਂ ਦਿਓ। ਉਹ ਕਮੇਟੀਆਂ ਕੰਮ ਕਰਨ ਲੱਗ ਪਈਆਂ, ਅਤੇ ਕੱਲ੍ਹ ਦੀ ਜਿਹੜੀ ਮੀਟਿੰਗ ਚੰਡੀਗੜ੍ਹ ਦੇ ਵਿੱਚ ਹੋਈ ਹੈ ਉਹ ਬਹੁਤ ਵੱਡੀ ਮੀਟਿੰਗ ਸੀ। ਉਹਦੇ ਵਿੱਚ ਮੰਤਰੀ ਮੰਡਲ ਵੀ ਸੀ, ਕੁਝ ਵਿਧਾਇਕ ਵੀ ਸੀ, ਅਤੇ ਬਹੁਤ ਸਾਰੇ ਆਫਿਸਰ ਸੱਦੇ ਹੋ ਸੀ। ਇੱਕ ਤਾਂ ਜਿਹੜੇ ਵਿਧਾਇਕ ਜਾਂ ਮੰਤਰੀ ਕਹਿੰਦੇ ਸੀ ਜੀ ਸਾਡੀ ਸੁਣਦੇ ਨਹੀਂ, ਜੇ ਤਾਂ ਅਫਸਰ ਉੱਥੇ ਬੈਠਾ ਮੂੰਹੋਂ ਮੂੰਹ ਕਰਾਏ ਕਿ ਭਾਈ ਦੱਸੋ ਕਹਾਣੀ ਕਿੱਥੇ ਹੈ, ਇਹ ਜੇ ਬੰਦੇ ਕਹਿੰਦੇ ਕਿ ਭਾਈ ਫਲਾਨਾ ਬੰਦਾ ਵੇਚਦਾ, ਫੜਦੇ ਕਿਉਂ ਨਹੀਂ, ਤਾਂ ਜੇ ਤੁਸੀਂ ਕਿਸੇ ਨੂੰ ਫੜਦੇ ਹੋ, ਜੇ ਇਹ ਛਡਵਾਉਂਦੇ ਆ ਤਾਂ ਦੱਸੋ। ਤਾਂ ਜੇ ਕੋਈ ਆਫਿਸਰ ਉੱਥੇ ਮੌਜੂਦ ਨਹੀਂ ਵੀ ਸੀ, ਕਿਸੇ ਵਿਧਾਇਕ ਨੇ ਜਾਂ ਕਿਸੇ ਵੱਡੇ ਅਫਸਰ ਨੇ ਜੇ ਉਹਦੀ ਸ਼ਿਕਾਇਤ ਕੀਤੀ, ਉਸੇ ਵੇਲੇ ਲਾਈਨ 'ਤੇ ਲੈ ਕੇ ਗੱਲ ਕਰਾਈ, ਵੀਡੀਓ ਕਾਨਫਰੰਸ ਦੇ ਰਾਹੀਂ ਗੱਲ ਕਰਾਈ ਕਿ ਭਾਈ ਜੇ ਜਵਾਬ ਹੋਣੇ। ਉਹਦਾ ਕਾਰਨ ਕੀ ਹੈ ਕਿ 2 ਸਾਲ ਰਹਿ ਗਿਆ ਵਿਧਾਨ ਸਭਾ ਦੀਆਂ ਚੋਣਾਂ 'ਚ, ਜੇ ਹਾਲਾਤ ਇੱਦਾਂ ਹੀ ਰਹੇ ਤਾਂ ਕਾਂਗਰਸ ਪਾਰਟੀ ਨੂੰ ਬਹੁਤ ਵੱਡੇ ਸਵਾਲਾਂ ਦਾ ਸਾਹਮਣਾ ਕਰਨਾ ਪਊਗਾ। ਹੁਣ ਜਿਹੜੇ ਨੁਕਤੇ ਉੱਥੇ ਕੈਪਟਨ ਸਾਹਿਬ ਨੇ ਕਹੇ, ਉਹ ਕਹਿੰਦੇ ਪਹਿਲੀ ਗੱਲ, ਜਿਨ੍ਹਾਂ ਦੇ ਉੱਤੇ ਸ਼ੱਕ ਹੈ, ਭਾਵੇਂ ਉਹਨਾਂ ਦੇ ਉੱਤੇ ਕੋਈ ਪਰਚਾ ਹੈਗਾ ਕਿ ਨਹੀਂ ਹੈਗਾ, ਜਾਂ ਜਿਨ੍ਹਾਂ ਦੇ ਉੱਤੇ ਵਾਰ ਵਾਰ ਪਰਚੇ ਹੁੰਦੇ ਆ, ਜ਼ਮਾਨਤਾਂ ਲੈ ਜਾਂਦੇ ਆ, ਫਲਾਨਾ ਐਕਟ ਹੈਗਾ ਉਹਨਾਂ ਨੇ ਦੱਸ ਦਿੱਤਾ ਕਿ ਉਹਦੇ ਤਹਿਤ ਤੁਸੀਂ ਉਹਨਾਂ ਨੂੰ ਚੱਕ ਕੇ ਅੰਦਰ ਕਰ ਦਿਓ, ਪੁੱਛ ਪੜਤਾਲ ਕਰੋ, ਜਾਂਚ ਪੜਤਾਲ ਕਰੋ, ਅਸੀਂ ਜ਼ੋਖਮ ਬਿਲਕੁਲ ਨਹੀਂ ਲੈ ਸਕਦੇ। ਫਿਰ ਉਹਨਾਂ ਨੇ ਕਿਹਾ ਕਿ ਜਿਹੜੇ ਥਾਣੇਦਾਰ ਦੇ ਅਧੀਨ ਪੈਂਦੇ ਪਿੰਡਾਂ 'ਚ, ਜਿਹੜੇ DSP ਦੇ ਅਧੀਨ ਪੈਂਦੇ ਪਿੰਡਾਂ ਦੇ ਵਿੱਚ ਨਸ਼ਾ ਵਿਕੂਗਾ, ਉਹ ਜੇ ਨਹੀਂ ਦਰੁਸਤ ਹੁੰਦਾ, ਜੇ ਨਹੀਂ ਕੰਮ ਕਰ ਸਕਦਾ, ਜਬਰੀ ਸੇਵਾ ਮੁਕਤ ਕਰ ਦਿਓ, ਸਾਨੂੰ ਇੱਦਾਂ ਦੇ ਬੰਦਿਆਂ ਦੀ ਲੋੜ ਨਹੀਂ, ਅਸੀਂ ਭਰਤੀ ਹੋਰ ਕਰ ਲਾਂਗੇ। ਇਹ ਵੀ ਗੱਲ ਆਖ ਦਿੱਤੀ ਕਿ ਜੇ ਕੋਈ ਪੁਲਿਸ ਕਰਮਚਾਰੀ ਸਿੱਧਾ ਸਿੱਧਾ ਨਸ਼ੇ ਵਿਕਵਾਉਣ ਵਾਲਿਆਂ ਦੀ ਹਮਾਇਤ ਕਰਦਾ ਫੜਿਆ ਗਿਆ, ਪਰਚਾ ਵੀ ਕਰੋ, ਸਸਪੈਂਡ ਵੀ ਕਰੋ, ਭਾਵੇਂ ਬਰਖਾਸਤ ਕਰ ਦਿਓ, ਪਰ ਅਸੀਂ ਕਾਲੀਆਂ ਭੇਡਾਂ ਹੁਣ ਇੱਧਰਲੇ ਪਾਸੇ ਰੱਖਣੀਆਂ ਨਹੀਂ। ਇਹ ਸਾਰੀਆਂ ਗੱਲਾਂ ਬਹੁਤ ਚੰਗੀਆਂ। ਜੇ ਕਪਤਾਨ ਸਾਹਿਬ ਕਈਆਂ ਹੋਈਆਂ ਗੱਲਾਂ ਨੂੰ ਜ਼ਮੀਨੀ ਪੱਧਰ ਦੇ ਉੱਤੇ ਲਾਗੂ ਕਰਵਾਉਣ ਦੇ ਵਿੱਚ ਕਾਮਯਾਬ ਹੋ ਗਏ, ਤਾਂ ਹੋ ਸਕਦਾ ਕਿ ਇੱਕ ਵਾਰ ਫਿਰ ਨਸ਼ਿਆਂ ਦੇ ਮੁੱਦੇ ਦੇ ਉੱਤੇ ਸੰਧਾਲੀਆ ਸਾਹਿਬ ਸਖਤੀ ਹੋ ਜਾਏ। ਪਰ ਸਭ ਤੋਂ ਵੱਡੀ ਬਿਮਾਰੀ ਜਿਹੜੀ ਪੰਜਾਬ ਨੂੰ ਚੰਬੜੀ ਹੈ, ਭਾਵੇਂ ਉਹ ਭ੍ਰਿਸ਼ਟਾਚਾਰ ਦੇ ਮੁੱਦੇ 'ਤੇ ਹੈ, ਭਾਵੇਂ ਸਰਕਾਰੀ ਪੱਧਰ 'ਤੇ ਕੰਮਾਂਕਾਰਾਂ ਦੇ ਮੁੱਦੇ 'ਤੇ ਹੈ, ਭਾਵੇਂ ਗਰੰਟਾਂ ਦੇ ਮੁੱਦੇ 'ਤੇ, ਅਤੇ ਭਾਵੇਂ ਨਸ਼ਿਆਂ ਦੀ ਰੋਕਥਾਮ ਦੇ ਮੁੱਦੇ 'ਤੇ, ਉਹ ਸਿਆਸੀ ਦਖਲਅੰਦਾਜ਼ੀ ਹੈ। ਜੇ ਸਿਆਸਤਦਾਨ ਦਖਲਅੰਦਾਜ਼ੀ ਨਾ ਕਰਨ, ਬੰਦਾ ਬਾਹਰੋਂ ਬਾਅਦ ਵਿੱਚ ਫੜਿਆ ਜਾਂਦਾ, ਥਾਣੇਦਾਰ ਦਾ ਫੋਨ ਪਹਿਲਾਂ ਵੱਜਣ ਲੱਗ ਪੈਂਦਾ, ਅੱਗੇ ਤਾਂ ਹੁੰਦਾ ਸੀ ਨਾ ਕਿ ਲੈਂਡਲਾਈਨ ਵੱਜਦਾ, ਹੁਣ ਤਾਂ ਜੇਬ 'ਚ ਮੋਬਾਈਲ ਵੱਜਦਾ ਕਿ ਭਾਈ ਇਹ ਬੰਦਾ ਸਾਡਾ। ਗੱਲ ਪਤਾ ਕੀ ਹੈ ਵਾਰ ਸਾਹਿਬ, ਮੈਨੂੰ ਲੱਗਦਾ ਵੀ ਇਹ ਜਿਹੜੀ ਚੀਜ਼ ਚਾਹੇ ਸਰਕਾਰ ਵਿਚਾਰ ਰਹੀ ਜਾਂ ਕੋਈ ਵੀ ਬੰਦੇ, ਉਹ ਸਿਆਣੇ ਨੇ ਕਿਉਂਕਿ ਇਹਨੇ ਟੈਸਟ ਪਾਸ ਕਰਕੇ ਆਏ ਆ, ਪਲੱਸ ਲੋਕਾਂ ਨੇ ਵੋਟਾਂ ਪਾ ਪਾ ਦਿੱਤਾ, ਇਸ ਕਰਕੇ ਲੀਡਰ ਨੇ।
ਅਤੇ ਚੱਕੇ ਦੇ ਵਿੱਚ ਜੇ ਆਪਾਂ ਟਾਂਗੇ ਦਾ ਚੱਕਾ ਦੇਖੀਏ ਜਾਂ ਸਾਈਕਲ ਦਾ ਚੱਕਾ ਦੇਖ ਲਓ, 'ਚ ਤਾਰਾਂ ਹੁੰਦੀਆਂ, ਉਹ ਜਾ ਕੇ ਧੁਰੇ ਨਾਲ ਜੁੜਦੀਆਂ ਨੇ। ਅਤੇ ਧੁਰਾ ਜਿਹੜਾ ਉਹ ਪਤਾ ਕੀ ਹੈ ਜੀ? ਵੋਟਾਂ। ਅਲਟੀਮੇਟਲੀ ਜਿਹੜਾ ਇਹ ਮਤਲਬ ਜਿਸ ਚੀਜ਼ ਦਾ ਕਰਕੇ ਕਹਿੰਦੇ ਵੀ ਇਹ ਦੇਸ਼ ਜਿਹੜਾ ਜੀ ਪੂਰੀ ਦੁਨੀਆ 'ਚ ਮਸ਼ਹੂਰ ਹੈ, ਸਭ ਤੋਂ ਵੱਡਾ ਲੋਕਤੰਤਰ ਹੈ, ਮੈਨੂੰ ਲੱਗਦਾ ਵੀ ਗਰਾਰੀ ਉੱਥੇ ਜਾ ਕੇ ਫਸਦੀ। ਹੁਣ ਤੁਸੀਂ ਜਿਹੜਾ ਮੰਨ ਲਓ ਛੋਟਾ ਲੀਡਰ ਹੈ, ਤੁਸੀਂ ਅੱਜ ਛੋਟੇ ਲੀਡਰ ਨੂੰ ਕਹੋ ਵੀ ਹਾਂ ਵੋਟਾਂ ਪਾਉਣੀਆਂ, ਅਗਲੇ ਬੰਦੇ ਨੇ ਕਹਿੰਦਾ ਵੀ ਹਾਂ ਵੋਟਾਂ ਵਾਲੇ ਅਸੀਂ ਤੁਹਾਡੇ ਨਾਲ ਹਾਂ, ਅਤੇ ਜਦੋਂ ਕੱਲ੍ਹ ਨੂੰ ਅਸੀਂ ਪੁੱਠ ਸਿੱਧਾ ਕੰਮ ਕਰਨਾ ਫਿਰ ਉਦੋਂ ਤੁਹਾਨੂੰ ਸਾਡੇ ਨਾਲ ਹੋਣਾ ਪੈਣਾ, ਅਗਲਾ ਕਿਵੇਂ ਪਿੱਛੇ ਹਟ ਜੂਗਾ? ਦੱਸੋ। ਦੇਖੋ ਜਿਹੜੀਆਂ ਭੇਡਾਂ ਹੁੰਦੀਆਂ ਉਹਨਾਂ ਦਾ ਇੱਜੜ ਹੁੰਦਾ, ਜਿੱਧਰਲੇ ਪਾਸੇ ਨੂੰ ਇੱਕ ਤੁਰਦੀ ਆ ਬਾਕੀ ਤੁਰਦੀਆਂ। ਪਰ ਭਾਰਤ ਦੇ ਪੰਜਾਬ ਦੇ ਵੋਟਰ ਵੋਟਰ ਨੇ ਇਹ ਹੁਣ ਆਪਣੇ ਆਪ ਦੇ ਵਿੱਚ ਅਤੇ ਭੇਡਾਂ ਦੇ ਵਿੱਚ ਫਰਕ ਸਮਝਣ। ਕਿਉਂਕਿ ਜੇ ਇੱਕ ਬੰਦਾ ਕਹੂਗਾ ਕਿ ਮੈਂ 5,000 ਵੋਟਾਂ ਪਵਾ ਦੂੰ, ਇੱਕ ਬੰਦਾ ਆਖੇ ਕਿ ਬਰੈਲੀ ਦੇ ਵਿੱਚ ਮੈਂ 2,000 ਬੰਦਾ ਲੈ ਕੇ ਚਲੇ ਜਾਊਂ, ਸਾਨੂੰ ਬਾਕੀ ਸਾਰੇ ਕੰਮ ਕਰਨੇ ਚਾਹੀਦੇ ਆ, ਪਰ ਵੋਟਾਂ ਵੇਲੇ ਸਾਨੂੰ ਇਮਾਨਦਾਰ ਹੋ ਜਾਣਾ ਚਾਹੀਦਾ। ਕਿੱਦਾਂ ਕਰਦੇ ਆਹੀ ਤਾਂ ਚੀਜ਼ ਨਹੀਂ ਹੋ ਸਕਦੀ ਨਾ? ਨਹੀਂ, ਤੁਸੀਂ ਕੀ ਚਾਹੁੰਦੇ ਹੋ ਕਿ ਭਾਈ ਇਲੈਕਸ਼ਨ ਮੈਨੀਫੈਸਟੋ ਦੇ ਕਾਗਜ਼ 'ਤੇ ਅਸੀਂ ਸਾਰੀ ਉਮਰ ਹੁਣ ਭੁਜਿਆ ਹੀ ਪਾਈ ਜਾਣਾ? ਕੁਛ ਮਰਜ਼ੀ ਕਰ ਲਓ, ਮਤਲਬ ਹੋ ਸਕਦਾ ਵੀ ਮੇਰੀ ਗੱਲ ਕਿਸੇ ਨੂੰ ਐਂ ਲੱਗਦੀ ਹੋ ਵੀ ਇਹ ਬੰਦਾ ਨੈਗੇਟਿਵ ਗੱਲ ਕਰਦਾ। ਮੈਨੂੰ ਲੱਗਦੀ ਆ, ਤੁਹਾਨੂੰ ਲੱਗਦੀ ਹੋਊਗੀ, ਮੈਂ ਕਾਰਨ ਵੀ ਦੱਸੂ ਬਾਅਦ 'ਚ, ਪਰ ਮੈਨੂੰ ਇਹ ਲੱਗਦਾ ਵੀ ਇਹ ਸੱਚ ਹੈ, ਇਹਨੂੰ ਤੁਸੀਂ ਝੁਠਲਾ ਨਹੀਂ ਸਕਦੇ। ਇਹ ਇੱਕ ਐਸੀ ਤਾਣੀ ਹੈ ਜਿਹੜੀ ਉਲਝ ਗਈ, ਜਿਹਨੂੰ ਤੁਸੀਂ ਸਹੀ ਕਰ ਹੀ ਨਹੀਂ ਸਕਦੇ। ਆਪਾਂ ਵੋਟਾਂ ਦੇ ਦਿਨਾਂ ਦੇਖਦੇ ਸਰਪੰਚੀ ਕਿੱਡੀ ਲੀਡਰੀ 'ਚੋਂ ਲੀਡਰੀ ਹੁੰਦੀ ਹੈ, ਹੁਣ ਦੇਖ ਲਓ ਸਰਪੰਚਾਂ ਨੂੰ ਕੀ ਮਿਲ ਗਿਆ ਜਿਹਨਾਂ ਨੇ ਸਰਪੰਚੀਆਂ ਲੜ ਲਈਆਂ, ਅਤੇ ਸਰਪੰਚੀ ਵੇਲੇ ਕਿੱਥੋਂ ਕਿਸ ਹੱਦ ਤੱਕ ਆਪਾਂ ਜਾਂਦੇ ਵੀ ਆਹ ਕਿਸੇ ਤਰ੍ਹਾਂ ਆਹ ਵੋਟਾਂ ਪੈ ਜਾਣ, ਜੇ ਸ਼ਰਾਬ ਮੰਗਦਾ ਸ਼ਰਾਬ ਦੇ ਦਿਓ, ਪੈਸੇ ਮੰਗਦਾ ਪੈਸੇ ਦੇ ਦਿਓ। ਅੱਛਾ ਜਿਹੜੇ ਸ਼ਰਾਬ ਗਈ ਪੈਸੇ ਗਏ, ਕਿਉਂ ਗਏ? ਹੁਣ ਮੈਂ ਦਾਨ ਤਾਂ ਕਰਨ ਨੂੰ ਰਿਹਾ, ਚੌਂਕ 'ਤੇ ਬੰਦਾ ਖੜਾ ਹੁੰਦਾ ਕੋਈ ਵਿਚਾਰਾ ਸ਼ੀਸ਼ਾ ਖੜਕਾਵੇ ਅਤੇ ਆਪਾਂ ਨੂੰ ਦਬਕਾ ਮਾਰਦਾ, ਚਲੋ ਉਹਨੂੰ 10 ਰੁਪਏ ਦਿੰਦਾ, ਜਿੱਥੇ ਲੋੜ ਹੁੰਦੀ ਉੱਥੇ ਬੰਦਾ 1,000 ਵੀ ਖਰਚਦਾ, ਕਿਉਂ? ਕੋਈ ਤਾਂ ਕਾਰਨ ਹੋਊਗਾ ਹੀ, ਹੈਗਾ ਕਿਤਿਓਂ ਤਾਂ ਆਉਂਦੇ ਹੀ ਹੋਣਗੇ। ਫਿਰ ਹੁਣ ਮੈਂ ਤੁਹਾਨੂੰ ਦੱਸਦਾ, ਦੇਖੋ ਦਰਸ਼ਕ ਵੀ ਇਸ ਗੱਲ ਨੂੰ ਸਮਝਣ ਕਿ ਸਾਡਾ ਆਪਸ ਦੇ ਵਿੱਚ ਵਿਰੋਧ ਕੋਈ ਨਹੀਂ, ਸਾਡਾ ਕੰਮ ਇਹ ਹੈ ਕਿ ਭਾਈ ਬੱਚੇ ਨੂੰ ਆਪਾਂ ਖੇਤ ਲੈ ਕੇ ਜਾਂਦੇ ਹਾਂ ਕਿ ਭਾਈ ਨੱਕਾ ਇੱਦਾਂ ਵੱਢੀ ਦਾ, ਆਪਾਂ ਉਹਦੇ ਸਾਹਮਣੇ ਨੱਕਾ ਵੱਢ ਦਿੱਤਾ ਜਾਂ ਆਪਾਂ ਉਹਦੇ ਸਾਹਮਣੇ ਆੜ ਛਿੱਲ ਦਿੱਤੀ, ਪਰ ਨਹੀਂ ਉਹਨੂੰ ਕਹਿਣਾ ਕਿ ਤੂੰ ਛਿੱਲ ਭਾਵੇਂ ਗਲਤ ਛਿੱਲੇ ਅਤੇ ਭਾਵੇਂ ਸਹੀ। ਹੁਣ ਸੰਧਾ ਵਾਲੀਆ ਸਾਹਿਬ ਨੇ ਜੋ ਆਖਿਆ ਬਿਲਕੁਲ ਸੱਚ ਹੈ ਕਿ ਭਾਈ ਸਾਡੇ ਲਈ ਬਹੁਤ ਸਾਰੀਆਂ ਗੱਲਾਂ ਅਸੀਂ ਛੱਡਦੇ ਹੀ ਨਹੀਂ, ਪਰ ਇਹਦੇ ਬਾਵਜੂਦ ਵੀ ਪੰਜਾਬ ਦੇ ਵਿੱਚ ਆਸ ਦਾ ਦੀਵਾ ਬਲਦਾ ਰਹਿੰਦਾ। ਜੇ ਭਗਵੰਤ ਮਾਨ ਇੰਨੀਆਂ ਵੱਡੀਆਂ ਵਿਰੋਧ ਦਾਵਾਂ ਦੇ ਬਾਵਜੂਦ ਪਾਰਟੀ 3 ਹਿੱਸਿਆਂ 'ਚ ਵੰਡੀ ਗਈ, ਖਿਲਾਫ ਉਮੀਦਵਾਰ ਕਿੰਨੇ ਅਮੀਰ ਖੜ੍ਹੇ ਸੀ, ਇਹਦੇ ਬਾਵਜੂਦ ਵੀ ਭਗਵੰਤ ਮਾਨ 1,10,000 ਵੋਟਾਂ ਨਾਲ ਜਿੱਤਦਾ। ਦੂਸਰੇ ਪਾਸੇ ਜੇ ਬੇਰੁਜ਼ਗਾਰ ਲਾਈਨਮੈਨ ਪੰਜਾਬ 'ਚੋਂ ਜਿੱਤਦਾ, ਜੇ ਡਾਕਟਰ ਧਰਮਵੀਰ ਗਾਂਧੀ 2014 ਦੀ ਇਲੈਕਸ਼ਨ ਜਿੱਤਦਾ, ਜੇ ਬਹੁਤ ਸਾਰੀਆਂ ਸਿਆਸੀ ਧਿਰਾਂ ਚੰਗੀਆਂ ਚੋਖੀਆਂ ਵੋਟਾਂ ਲੈ ਕੇ ਜਾਂਦੀਆਂ, ਸਿਮਰਜੀਤ ਬੈਂਸ ਦੇ ਕੋਲ ਕੋਈ ਸਰਕਾਰ ਹੈ, ਸਿਮਰਜੀਤ ਬੈਂਸ ਦੇ ਕੋਲ ਕਿਤੇ ਬਹੁਤ ਵੱਡਾ ਸਰਮਾਇਆ, ਇਹਦੇ ਬਾਵਜੂਦ ਵੀ ਉਹ ਬੰਦਾ ਪਿਛਲੀ ਵਾਰ ਦੇ ਨਾਲੋਂ 1,00,000 ਵੋਟ ਵਧਾ ਕੇ ਗਿਆ, ਇਹਦਾ ਮਤਲਬ ਹੈ ਕਿ ਪੰਜਾਬ ਦੇ ਵਿੱਚ ਭਾਵੇਂ ਮੈਨੀਫੈਸਟੋ ਵਾਲੇ ਕਾਗਜ਼ ਦੇ ਉੱਤੇ ਭੁਜੀਆ ਪਾ ਕੇ ਚੱਟਣ ਵਾਲੇ ਲੋਕਾਂ ਦੀ ਗਿਣਤੀ ਬਥੇਰੀ ਹੈ, ਪਰ ਉਹਨਾਂ ਲੋਕਾਂ ਦੀ ਵੀ ਗਿਣਤੀ ਬਹੁਤ ਹੈ ਜਿਹੜੇ ਕਹਿੰਦੇ ਕਿ ਭਾਈ ਜੇ ਨਸ਼ਾ ਪੱਤਾ ਪੈਸਾ ਧੇਲਾ ਜਾਂ ਕੋਈ ਸਾਨੂੰ ਹੋਰ ਲੋਭ ਲਾਲਚ ਦੇ ਕੇ ਵੋਟ ਪਾਉਣ ਲਿਆ ਤਾਂ ਸਾਡੇ ਘਰ ਦੇ ਗੇਟ ਤੋਂ ਮੁੜ ਜਾ, ਸਾਨੂੰ ਪਤਾ ਵੋਟ ਕਿਹਨੂੰ ਪਾਉਣੀ ਆ, ਸਾਨੂੰ ਪਤਾ ਭਵਿੱਖ ਕੀ ਹੈ। ਰੌਲਾ ਸਿਰਫ ਇੱਥੇ ਹੈ ਕਿ ਉਹਨਾਂ ਦੋਵਾਂ ਪੱਖਾਂ ਦੇ ਲੋਕਾਂ ਦੇ ਵਿੱਚੋਂ ਗਿਣਤੀ ਅਸੀਂ ਕਿਹਦੀ ਵਧਾਉਣੀ ਹੈ ਅਤੇ ਕਿਹਦੀ ਘਟਾਉਣੀ ਹੈ। ਬਿਲਕੁਲ, ਇਹ ਬਿਲਕੁਲ ਸਹੀ ਗੱਲ ਹੈ ਜੀ, ਅਸੀਂ ਦੋਵੇਂ ਪੱਖ ਆਪ ਜੀ ਨੂੰ ਦੱਸ ਦਿੱਤੇ, ਹੁਣ ਇਹ ਵਿਚਾਰਨ ਵਾਲੇ ਵੀ ਆਪਣੇ ਨੇ, ਇਸ ਕਰਕੇ ਅਸੀਂ ਆਪਣੇ 'ਤੇ ਲਾ ਕੇ ਗੱਲ ਕਰਦੇ ਹਾਂ। ਕਿਉਂਕਿ ਇੱਥੇ ਜਦੋਂ ਆਪਾਂ ਬਹਿ ਕੇ ਗੱਲਾਂ ਕਰਦੇ ਨੇ, ਮੈਂ ਕਿਹਾ ਸਰਕਾਰ ਨੂੰ ਲੀਡਰ ਨੂੰ ਜਾਂ ਕਿਸੇ ਨੂੰ ਵੀ ਕਹਿਣਾ ਬੜਾ ਸੌਖਾ ਹੁੰਦਾ, ਆਪਣੇ ਅੰਦਰ ਜਦੋਂ ਬੰਦਾ ਕਹਿੰਦਾ ਝਾਤੀ ਮਾਰੋ, ਕਹਿੰਦਾ ਨਹੀਂ ਓਏ ਤੂੰ ਕੌਣ ਮੈਨੂੰ ਆਪਣੇ ਅੰਦਰ ਝਾਤੀ ਮਾਰਨ ਨੂੰ ਕਹਿਣਾ, ਹੈ ਨਾ? ਮੇਰੇ ਖਿਆਲ ਆਪਣੇ ਆਪਾਂ ਨੂੰ ਆਪਣੇ ਅੰਦਰ ਵੀ ਝਾਤੀ ਮਾਰਨ ਦੀ ਲੋੜ ਹੈ। ਇਹ ਜਿਹੜੀਆਂ ਮੁਸ਼ਕਲਾਂ ਨੇ ਜੀ, ਇਹ ਅਲਟੀਮੇਟਲੀ ਘੁੰਮ ਘੁੰਮਾ ਕੇ ਆਪਣੇ ਕੋਲ ਨੇ। ਅੱਜ ਚੰਗਾ ਭਲਾ ਬੰਦਾ ਰੋਟੀ ਖਾਂਦਾ, ਆਪਾਂ ਉਹ ਜ਼ਿਕਰ ਕਰ ਹੀ ਲਈਏ ਜੀ, ਉਹ ਜਿਹੜੀ ਮੇਰਾ ਖਿਆਲ ਉਹ ਜਿਹੜੀ 8 ਸਾਲ ਦੀ ਬੱਚੀ ਸੀ ਜਿਹਦੀ ਲਾਸ਼ ਅਜੇ ਵੀ ਅਮਰੀਕਾ 'ਚ ਪਈ ਹੈ। ਹੁਣ ਦੇਖੋ ਕਹਾਣੀ ਕਿੱਧਰੋਂ ਕਿੱਧਰੋਂ ਨਿਕਲਦੀ ਆ ਵੀ ਪਿਓ ਪਹਿਲਾਂ ਉੱਧਰ ਗਿਆ 2 ਨੰਬਰ ਦੇ ਵਿੱਚ, ਫਿਰ ਉਸ ਤੋਂ ਬਾਅਦ ਕਿੰਨੇ ਪੈਸੇ ਲਾ ਕੇ ਅਤੇ ਫਿਰ ਮਾਂ ਧੀ ਨੂੰ ਹੀ ਦੁਬਾਰਾ ਉੱਧਰ 2 ਨੰਬਰ 'ਚ ਸੱਦਣ ਦੀ ਕੋਸ਼ਿਸ਼ ਹੈ। ਇੰਨੇ ਪੈਸੇ ਮਤਲਬ ਮੈਂ ਕਿਹਾ 30-40 ਲੱਖ ਰੁਪਏ ਤੁਸੀਂ ਦੱਸ ਰਹੇ ਸੀ ਲੈ, ਹੁਣ ਹੀ ਆ ਨੋਰਮਲ ਇੰਨਾ ਹੁੰਦਾ, ਭਾਵੇਂ ਕਿ ਰਕਮ ਕੋਈ ਨਹੀਂ ਦੱਸੀ ਗਈ ਪਰ ਮੁਫਤ ਕੋਈ ਵੀ ਨਹੀਂ ਗੱਡੀ ਚੜ੍ਹਦਾ। ਉਹੀ ਤਾਂ ਗੱਲ, ਮਤਲਬ ਪੈਸੇ ਲਾ ਕੇ ਆਪਾਂ ਭਾਈ ਦੇ ਕਿਉਂ ਜੀ, ਉਹ ਹੋ ਇੱਥੇ ਪਤਾ ਨਹੀਂ ਕੀ ਹੋ ਗਿਆ, ਮਤਲਬ ਇੱਕ ਅਜੀਬ ਤਰ੍ਹਾਂ ਦਾ ਡਰ ਹੈ ਨਾ, ਤੂੰ ਕਿੰਨੇ ਪੈਦਾ ਕੀਤਾ। ਇਹ ਬੜੀ ਵੱਡੀ ਗੱਲ ਹੈ ਨਾ ਕਿ ਅਸੀਂ ਸੁਰੱਖਿਅਤ ਭਵਿੱਖ ਦੀ ਭਾਲ ਕਰਦੇ ਹਾਂ, ਇੱਕ ਬਿਹਤਰ ਜ਼ਿੰਦਗੀ ਦੀ ਭਾਲ ਕਰਦੇ ਹਾਂ ਕਿ ਸਾਨੂੰ ਚੰਗੀ ਜ਼ਿੰਦਗੀ ਮਿਲੇ, ਜਿੱਥੇ ਸਾਨੂੰ ਤਰੱਕੀ ਕਰਨ ਦੇ ਮੌਕੇ ਹੋਣ, ਜਿੱਥੇ ਸਾਡਾ ਖਾਣ ਪੀਣ ਵੀ ਚੰਗਾ ਹੋਵੇ, ਅਤੇ ਸਾਨੂੰ ਘੱਟੋ ਘੱਟ ਬੱਚਿਆਂ ਦੀ ਐਜੂਕੇਸ਼ਨ ਦਾ, ਬੱਚਿਆਂ ਦੇ ਭਵਿੱਖ ਦਾ, ਉਹਨਾਂ ਦੀਆਂ ਨੌਕਰੀਆਂ ਦਾ ਫਿਕਰ ਨਾ ਹੋਵੇ। ਹੁਣ ਪੰਜਾਬ ਦੇ ਵਿੱਚੋਂ ਲੋਕ ਭੱਜ ਰਹੇ ਨੇ, ਇਹਦੇ ਤੋਂ ਪਹਿਲਾਂ ਮੈਂ ਪੰਜਾਬ 'ਤੇ ਆਵਾਂ, ਮੈਂ ਇੱਕ ਘਟਨਾ ਕੱਲ੍ਹ ਦੀ ਹੋਰ ਬੜੀ ਦੁਖਦਾਇਕ ਘਟਨਾ, ਉਹ ਅਮਰੀਕਾ ਦੇ ਥੱਲੇ ਮੈਕਸੀਕੋ ਆ, ਮੈਕਸੀਕੋ ਤੋਂ ਥੱਲੇ ਬਹੁਤ ਸਾਰੇ ਦੇਸ਼ ਨੇ, ਇੱਕ ਐਲ ਸਲਵਾਡੋਰ ਵੀ ਆ, ਹੋ ਸਕਦਾ ਕਿ ਮੇਰੇ ਉਚਾਰਨ ਦੇ ਵਿੱਚ ਕੋਈ ਮਾੜੀ ਮੋਟੀ ਸੱਜੇ ਖੱਬੇ ਹੋਵੇ। ਉੱਥੋਂ ਦੇ ਇੱਕ ਬਾਪ ਦੇ ਨਾਲ ਇੱਕ ਬੱਚੀ ਮਰੀ, ਉਸੇ ਮੈਕਸ
ਆਪਣੀ ਪਤਨੀ ਤੇ ਬੱਚੀ ਨੂੰ ਬਾਅਦ ਵਿੱਚ ਸੱਦਦਾ ਸੀ ਨਾ ਕਿ ਕਿਸੇ ਤਰੀਕੇ ਮੈਂ ਬਾਰਡਰ ਪਾਰ ਕਰਾਇਆ, ਉਹ ਵੀ ਕਰ, ਘੱਟੋ ਘੱਟ ਇਕੱਠੇ ਤਾਂ ਰਹੀਏ। ਉੱਥੇ ਅਲ ਸਲਵਾਡੋਰ ਦੀ ਉਹ ਪਰਿਵਾਰ ਦੇ 3 ਮੈਂਬਰ, 2 ਸਾਲ ਦੀ ਬੱਚੀ ਅਤੇ 3ਵੀਂ ਆਦਮੀ, ਦੋਵੇਂ ਜਣੇ ਉਹ ਪਤੀ ਪਤਨੀ ਜਿਹੜੇ ਆ, ਉਹ ਜਾਂਦੇ ਆ ਤਾਂ ਨਦੀ ਪਾਰ ਕਰਨੀ ਹੈ। ਉਹ ਪਹਿਲਾਂ ਤਾਂ ਉਹਨੇ ਆਪਣੀ ਬੱਚੀ ਨੂੰ ਆਪਣੀ ਟੀ ਸ਼ਰਟ ਦੇ ਵਿੱਚ ਫਸਾਇਆ, 2 ਸਾਲ ਦੀ ਬੱਚੀ ਨੂੰ ਉਸ ਮਰਦ ਨੇ, ਅਤੇ ਉਸ ਮਰਦ ਨੇ ਜਾ ਕੇ ਉਹ ਨਦੀ ਪਾਰ ਕਰ ਲਈ, ਬੱਚੀ ਨੂੰ ਪਰਲੇ ਪਾਸੇ ਖੜਾ ਕਰਤਾ ਕਿ ਹੁਣ ਮੈਂ ਆਪਣੀ ਪਤਨੀ ਨੂੰ ਵੀ ਬਾਂਹ ਫੜ ਕੇ ਕਿਸੇ ਤਰੀਕੇ ਨਦੀ ਪਾਰ ਕਰਾਵਾਂ, ਜਿਹਦੇ ਨਾਲ ਕਿ ਤੁਸੀਂ ਅਮਰੀਕਾ ਦੇ ਵਿੱਚ ਪਹੁੰਚ ਜਾਓ। ਮੈਕਸੀਕੋ ਵਾਲੇ ਪਾਸਿਓਂ ਪਾਣੀ ਤੇਜ਼ ਸੀ। ਹੁਣ ਬੰਦਾ ਜਦੋਂ ਵਾਪਸ ਮੁੜਦਾ, ਜੋ ਕੁਝ ਪਤਾ ਲੱਗਿਆ, ਉਹ ਲੜਕੀ 2 ਸਾਲ ਦੀ ਬੱਚੀ ਹੈ ਛੋਟੀ, ਉਹ ਡਰ ਗਈ ਕਿ ਮੈਂ ਇਕੱਲੀ ਭਾਪਾ ਚੱਲਾ, ਉਹਨੇ ਦੁਬਾਰਾ ਨਦੀ ਛਾਲ ਮਾਰਤੀ। ਜਦੋਂ ਉਹ ਬੱਚੀ 2 ਸਾਲ ਦੀ ਨਦੀ ਛਾਲ ਮਾਰਦੀ ਹੈ, ਉਹ ਬੰਦਾ ਫਿਰ ਵਾਪਸ ਮੁੜਦਾ, ਬੱਚੀ ਨੂੰ ਬਚਾਉਂਦਾ, ਪਰ ਉਦੋਂ ਤੱਕ ਦੋਨੇ ਤੇਜ਼ ਪਾਣੀ ਦੇ ਵਹਾਅ 'ਚ ਫਿਰ ਬੱਚੀ ਨੂੰ ਟੀ ਸ਼ਰਟ ਦੇ ਵਿੱਚ ਫਸਾ ਲੈਂਦਾ, ਹੌਲੀ ਦੇਣੀ ਕਰਕੇ ਆਪਣੀ ਟੀ ਸ਼ਰਟ ਦੇ ਵਿੱਚ। ਅਤੇ ਅੱਜ ਤਕਰੀਬਨ ਸਾਰੇ ਮੀਡੀਆ ਅਦਾਰਿਆਂ ਨੇ ਵੱਡੀਆਂ ਕਰਕੇ ਉਹ ਫੋਟੋ ਛਾਪੀਆਂ ਜਿੱਥੇ ਉਸ ਬਾਪ ਦੀ ਅਤੇ ਬੇਟੀ ਦੀਆਂ ਲਾਸ਼ਾਂ ਪਾਣੀ 'ਚ ਪਈਆਂ, ਕਿਨਾਰੇ 'ਤੇ ਲੱਗੀਆਂ, ਬੱਚੀ ਨੂੰ ਟੀ ਸ਼ਰਟ ਦੇ ਵਿੱਚ ਉਹਨੇ ਫਸਾਇਆ, ਬੱਚੀ ਨੇ ਆਪਣੇ ਬਾਪ ਦੇ ਗਲ ਦੇ ਦੁਆਲੇ ਕੱਸ ਕੇ ਹੱਥ ਜਿਹੜੇ ਉਹ ਬੰਨੇ ਹੋਏ ਨੇ। ਅਤੇ ਉਹ ਜਿਹੜੀਆਂ 2 ਲਾਸ਼ਾਂ ਨੇ ਨਾ, ਉਹ ਮੈਨੂੰ ਲੱਗਦਾ ਕਿ ਪੰਜਾਬਣ ਕੁੜੀ 7 ਸਾਲ ਦੀ ਜਿਹੜੀ ਗੁਰਪ੍ਰੀਤ ਹੈ, ਉਹਦੇ ਨਾਲੋਂ ਵੀ ਵੱਧ ਜਿਹੜੀ ਮਾਰਮਿਕ ਕਹਾਣੀ ਹੈ। ਭਾਵੇਂ ਭਾਰਤ ਹੈ, ਭਾਵੇਂ ਪਾਕਿਸਤਾਨ ਹੈ, ਭਾਵੇਂ ਅਲ ਸਲਵਾਡੋਰ ਹੈ, ਭਾਵੇਂ ਮੈਕਸੀਕੋ ਹੈ, ਦੁਨੀਆ ਦੇ ਜਿਹੜੇ ਗਰੀਬ ਮੁਲਕ ਨੇ, ਆਰਥਿਕ ਤੌਰ 'ਤੇ ਕਮਜ਼ੋਰ ਮੁਲਕ ਨੇ, ਜਿੱਥੇ ਰਹਿਣ ਯੋਗ ਹਾਲਾਤ ਲੱਗਦਾ ਕਿ ਬਹੁਤੇ ਬਚੇ ਨਹੀਂ, ਸਾਨੂੰ ਕਿਤੇ ਨਾ ਕਿਤੇ ਇਕੱਠੇ ਹੋ ਕੇ ਕੁਝ ਐਸਾ ਕੰਮ ਕਰਨਾ ਪਏਗਾ, ਇੱਕ ਮਾਹੌਲ ਬਣਾਉਣਾ ਪਏਗਾ, ਜਿਹਦੇ ਨਾਲ ਕਿ 2-2 ਸਾਲ ਦੀਆਂ ਬੱਚੀਆਂ, 7-7 ਸਾਲ ਦੀਆਂ ਬੱਚੀਆਂ ਬਾਰਡਰ ਪਾਰ ਕਰਦੀਆਂ, ਇਸ ਤਰੀਕੇ ਦਮ ਨਾ ਤੋੜਨ। ਦੇਖੋ, ਇਹ ਵੈਸੇ ਇੱਕ ਗੱਲ ਹੈ ਸੋਚਣ ਵਾਲੀ ਬਾਠ ਸਾਹਿਬ, ਦੇਖੋ ਇਹ ਕਿੰਨੀ ਦੁਖਦਾਈ ਗੱਲ ਆ ਨਾ। ਹੁਣ ਕੀ ਲੱਗਦਾ ਕੀ ਆ ਵੀ ਇੱਧਰ ਆਪਾਂ ਇੰਨੇ ਹੀ ਜ਼ਿਆਦਾ ਸੁਰੱਖਿਅਤ ਹੋ ਗਏ ਹਾਂ ਵੀ ਆਪਾਂ ਨੂੰ ਇੰਨੇ ਪੰਗੇ ਲੈ ਕੇ ਅਤੇ ਉੱਧਰ ਪਹੁੰਚਣ ਦੀ ਆ ਵੀ ਕਿਸੇ ਤਰ੍ਹਾਂ। ਹੁਣ ਤੁਸੀਂ ਦੇਖੋ, ਮਤਲਬ ਹੈਰਾਨਗੀ ਵਾਲੀ ਗੱਲ ਹੈ ਵੀ ਕਿੱਥੇ ਇੱਕ ਪੰਜਾਬੀ ਕਮਿਊਨਿਟੀ ਹੁੰਦੀ ਸੀ, ਆਪਾਂ ਸੋਚਦੇ ਸੀ ਸਾਡਾ ਧੀ ਪੁੱਤ ਜਿਹੜਾ ਨਾ ਉਹ ਸਰਦਲ ਤੋਂ ਬਾਹਰ ਪੈਰ ਨਾ ਪਾਵੇ ਜੀ, ਹੈ ਨਾ। ਮਤਲਬ ਇੰਨੇ ਜ਼ਿਆਦਾ ਆਪਾਂ ਉਹ ਕੌਨਸ਼ੀਅਸ ਸੀਗੇ। ਹੁਣ ਆਪਾਂ ਸੋਚਦੇ ਹਾਂ ਵੀ ਪਤਾ ਨਹੀਂ ਕਿੰਨਾ ਬੰਦਿਆਂ ਦੇ ਰਾਹੀਂ ਕਿੱਧਰਲੇ ਪਾਸੇ ਨੂੰ ਤੋਰ ਕੇ ਕੋਈ ਦਿਨ ਰਾਤ ਪਤਾ ਨਹੀਂ ਉਹਨਾਂ ਨੇ ਕਿਸ ਰਾਹੀਂ ਖੜਨਾ, ਕਿਸ ਰਾਹੀਂ ਨਹੀਂ ਖੜਨਾ, ਆਪਾਂ ਨੇ ਵੀ ਇੱਥੋਂ ਚਲੇ ਚਲੀਏ। ਮੇਰੇ ਖਿਆਲ ਨਾਲ ਇੰਨੀ ਵੀ ਕੋਈ ਜੰਗ ਨਹੀਂ ਲੱਗੀ, ਪਤਾ ਨਹੀਂ ਜਾਂ ਤਾਂ ਉਹ ਹਵਾ ਹੀ ਕਿਹੋ ਜਿਹੀ ਫੈਲ ਗਈ ਹੈ। ਹੁਣ ਭਾਰਤ ਦੂਸਰੇ ਪਾਸੇ ਵੀ ਤਾਂ ਵੱਸਦਾ, ਪੰਜਾਬ ਉੱਪਰੇ ਵੀ ਤਾਂ ਵੱਸਦਾ, ਉਹ ਵੀ ਲੋਕ ਤਾਂ ਤੁਰੇ ਹੀ ਫਿਰਦੇ ਨੇ, ਪਰ ਖਾਸ ਕਰਕੇ ਪੰਜਾਬ ਦੇ ਵਿੱਚ ਐਸੀ ਕੀ ਹਵਾ ਵੱਗ ਗਈ ਕਿ ਆਪਾਂ ਇੱਦਾਂ ਕਰਨ ਲੱਗ ਪਏ। ਹਾਂ ਦੇਖੋ ਸੰਧਾਲੀਆ ਸਾਹਿਬ, ਇੱਕ ਮਾਨਸਿਕਤਾ ਵੀ ਹੁੰਦੀ ਹੈ ਨਾ, ਸਾਡੀ ਸ਼ੁਰੂ ਤੋਂ ਮਾਨਸਿਕਤਾ ਰਹੀ ਆ। ਜੇ ਸਾਨੂੰ ਕਿਸੇ ਨੇ ਕਿਹਾ ਕਿ ਭਾਈ ਗੁਜਰਾਤ ਦੇ ਕੱਛ ਖੇਤਰ 'ਚ ਚੱਲਣਾ, ਚਲੋ ਭਾਈ ਕਰਦੇ ਹਾਂ, ਜ਼ਮੀਨਾਂ ਸਾਫ ਪੱਧਰੀਆਂ ਉਗਾਉਂਦੇ ਹਾਂ, ਅਸੀਂ ਬਿਹਤਰ ਜ਼ਿੰਦਗੀ ਦੀ ਭਾਲ ਸ਼ੁਰੂ ਤੋਂ ਕਰਦੇ ਆਏ ਹਾਂ, ਉੜੀਸਾ ਦੇ ਵਿੱਚ, ਬੰਗਾਲ ਦੇ ਵਿੱਚ, ਆਂਧਰਾ ਦੇ ਵਿੱਚ, ਬਿਹਾਰ ਦੇ ਵਿੱਚ, ਕਿੱਥੇ ਕਿੱਥੇ ਪੰਜਾਬੀਆਂ ਦੀਆਂ ਟਰਾਂਸਪੋਰਟਾਂ ਨਹੀਂ, ਅਸੀਂ ਯੂਪੀ ਦੇ ਵਿੱਚ ਕਿੰਨੀਆਂ ਜ਼ਮੀਨਾਂ ਬਣਾਈਆਂ। ਕਹਿਣ ਦਾ ਭਾਵ ਹੈ ਕਿ ਜਿੱਥੇ ਕਿਤੇ ਵੀ ਸਾਨੂੰ ਲੱਗਦਾ, ਹੁਣ ਦਿੱਲੀ ਦੇ ਵਿੱਚ ਪੰਜਾਬੀਆਂ ਦਾ ਟੈਕਸੀ ਦਾ ਕਾਰੋਬਾਰ ਕਿਤੇ ਥੋੜ੍ਹਾ ਸੀ, ਹੁਣ ਅਰਬ ਦੇਸ਼ਾਂ ਦੇ ਵਿੱਚ ਤੁਸੀਂ ਇਹ ਦੇਖੋਗੇ ਕਿ ਜਿੱਥੇ ਕਿਤੇ ਪ੍ਰਵਾਸ ਸ਼ੁਰੂਗਾ ਪੰਜਾਬੀ ਪਹਿਲਾਂ ਜਾਣਗੇ। ਹੁਣ ਸਾਡੇ ਖੂਨ ਦੇ ਅੰਦਰ ਹੀ ਹੈਗਾ ਕਿ ਭਾਈ ਅਸੀਂ ਪ੍ਰਵਾਸ ਕਰਨਾ, ਪਰ ਪ੍ਰਵਾਸ ਕਰਨ ਦੇ ਵਿੱਚ ਵੀ ਜੋਖਮ ਦੀ ਇੱਕ ਪੱਧਰ ਹੋਣੀ ਚਾਹੀਦੀ ਹੈ ਨਾ, ਇੱਕ ਸੀਮਾ ਰੇਖਾ ਸਾਨੂੰ ਨਿਰਧਾਰਿਤ ਕਰਨੀ ਚਾਹੀਦੀ ਹੈ। ਦੇਖੋ ਇੱਧਰਲੇ ਪਾਸੇ ਪੰਜਾਬ ਦੇ ਵਿੱਚ ਬਹੁਤ ਔਕੜਾਂ ਨੇ, ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਇੱਕ ਪਰਿਵਾਰ ਦਾ ਜੀ ਕੋਈ ਬਿਮਾਰ, ਵੱਡੀ ਬਿਮਾਰੀ ਦਾ ਸ਼ਿਕਾਰ ਹੋ ਜਾਏ, ਤੁਸੀਂ ਲੱਖ ਕੋਸ਼ਿਸ਼ ਕਰ ਲਓ, ਪੁੱਠੇ ਲਟਕ ਜਾਓ, 24 ਘੰਟੇ ਕੰਮ ਕਰ ਲਓ, ਨਹੀਂ ਤੁਹਾਡੇ ਕੋਲ ਕੁਝ ਪੂਰਾ ਹੋ ਸਕਦਾ। ਹਾਂ, ਤੁਹਾਡੇ ਕੋਲ ਜ਼ਮੀਨ ਦਾ ਟੁਕੜਾ ਕੋਈ ਹੈਗਾ, ਤੁਹਾਨੂੰ ਇੱਕ ਸੁਰੱਖਿਆ ਦੀ ਭਾਵਨਾ ਹੁੰਦੀ ਹੈ, ਤੁਹਾਡੇ ਕੋਲ ਪੁਸ਼ਤੈਨੀ ਕੁਝ ਹੈਗਾ, ਜਾਂ ਪਰਿਵਾਰ ਦਾ 4 ਜੋੜੇ ਛਿੱਲੜ ਹੈਗੇ ਆ, ਆਮ ਲੋਕ ਔਖੇ ਨੇ, ਪਰ ਫਿਰ ਵੀ ਮੈਨੂੰ ਲੱਗਦਾ ਕਿ ਬਾਰਡਰ ਪਾਰ ਕਰਦਿਆਂ ਬੱਚਿਆਂ ਦੇ ਨਾਲੋਂ ਵੀ ਦਮ ਤੋੜਨ ਦੇ ਨਾਲੋਂ ਇੱਥੇ ਸਿਸਟਮ ਦੇ ਨਾਲ ਸੰਘਰਸ਼ ਕਰਦਿਆਂ ਘੱਟੋ ਘੱਟ ਅਗਲੀ ਪੀੜ੍ਹੀ ਦੇ ਲਈ ਕੁਝ ਸੁਧਾਰ ਕਰਦਿਆਂ ਦਮ ਤੋੜਨਾ ਬਿਹਤਰ ਹੋਏਗਾ। ਸੋ ਇਹ ਜ਼ਰੂਰੀ ਹੈ ਜੀ, ਬਾਕੀ ਇਹ ਤਾਂ ਸੋਚਣਾ ਹੁਣ ਹਰੇਕ ਨੇ ਆਪਣਾ ਆਪਣਾ, ਪਰ ਇੰਨਾ ਜ਼ਰੂਰ ਹੈ ਕਿ ਆਪਾਂ ਜੇ ਇਸੇ ਤਰੀਕੇ ਨਾਲ ਜਾਂਦੇ ਵੀ ਭੱਜ ਕੇ ਆਪਾਂ ਉੱਥੇ ਚਲੇ ਜਾਈਏ ਅਤੇ ਉੱਥੇ ਜਾ ਕੇ ਪਤਾ ਨਹੀਂ ਕੀ ਲੱਭ ਜਾਣਾ। ਮੈਂ ਸੋਚਦਾ ਹੁੰਦਾ ਕਿ ਦੇਖੋ ਜਿੱਦਾਂ ਆਪਾਂ ਕੈਨੇਡਾ ਅਮਰੀਕਾ ਦੀ ਗੱਲ ਕਰਦੇ, ਆਸਟ੍ਰੇਲੀਆ ਦੀ ਗੱਲ ਕਰਦੇ, ਹੋਰ ਕਈ ਮੁਲਕ ਨੇ ਜਿਹੜੇ ਕਿੰਨੇ ਕਿੰਨੇ ਮੀਲਾਂ ਦੇ ਮੀਲ ਖਾਲੀ ਪਏ ਆ। ਮਤਲਬ ਕਈ ਵਾਰਾਂ ਤਾਂ ਐਸੇ ਕੰਮ ਹੁੰਦਾ ਵੀ ਦੂਰ ਦੂਰ ਤੱਕ ਬੰਦਾ ਵੀ ਕੋਈ ਨਹੀਂ ਦੀਦਾ, ਉਹਨਾਂ ਥਾਵਾਂ 'ਤੇ ਜਾ ਕੇ ਆਪਾਂ ਲੱਗਦਾ ਵੀ ਅਸੀਂ ਸੁਰੱਖਿਅਤ ਹਾਂ। ਅਤੇ ਜਦੋਂ ਇੱਥੇ ਹਰੇਕ, ਤੁਸੀਂ ਮੈਨੂੰ ਨਹੀਂ ਲੱਗਦਾ ਵੀ ਇੱਥੇ ਪੰਜਾਬ ਦੇ ਪਹਿਲਾਂ ਉਹ ਸਮਾਂ ਹੁੰਦਾ ਸੀ ਜਦੋਂ ਤੁਸੀਂ ਮਤਲਬ ਜਿੱਧਰ ਨੂੰ ਮਰਜ਼ੀ ਖੁੱਲ੍ਹੇ ਚਲੇ ਜਾਓ, ਪਰ ਹੁਣ ਤਾਂ ਤੁਸੀਂ ਕਿਤੇ ਵੀ ਖੜ੍ਹ ਕੇ ਘੇਰੇ ਘੇਰੇ ਚੱਕਰ ਮਾਰੋ ਤਾਂ ਤੁਹਾਨੂੰ ਜਾਂ ਤਾਂ ਘਰ, ਮਕਾਨ, ਦੁਕਾਨਾਂ, ਸੜਕ, ਗੱਡੀਆਂ, ਮੋਟਰਾਂ ਬੰਦੇ ਦੀਦੇ ਨੇ ਆਮ, ਹੈ ਨਾ। ਹੁਣ ਅਸੀਂ ਇੱਥੇ ਸੁਰੱਖਿਅਤ ਨਹੀਂ ਮਹਿਸੂਸ ਕਰਦੇ ਆਪਣੇ ਆਪ, ਇਹ ਵੀ ਤਾਂ ਕਿਤੇ ਨਾ ਕਿਤੇ ਸੋਚਣ ਵਾਲੀ ਗੱਲ ਹੈ ਨਾ, ਵੀ ਜਿੱਥੇ ਉਜਾੜ ਵੀ ਆ ਬਾਹਰ ਉੱਥੇ ਆਪਣੇ ਆਪ ਨੂੰ ਸੁਰੱਖਿਅਤ ਲੱਗਦੇ ਹਾਂ, ਅਤੇ ਬੰਦਿਆਂ 'ਚ ਆਪਾਂ ਨੂੰ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਨ ਲੱਗ ਪੈਂਦੇ, ਸਾਨੂੰ ਡਰ ਕਿਹਦੇ ਤੋਂ ਹੈ, ਅਸਲ ਦੇ ਵਿੱਚ ਸਾਡੇ ਲਈ ਖਤਰਾ ਕੌਣ ਹੈ? ਕਿਉਂਕਿ ਪਿਛਲੇ ਸਮੇਂ 'ਚ ਸੰਧਾਲੀਆ ਸਭ, ਦੇਖੋ ਕਈ ਚੀਜ਼ਾਂ ਜਿਹੜੀਆਂ ਨਾ ਸਾਡੇ ਉੱਤੇ ਬਹੁਤ ਜ਼ਿਆਦਾ ਪ੍ਰਭਾਵ ਪਾਉਂਦੀਆਂ।
ਹੁਣ ਪਿਛਲੇ ਸਮੇਂ 'ਚ ਅਸੀਂ ਆਪਣੇ ਪਰਿਵਾਰਾਂ ਤੋਂ ਸੁਰੱਖਿਅਤ ਨਹੀਂ ਸੀ ਰਿਹਾ, ਕਿੱਦਾਂ ਦੀ ਸਾਡੀ ਮਾਨਸਿਕਤਾ ਇੱਥੇ ਬਣੀ ਜਾਂਦੀ ਹੈ। ਹੁਣ ਉਹ ਜਿਹੜੀ ਅਸੁਰੱਖਿਆ ਦੀ ਭਾਵਨਾ ਅਸੀਂ ਦੂਰ ਕਰਨੀ ਹੈ, ਕਿਉਂਕਿ ਇਹ ਨਹੀਂ ਮਸਲਾ ਕਿ ਸਰਕਾਰਾਂ ਹੀ ਠੀਕ ਹੋਣ, ਸਾਡੇ ਧਾਰਮਿਕ ਆਗੂ ਵੀ ਠੀਕ ਹੋਣ, ਸਾਨੂੰ ਜਾਤੀਆਂ ਦੇ ਵਿੱਚ ਵੰਡਣ ਵਾਲੇ ਵੀ ਹੁਣ ਠੀਕ ਹੋਣ। ਠੀਕ ਹੈ, ਲੀਡਰੀ ਤੁਸੀਂ ਕਰਨੀ ਹੈ, ਪਰ ਲੋਕਾਂ ਨੂੰ ਮਰਜ਼ੀ ਬੱਝੇ ਰਹਿਣ ਦਿਓ, ਲੋਕਾਂ ਨੂੰ ਰੋਟੀ ਖਾਂਦੇ ਰਹਿਣ ਦਿਓ, ਕਿਉਂਕਿ ਜੇ ਅਸੀਂ ਇਸੇ ਤਰੀਕੇ ਵੰਡੀਆਂ ਨਹੀਂ ਪਾਉਂਦੇਗਾ ਤਾਂ ਕੰਮ ਬਹੁਤਾ ਹੀ ਖਰਾਬ ਹੋ ਜੂਗਾ। ਬਿਲਕੁਲ ਸਹੀ, ਇਹ ਗੱਲ ਹੋਰ ਵੀ ਹੈ ਨਾ, ਬੰਦਾ ਕਹਿੰਦਾ ਵੀ ਇੱਥੇ ਨਾ ਜੀ ਕੰਮ ਕਾਰੋਬਾਰ ਨਹੀਂ ਕੋਈ ਲੱਭਦਾ ਜੀ, ਇਹ ਨਹੀਂ ਵੋ ਨਹੀਂ। ਮੈਨੂੰ ਲੱਗਦਾ ਹੁੰਦਾ ਵੀ ਇੱਕ ਮੋਟੀ ਜਿਹੀ ਉਦਾਹਰਣ ਇਹ ਹੋ ਸਕਦੀ ਹੈ ਵੀ ਜੇ ਕੋਈ ਵੀ ਲੀਡਰ ਹੈ, ਕੋਈ ਵੀ ਤਕੜਾ ਬੰਦਾ, ਉਹਨੂੰ ਲੱਗਦਾ ਵੀ ਮੈਂ ਰਾਜਨੀਤੀ ਜ਼ਰੀਏ ਆਪਣਾ ਕਾਰੋਬਾਰ ਸੈੱਟ ਕਰਨਾ, ਮੈਨੂੰ ਲੱਗਦਾ ਕਿਸੇ ਨੂੰ ਕੋਈ ਇਤਰਾਜ਼ ਨਹੀਂ। ਮੰਨ ਲਓ ਏ ਬੀ ਸੀ ਡੀ ਜਿੰਨੇ ਵੀ ਲੀਡਰ ਨੇ, ਕੋਈ ਆਖੇ ਮੇਰਾ ਫਲਾਨਾ ਕਾਰੋਬਾਰ, ਢੀਂਗੜਾ ਕਾਰੋਬਾਰ, ਕਿਸੇ ਨੂੰ ਕੀ ਇਤਰਾਜ਼ ਹੈ? ਤੁਸੀਂ ਕਰਦੇ ਹੋ ਆਪਣਾ ਕੰਮ, ਤੁਸੀਂ ਕਰੋ ਜੀ ਸਦਕੇ। ਪਰ ਜਦੋਂ ਉਹਨਾਂ ਦੇ ਥੱਲੇ ਤੱਕ ਦੇ ਬੰਦੇ ਆਪਣੇ ਆਪ ਨੂੰ ਉਹੀ ਲੀਡਰ ਸਮਝਣ ਲੱਗ ਪੈਂਦੇ, ਜਿੱਦਾਂ ਇੱਕ ਛੋਟੀ ਜਿਹੀ ਉਦਾਹਰਣ, ਮੰਨ ਲਓ ਮੈਂ ਬੱਸਾਂ ਦੀ ਦੇ ਰਿਹਾ, ਮੰਨ ਲਓ ਕਈ ਲੀਡਰਾਂ ਦੀਆਂ ਬੱਸਾਂ ਨੇ, ਹੁਣ ਲੀਡਰਾਂ ਦੇ ਬੱਸ, ਮੰਨ ਲਓ ਠੀਕ ਹੈ ਕਿਸੇ ਦਾ ਕਾਰੋਬਾਰ ਆ, ਹੋਵੇ ਜੀ ਸਦਕੇ, ਆਪਾਂ ਨੂੰ ਕੀ ਇਤਰਾਜ਼ ਆ? ਪਰ ਜਦੋਂ ਉਸ ਬੱਸ ਦੇ ਵਿੱਚ ਕਰਨ ਵਾਲਾ ਕੰਮ ਇੱਕ ਮੁਲਾਜ਼ਮ, ਕੰਡਕਟਰ, ਕੰਡਕਟਰ ਤੋਂ ਬਾਅਦ ਵੀ ਇੱਕ ਸੀਟੀ ਵਾਲਾ ਹੁੰਦਾ ਮੇਰੇ ਵਰਗਾ ਜੀ, ਉਹ ਬੰਦਾ ਵੀ ਜਦੋਂ ਚਾਰ ਚਪੇੜਾ ਮਾਰਨ ਤੱਕ ਜਾਂਦਾ ਥੱਲੇ ਵਾਲੇ ਰਾਹਗੀਰ ਦੇ, ਉਦੋਂ ਬੰਦੇ ਨੂੰ ਖਿੱਚ ਚੜ੍ਹਦੇ ਵੀ ਵੀਰ ਠੀਕ ਆ, ਇੱਕ ਬੰਦਾ ਦੀ ਕੋਲ ਪਾਵਰ ਆ, ਉਹਦੇ ਕੋਲ ਸਾਰਾ ਕੁਛ ਆ, ਪਰ ਤੂੰ ਉਹ ਨਹੀਂ ਆ, ਤੂੰ ਉਹਦਾ ਇੱਕ ਮੁਲਾਜ਼ਮ ਆ ਆਮ ਬੰਦਿਆਂ ਵਰਗਾ। ਉਹ ਮੇਰੇ ਖਿਆਲ ਨਾਲ ਜਿਹੜਾ ਸਿਸਟਮ ਜੇ ਉਹਨੂੰ ਸੁਧਾਰ ਲਿਆ ਜਾਵੇ ਵੀ ਜਿਹੜੇ ਥੱਲੇ ਵਾਲੇ ਮੁਲਾਜ਼ਮ ਨੇ ਬੰਦੇ ਦੇ ਪੁੱਤ ਬਣਾ ਦਿੱਤੇ ਜਾਣ ਵੀ ਭਾਈ ਸਾਡਾ ਕਾਰੋਬਾਰ ਆ ਅਤੇ ਕਾਰੋਬਾਰ ਸਾਡੇ ਤੱਕ ਆ, ਥੱਲੇ ਲੋਕਾਂ ਨਾਲ ਤੁਸੀਂ ਸਾਡੇ ਥਾਂ 'ਤੇ ਲੀਡਰ ਨਹੀਂ ਬਣਨਾ, ਅਤੇ ਮੇਰੇ ਖਿਆਲ ਨਾਲ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੋਣਾ। ਨਹੀਂ ਬਿਲਕੁਲ, ਹਰ ਬੰਦਾ ਜ਼ਮੀਨ 'ਤੇ ਪੈਰ ਰੱਖੇ, ਉੜੇ ਨਾ ਛੇਤੀ ਕੀਤੇ, ਕੁਰਸੀ ਮਿਲ ਜਾਏ ਅਸੀਂ ਜ਼ਮੀਨ ਤੋਂ ਪੈਰ ਚੱਕ ਦਿੰਦੇ ਹਾਂ, ਚਾਰ ਪੈਸੇ ਆ ਜਾਣ ਜ਼ਮੀਨ ਤੋਂ ਪੈਰ ਚੱਕ ਦਿੰਦੇ ਹਾਂ। ਬਾਕੀ ਕੰਮ ਹੈਗਾ, ਆਪਾਂ ਅਜੇ ਬੀਤੇ ਕੱਲ ਹੀ ਪ੍ਰਾਈਮ ਸੈਲਿਊਟ ਦੇ ਵਿੱਚ ਇੱਕ ਜਿਹੜਾ ਪ੍ਰੋਗਰਾਮ ਪਾਇਆ ਕਿ ਕਾਗਜ਼ ਦੀ ਭੰਬੀਰੀ ਦੇ ਨਾਲ ਤੁਰਦੀ ਜ਼ਿੰਦਗੀ ਜਿਹੜੀ ਹੈ ਨਾ, ਉਹਦੇ ਵਿੱਚ ਕੀ ਸੀ ਕਿ ਲੁਧਿਆਣੇ ਦਾ ਇੱਕ ਬੰਦਾ ਹਰ ਸਾਲ ਡਲਹੌਜ਼ੀ ਜਾਂਦਾ, ਉੱਥੇ ਭੰਬੀਰੀਆਂ ਵੇਚਦਾ, ਜਿਹਨੂੰ ਫਿਰਕੀ ਵੀ ਕਹਿ ਦਿੰਦੇ ਆ ਕਈ, ਉਹ ਹੁੰਦੀ ਨਾ ਇੱਕ ਬਾਂਸ ਦੇ ਉੱਤੇ ਐਂ ਘੁੰਮਦੀ ਹੈ ਜਿਹੜੀ ਅਸੀਂ ਬਚਪਨ ਦੇ ਵਿੱਚ, ਉਹ ਬੰਦਾ ਕਹਿੰਦਾ ਮੈਂ 500-700 ਰੁਪਇਆ ਦਿਹਾੜੀ ਆਰਾਮ ਨਾਲ ਕਮਾਉਣਾ। ਮੁੰਡਾ ਪੜ੍ਹਦਾ ਲੁਧਿਆਣੇ, ਉਹ ਵੀ ਆ ਕੇ 1.5-2 ਮਹੀਨੇ ਨਾਲ ਕੰਮ ਕਰਦਾ, ਅਤੇ ਅਸੀਂ ਬੜੇ ਮਾਣ ਨਾਲ ਕਹਿੰਦੇ ਕਿ ਅਸੀਂ ਕੰਮ ਕਰਦੇ, 500-700 ਰੁਪਈਆ ਦਿਹਾੜੀ ਬੰਦਾ ਕਮਾਵੇ, ਸਿਹਤ ਉਹਦੀ ਠੀਕ ਰਹੇ। ਮੈਂ ਕਹਿੰਦਾ ਇੰਨਾ ਕੁ ਸੰਘਰਸ਼ ਸਾਨੂੰ ਕਰਦੇ ਰਹਿਣਾ ਚਾਹੀਦਾ, ਸਾਡੇ ਦੇਸ਼ ਭਗਤ ਜਿਹਨਾਂ ਨੇ ਦੇਸ਼ ਆਜ਼ਾਦ ਕਰਾਇਆ ਸੀ ਉਹਨਾਂ ਦੀ ਜੇਬ 'ਚ ਤਾਂ ਰੁਪਈਆ ਵੀ ਨਹੀਂ ਹੁੰਦਾ, ਕਈ ਵਾਰੀ ਕੱਪੜੇ ਵੀ ਪਾਟ ਪੁੱਟ ਜਾਂਦੇ ਸੀ, ਪਰ ਨਹੀਂ, ਇੱਕ ਅਕੀਦਾ ਤਾਂ ਤੁਹਾਡਾ ਹੁੰਦਾ, ਟਾਰਗੇਟ ਟੀਚਾ ਉਦੇਸ਼ ਮੰਤਵ ਤਾਂ ਹੁੰਦਾ, ਉੱਧਰ ਨੂੰ ਤੁਰੋ ਭਾਈ। ਸਾਡੀ ਬੇਨਤੀ ਇਹੀ ਹੈ ਜੀ ਇਸ ਪ੍ਰੋਗਰਾਮ ਪ੍ਰਾਈਮ ਫੋਕਸ ਦੇ ਜ਼ਰੀਏ ਕਿ ਠੀਕ ਆ, ਲੀਡਰਾਂ ਤੋਂ ਦੂਜੇ ਤੀਜੇ ਥਾਂ ਤੋਂ ਆਪਾਂ ਆਸ ਕਰ ਸਕਦੇ ਹਾਂ, ਅੱਜ ਨਹੀਂ ਕੱਲ੍ਹ, ਕੱਲ੍ਹ ਨਹੀਂ ਪਰਸੋਂ, ਪਰ ਉਹ ਵੀ ਸਿਸਟਮ ਦੇ ਵਿੱਚ ਰਹਿ ਕੇ, ਅਤੇ ਉਹ ਸਿਸਟਮ ਉਹੀ ਜਿੱਦਾਂ ਮੈਂ ਪਹਿਲਾਂ ਜ਼ਿਕਰ ਕੀਤਾ ਸੀ ਕਿ ਚੱਕਾ ਚਾਹੇ ਜਿੱਡਾ ਮਰਜ਼ੀ ਹੋਵੇ, ਧੁਰਾ ਇੱਕ ਹੈ ਅਤੇ ਧੁਰਾ ਅਲਟੀਮੇਟਲੀ ਘੁੰਮ ਘੁੰਮਾ ਕੇ ਉਹ ਵੋਟ ਹੈ ਜਿਹਦਾ ਨਿਸ਼ਾਨ ਅਜੇ ਤੱਕ ਵੀ ਨਹੀਂ ਗਿਆ, ਦੇਖ ਲਓ ਮੇਰੀ ਉਮਰ 'ਤੇ ਲੱਗਾ, ਤੁਹਾਡੇ ਵੀ ਸ਼ਾਇਦ ਲੱਗਾ ਹੋਵੇ, ਪਰ ਇਹਨੂੰ ਆਪਾਂ ਥੋੜ੍ਹਾ ਜਿਹਾ ਸੁਧਾਰ ਲਈ ਇਸੇ ਸਿਸਟਮ ਤੋਂ ਗੱਲ ਬਣਨੀ ਹੈ। ਪਰ ਸਾਹਿਬ, ਆਪਾਂ ਜਿਹੜੀ ਗੱਲ ਅੱਜ ਕਰਨੀ ਸੀ ਉਹ ਆਪਣੀ ਵਾਹਵਾ ਪਿੱਛੇ ਪੈ ਗਈ, ਉਹ ਇਹ ਹੈ ਕਿ ਵੀ ਹੁਣ ਜਿਹੜਾ ਸਿਰਸੇ ਵਾਲਾ ਬਾਬਾ, ਉਹਨੂੰ ਪੈਰੋਲ ਮਿਲਣੀ ਹੈ ਨਹੀਂ ਮਿਲਣੀ ਹੈ, ਸਾਰਾ ਕੁਛ ਕਾਨੂੰਨ ਨੇ ਦੇਖਣਾ, ਪਰ ਜੋ ਖਬਰਾਂ ਆਉਂਦੀਆਂ ਨੇ ਉਹਦੇ ਤੋਂ ਬੜਾ ਇੱਕ ਅਜੀਬ ਜਿਹਾ ਮਾਹੌਲ ਬਣਿਆ ਪਿਆ, ਚਾਹੇ ਉਹ ਪੰਜਾਬ ਦੀ ਗੱਲ ਕਰ ਲਈਏ ਚਾਹੇ ਹਰਿਆਣੇ ਦੀ ਆਪਾਂ ਗੱਲ ਕਰ ਲਈਏ। ਹੁਣ ਉੱਥੇ ਜਿਹੜੀ ਸੱਤਾ 'ਤੇ ਰਹੇ ਉਹ ਭਾਜਪਾ, ਭਾਜਪਾ ਜਿਹੜੀ ਉਹਨੇ ਕੋਈ ਬਿਆਨ ਨਹੀਂ ਦਿੱਤਾ ਇਹੋ ਜਿਹਾ ਵੀ ਹਾਂ ਬਾਬੇ ਨੂੰ ਇਹ ਜ਼ਰੂਰ ਬਾਹਰ ਕੱਢਣਾ, ਜੇ ਵੋਟ ਆਈ, ਪਰ ਪਤਾ ਨਹੀਂ ਕਿਉਂ ਇੱਕ ਅੰਦਰ ਖਾਤੇ ਕਦੀ ਕਿਸੇ ਮੰਤਰੀ ਦਾ ਬਿਆਨ, ਕਦੀ ਕਿਸੇ ਅਫਸਰ ਦਾ ਬਿਆਨ, ਜਾਂ ਕਦੀ ਕਾਗਜ਼ਾਂ ਦਾ ਬਾਹਰ ਆਉਣਾ, ਜਾਂ ਉਹ ਜਿਹੜਾ ਪਰਿਵਾਰ ਹੈ ਛਤਰਪਤੀ ਹੋਰਾਂ ਦਾ, ਉਹਨਾਂ ਵੱਲੋਂ ਵਾਰ ਵਾਰ ਉਹ ਸਾਰੇ ਮੁੱਦੇ ਸਾਹਮਣੇ ਰੱਖਣੇ ਵੀ ਆਹ ਜਿਹੜੀ ਤੁਸੀਂ ਪੈਰੋਲ ਦੀ ਗੱਲ ਕਰਦੇ ਹੋ ਤਾਂ ਹੋ ਹੀ ਨਹੀਂ ਸਕਦੀ, ਇਹ ਮਿਲ ਹੀ ਨਹੀਂ ਸਕਦੀ, ਪਰ ਫਿਰ ਵੀ ਇੱਕ ਰਾਹ ਕੱਢਣ ਦੀ ਕੋਸ਼ਿਸ਼ ਜਿਹੜੀ ਭਾਜਪਾ ਵੱਲੋਂ ਕੀਤੀ ਜਾ ਰਹੀ, ਉਹਦੇ ਵਿੱਚ ਜਿਹੜੀ ਇੱਕ ਨੇੜਤਾ ਲੱਗ ਰਹੀ ਆ ਡੇਰੇ ਦੇ ਨਾਲ ਭਾਜਪਾ ਦੀ, ਚਾਹੇ ਉਹ ਡਾਇਰੈਕਟ ਹੋਵੇ ਚਾਹੇ ਇਨਡਾਇਰੈਕਟ ਹੋਵੇ, ਉਹ ਜਿਹੜਾ ਪੰਜਾਬ ਵਾਲਾ ਗੱਠਜੋੜ ਆ, ਜਾਂ ਹੁਣ ਜਿਹੜਾ ਨਵਾਂ ਨਵਾਂ ਇਹਨਾਂ ਲੋਕ ਸਭਾ ਚੋਣਾਂ ਦੇ ਵਿੱਚ ਅਕਾਲੀ ਦਲ ਭਾਜਪਾ ਦਾ ਹਰਿਆਣੇ 'ਚ ਬਣਿਆ ਗੱਠਜੋੜ ਸੀ, ਉਹਦੇ 'ਚ ਤਰੇੜਾ ਨਹੀਂ ਪਾਉਣ ਫਿਰਦੇ ਕੱਲ੍ਹ? ਦੇਖੋ ਸੰਧਾਲੀਆ ਸਾਹਿਬ, ਕਈ ਵਾਰੀ ਨਾ ਘਰ ਦੇ ਨਾਲ ਕੰਧ ਜਿਹੜੀ ਸਾਂਝੀ ਹੁੰਦੀ ਆ, ਅਸੀਂ ਗੁਆਂਢੀਆਂ ਨੂੰ ਉਲਾਂਭਾ ਦੇਣ ਜਾਂਦੇ ਹਾਂ, ਤੁਹਾਡੇ ਪਾਸੇ ਤੁਸੀਂ ਪਾਣੀ ਨਾ ਇੱਧਰ ਇਕੱਠਾ ਕਰਿਆ ਕਰੋ, ਸਾਡੇ ਵਾਲੇ ਪਾਸੇ ਸੇਮ ਆਈ ਜਾਂਦੀ, ਸਾਡਾ ਤਾਂ ਸੀਮਿੰਟ ਰੰਗ ਸਭ ਕੁਝ ਲਿਥ ਗਿਆ, ਇਹ ਸਾਰਾ ਕੁਝ ਵਾਪਰਨਾ ਹਰਿਆਣੇ 'ਚ ਆ, ਪਰ ਸਿਆਸੀ ਤੌਰ 'ਤੇ ਪਟਾਕੇ ਪੰਜਾਬ 'ਚ ਪੈ ਸਕਦੇ ਆ। ਅਕਾਲੀ ਦਲ ਅਤੇ ਭਾਜਪਾ ਦਾ ਪੰਜਾਬ 'ਚ ਗੱਠਜੋੜ ਹੈ, 1997 ਤੋਂ ਲਗਾਤਾਰ ਚੱਲਿਆ ਆ ਰਿਹਾ, ਇੱਕ ਕਰੀ ਮਾੜਾ ਮੋਟਾ ਬਿੰਗ ਵੱਲ ਜਿਹਾ ਪਿਆ ਸੀ, ਨਹੀਂ ਤਾਂ ਕੰਮ 22 ਸਾਲ ਹੋ ਗਿਆ ਚੱਲਿਆ ਹੀ ਆਉਂਦਾ। ਹੁਣ ਦਿੱਲੀ 'ਚ ਵੀ ਸਾਡਾ ਜਾਣੀ ਕਿ ਅਕਾਲੀ ਦਲ ਦਾ ਭਾਜਪਾ ਦੇ ਨਾਲ ਗੱਠਜੋੜ, ਹੁਣ ਉਹਦੇ ਤੋਂ ਬਾਅਦ ਹਰਿਆਣੇ 'ਚ ਹੈ ਨਹੀਂ ਸੀ, ਇੱਥੇ ਅਕਾਲੀ ਦਲ ਚੁਟਾਲਿਆਂ ਨਾਲ ਰਲ ਕੇ ਤੁਰਦਾ ਸੀ, ਜਿਹੜੇ ਓਮ ਪ੍ਰਕਾਸ਼ ਚੁਟਾਲੇ ਇੰਡੀਅਨ ਨੈਸ਼ਨਲ ਲੋਕ ਦਲ ਵਾਲੇ, ਪਰ ਥੋੜ੍ਹੇ ਮਹੀਨੇ ਪਹਿਲਾਂ ਚੁਟਾਲਿਆਂ ਨਾਲ ਇਸ ਗੱਲ ਨੂੰ ਕਲੇਸ਼ ਹੋ ਗਿਆ, ਉਹ ਕਹਿੰਦੇ ਸੀ ਕਿ ਸਤਲੁਜ ਯਮੁਨਾ ਲਿੰਕ ਨਹਿਰ 'ਚ ਪਾਣੀ ਛੱਡੋ, ਇਹ ਕਹਿੰਦੇ ਅਸੀਂ ਪਾਣੀ ਦੀ ਬੂੰਦ ਵੀ ਨਹੀਂ ਛੱਡਣੀ। ਚਲੋ, ਲੋਕਾਂ ਦੇ ਸਾਹਮਣੇ ਗੱਠਜੋੜ ਤੋੜ ਲਿਆ ਗਿਆ। ਹੁਣ ਉਹਦੇ ਤੋਂ ਬਾਅਦ ਲੰਘੀਆਂ ਲੋਕ ਸਭਾ ਦੀਆਂ ਚੋਣਾਂ 'ਚ
ਜਾਂ ਅਸੀਂ ਤੁਹਾਡੇ ਨਾਲ ਰਲ ਕੇ ਚੋਣ ਲੜਨੀ ਹੈ। ਉਹ ਕਹਿੰਦੇ ਅਸੀਂ ਤਾਂ 90 ਦੇ ਵਿੱਚੋਂ ਅਸੀਂ 75 ਸੀਟਾਂ ਜਿੱਤਣੀਆਂ। ਇੱਕ ਵਾਰ ਉਹਨਾਂ ਦਾ ਬਿਆਨ ਨਹੀਂ ਆਇਆ। ਪਰ ਜਿਹੜਾ ਅਕਾਲੀ ਦਲ ਮੇਲੇ ਜਾਂਦੇ ਵੱਡੇ ਬੰਦੇ ਦੇ ਨਾਲ ਭੱਜ ਭੱਜ ਕੇ ਰਲ ਨੂੰ ਫਿਰਦਾ, ਜਿਹਦੇ ਬੱਚਾ ਨਾਲ ਰਲਦਾ ਹੁੰਦਾ ਕਿ ਭਾਈ ਉਂਗਲੀ ਨਾ ਛੁੱਟ ਜਾਏ, ਮੱਸੇ ਵਾਲੀ ਟਰਾਲੀ 'ਤੇ ਚੜ੍ਹਨ ਨੂੰ ਫਿਰਦੇ ਨਹੀਂ ਆਇਆ ਜੀ। ਬਸ ਅਗਲਾ ਬੰਦਾ ਕਹਿੰਦਾ ਯਾਰ ਬੰਦੇ ਪੂਰੇ ਆਏ, ਇੱਦਾਂ ਕਰੋ ਫਿਰ ਡਾਲਾ ਖਾਲੀ ਕਰ ਦਿਓ ਇੱਥੇ, ਫਿਰ ਸਾਡੇ ਬੰਦਿਆਂ ਨੇ ਬਹਿਣਾ। ਉਹ ਅਗਲਾ ਬੰਦਾ ਸੁਣਦੇ ਨਹੀਂ ਵੀ ਡਾਲੇ ਦੇ ਕਿਹਨੇ ਬਹਿਣਾ ਕਿਹਨੇ ਨਹੀਂ ਬਹਿਣਾ ਹੈ। ਨਹੀਂ ਬਿਲਕੁਲ, ਇਹ ਤੁਹਾਡੀ ਗੱਲ ਠੀਕ ਹੈ। ਹੁਣ ਕੀ ਹੋਇਆ, ਅਕਾਲੀ ਦਲ ਸ਼ਰੇਆਮ ਠੋਕ ਵਜਾ ਕੇ ਕਹਿੰਦਾ ਸੀ ਕਿ ਸਾਡਾ ਬੀਜੇਪੀ ਨਾਲ ਹਰਿਆਣੇ 'ਚ ਸਮਝੌਤਾ, ਪਰ ਪਿਛਲੇ 10 ਦਿਨਾਂ 'ਚ ਸਥਿਤੀਆਂ ਤਬਦੀਲ ਹੋ ਗਈਆਂ, ਅਕਾਲੀ ਦਲ ਸੋਚਣ ਦੇ ਲਈ ਮਜਬੂਰ ਹੋ ਗਿਆ, ਹਾਲਾਂਕਿ ਜਨਤਕ ਤੌਰ 'ਤੇ ਨਹੀਂ ਕੁਝ ਕਹਿ ਰਿਹਾ। ਰਾਮ ਰਹੀਮ ਨੇ ਪੈਰੋਲ ਦੇ ਲਈ ਅਰਜ਼ੀ ਦਿੱਤੀ ਕਿ ਮੈਨੂੰ 42 ਦਿਨ ਦੇ ਲਈ ਛੱਡੋ। ਉਹਦੀ ਅਰਜ਼ੀ ਦੇ ਉੱਤੇ ਜੇਲ੍ਹ ਪ੍ਰਸ਼ਾਸਨ ਨੇ ਲਿਖਤਾ ਬੰਦਾ ਹੈ ਬੜਾ ਵਧੀਆ, ਇਹਨੇ ਤਾਂ ਇੱਕ ਵਾਰੀ ਵੀ ਕੋਈ ਨਿਯਮ ਤੋੜਿਆ ਹੀ ਨਹੀਂ। ਉੱਧਰਲੇ ਪਾਸਿਓਂ ਜਿਹੜੇ ਤਹਿਸੀਲਦਾਰ ਸਾਹਿਬ ਨੇ ਲਿਖਤਾ ਕਿ ਇਹਦੇ ਨਾਂ ਕੋਈ ਜ਼ਮੀਨ ਹੀ ਹੈਗੀ ਹੈ ਨਹੀਂ, ਅਤੇ ਉੱਧਰੋਂ ਸਰਕਾਰ ਪਤਾ ਕਹਿੰਦੀ ਹੈ ਤਹਿਸੀਲਦਾਰ ਦਾ ਲਿਖਿਆ ਥੋੜ੍ਹੀ ਚੱਲਣਾ, SDM ਸਾਹਿਬ ਲਿਖ ਕੇ ਦੇਣਗੇ। ਹੁਣ SDM ਸਾਹਿਬ ਕੀ ਲਿਖ ਕੇ ਦੇਣਗੇ, ਕੋਈ ਮਰਲਾ ਖੰਡ ਕਿਆਰੀ ਗਮਲਾ ਕੋਈ ਇਹਨਾਂ ਦੇ ਨਾਂ ਹੈਗਾ ਕਿ ਨਹੀਂ ਹੈਗਾ ਜਿੱਥੇ ਇਹ 42 ਦਿਨ ਖੇਤੀ ਕਰ ਸਕਣਗੇ। ਫਿਰ ਕ੍ਰਿਸ਼ਨ ਲਾਲ ਹੋਰੀ ਜਿਹੜੇ ਕਿ ਜੇਲ੍ਹ ਮੰਤਰੀ ਨੇ, ਉਹ ਵੀ ਕਹਿੰਦੇ ਕਾਨੂੰਨ ਦੇ ਮੁਤਾਬਕ ਜੇ ਬਣਦੀ ਹੋਈ ਪਰੋਲ ਮਿਲ ਸਕਦੀ ਹੈ। ਸਿਹਤ ਮੰਤਰੀ ਅਨਿਲ ਵਿਜ ਹੋਰੀ ਉਹ ਕਹਿੰਦੇ ਜੇ ਕਾਨੂੰਨ ਕਹਿੰਦਾ ਹੋਇਆ ਤਾਂ ਅਸੀਂ ਕਿਸੇ ਨੂੰ ਨਹੀਂ ਰੋਕਾਂਗੇ, ਪਰੋਲ ਮਿਲ ਸਕਦੀ ਹੈ। ਮੁੱਖ ਮੰਤਰੀ ਮਨੋਹਰ ਲਾਲ ਖੱਟਰ ਬਿਆਨ ਕੀ ਦਿੰਦੇ ਆ ਕਿ ਅਸੀਂ ਪਹਿਲਾਂ ਹਰਿਆਣੇ ਦਾ ਹਿੱਤ ਵੇਖਾਂਗੇ, ਬਾਕੀ ਸਾਰੀਆਂ ਗੱਲਾਂ ਬਾਅਦ ਨੇ, ਕਾਨੂੰਨ ਆਪਣਾ ਕੰਮ ਕਰੂ। ਇਹਦਾ ਮਤਲਬ ਹੈ ਕਿ ਉਹ ਕਾਨੂੰਨ ਦੇ ਮੁਤਾਬਕ ਹੀ ਕੰਮ ਕਰਦੇ ਆ, ਕਾਨੂੰਨ ਤੋਂ ਬਾਹਰ ਨਹੀਂ ਜਾਂਦੇ। ਪਰ ਇੱਕ ਵਾਰ ਵੀ ਭਾਰਤੀ ਜਨਤਾ ਪਾਰਟੀ ਦੇ ਕਿਸੇ ਲੀਡਰ ਨੇ ਇਹ ਨਹੀਂ ਕਿਹਾ ਕਿ ਉਹ ਬੰਦਾ 2 ਬਲਾਤਕਾਰਾਂ ਦਾ ਦੋਸ਼ੀ ਸਾਬਿਤ ਹੋ ਗਿਆ, ਉਹ ਬੰਦਾ ਇੱਕ ਕਤਲ ਦਾ ਦੋਸ਼ੀ ਸਾਬਿਤ ਹੋ ਗਿਆ, ਉਸ ਬੰਦੇ ਦੇ ਉੱਤੇ ਕਤਲ ਦਾ ਇੱਕ ਮੁਕੱਦਮਾ ਹੋਰ ਚੱਲਦਾ, 400 ਸਾਧੂਆਂ ਨੂੰ ਨਪੁੰਸਕ ਬਣਾਉਣ ਦਾ ਮੁਕੱਦਮਾ ਚੱਲਦਾ, ਉਹਦੇ ਡੇਰੇ ਦੇ ਅੰਦਰ ਜਿਹੜੀ ਗੈਰ ਕਾਨੂੰਨੀ ਸਕਿਨ ਬੈਂਕ ਚੱਲਦੀ ਸੀ ਉਹਦੀ ਇਨਕੁਆਇਰੀ ਚੱਲਦੀ ਹੈ, ਇੱਦਾਂ ਦੇ ਬੰਦੇ ਨੂੰ ਬਿਲਕੁਲ ਪਰੋਲ ਨਾ ਮਿਲੇ, ਕਦੀ ਵੀ ਨਹੀਂ ਕਿਹਾ। ਨਾਲੇ ਇਹ ਵੀ ਨਹੀਂ ਕਿਹਾ ਨਾ ਕਿ ਵੀ ਸਜ਼ਾ ਵੀ ਉਹਨੂੰ ਉਹ ਮਿਲੀ ਹੈ ਵੀ ਪਹਿਲਾਂ 10 ਸਾਲ ਪੂਰੇ ਕਰਨੇ ਆ ਜੀ, ਉਹ ਜਦੋਂ ਬੰਦਾ ਕਹਿੰਦਾ ਵੀ 10 ਸਾਲ ਪੂਰੇ ਹੋ ਗਏ ਸਜ਼ਾ ਹੋਣ, ਉਹ ਕਹਿੰਦੇ ਅਗਲੇ 10 ਸਾਲ ਸ਼ੁਰੂ ਹੋਣਗੇ ਜੀ, ਉਹ ਕਹਿੰਦੇ ਜੀ ਹੁਣ 20 ਸਾਲ ਪੂਰੇ ਹੋ ਗਏ ਹੁਣ, ਉਹ ਕਹਿੰਦੇ ਉਸ ਤੋਂ ਬਾਅਦ ਵਾਲੀ ਜਿਹੜੀ ਉਮਰ ਭਰ ਵਾਲੀ ਸਜ਼ਾ ਉਹ ਸ਼ੁਰੂ ਹੋ ਗਈ। ਮਤਲਬ ਇੱਕ ਪਾਸੇ ਤਾਂ ਇੱਦਾਂ ਦੀਆਂ ਸਜ਼ਾਵਾਂ ਨੇ ਵੀ ਬੰਦੇ ਨੂੰ ਬਾਹਰ ਹੀ ਨਹੀਂ ਕੱਢਣਾ, ਅਤੇ ਦੂਜੇ ਪਾਸੇ ਕਾਨੂੰਨ ਰਾਹ ਲੱਭਦਾ ਫਿਰ। ਇਹ ਤਾਂ ਡੈਫੀਨੇਟਲੀ ਜਿੱਦਾਂ ਤੁਸੀਂ ਪਹਿਲਾਂ ਉਹ ਕੰਧ ਵਾਲੀ ਗੱਲ ਕੀਤੀ ਨਾ ਜੀ, ਵੀ ਇੱਕ ਪਾਸੇ ਤਾਂ ਤੁਸੀਂ ਪਾਣੀ ਦੇ, ਪਾਣੀ ਦੇ ਪਾਣੀ ਦੇ ਦੂਜੇ ਪਾਸੇ ਨਾ 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 ਰੰਗ ਨਹੀਂ ਲੈਂਦਾ। ਇੱਧਰ ਵਾਲੇ ਮੇਰੇ ਖਿਆਲ ਕੱਲ੍ਹ ਦਾ ਬਿਆਨ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦਾ, ਉਹਨਾਂ ਦੇ ਬਿਆਨ ਦੇ ਵਿੱਚ ਇਹ ਸੀ ਕਿ ਵੀ ਬਾਬੇ ਨੂੰ ਹਰਿਆਣੇ ਜੋ ਕੀ ਕਰਦੇ ਨੇ ਹਰਿਆਣੇ ਦਾ ਮਸਲਾ, ਪਰ ਅਸੀਂ ਉਹਨੂੰ ਪੰਜਾਬ 'ਚ ਨਹੀਂ ਵੜਨ ਦਿਆਂਗੇ। ਇਹਦੇ ਵੀ ਬਹੁਤ ਸਾਰੇ ਮਾਇਨੇ, ਇਹ ਬਿਆਨ ਲੱਗਦਾ ਦੇਣਾ ਪਿਆ। ਕੋਰ ਕਮੇਟੀ ਦੀ ਮੀਟਿੰਗ ਸੀ ਅਕਾਲੀ ਦਲ ਦੀ, ਕਿਉਂਕਿ ਜਦੋਂ ਲਗਾਤਾਰ ਇਹ ਚਰਚਾ ਚੱਲਦੀ ਸੀ ਕਿ ਬੀਜੇਪੀ ਦੇ ਨਾਲ ਡੇਰਾ ਸਿਰਸਾ ਦੀ ਨੇੜਤਾ ਹੋ ਰਹੀ ਹੈ ਕਿਉਂਕਿ ਹਰਿਆਣੇ 'ਚ ਵਿਧਾਨ ਸਭਾ ਦੀਆਂ ਚੋਣਾਂ, ਅਕਾਲੀ ਦਲ ਦੇ ਉੱਤੇ ਪ੍ਰੈਸ਼ਰ ਸੀ ਕਿਉਂਕਿ ਅਕਾਲੀ ਦਲ ਦਾ ਮੁੱਖ ਵੋਟ ਬੈਂਕ ਪੰਜਾਬ 'ਚ ਪੰਥਕ ਆ, ਕੋਈ ਮੰਨੇ ਕੋਈ ਨਾ ਮੰਨੇ, ਪੰਥਕ ਵੋਟਾਂ ਅਕਾਲੀ ਦਲ ਨੂੰ ਪੈਂਦੀਆਂ, ਭਾਵੇਂ ਥੋੜ੍ਹੀਆਂ ਪੈਣ ਭਾਵੇਂ ਬਹੁਤੀਆਂ ਪੈਣ, ਅਤੇ ਜੇ ਅਕਾਲੀ ਦਲ ਹਰਿਆਣੇ 'ਚ ਜਾ ਕੇ ਇਸ ਸਥਿਤੀ 'ਚ ਭਾਜਪਾ ਦੇ ਨਾਲ ਗੱਠਜੋੜ ਕਰਦਾ ਤਾਂ ਉਹਦੇ ਨਾਲ ਬਹੁਤ ਵੱਡੇ ਸਵਾਲ ਪੰਜਾਬ 'ਚ ਖੜ੍ਹੇ ਹੋਣਗੇ। ਪੰਜਾਬ 'ਚ ਬਾਕੀ ਧਿਰਾਂ ਠੋਕ ਵਜਾ ਕੇ ਕਹਿਣਗੀਆਂ ਕਿ ਭਾਈ ਵੇਖਿਆ ਉਸ ਬੀਜੇਪੀ ਦੇ ਨਾਲ ਹਰਿਆਣੇ 'ਚ ਰਲ ਕੇ ਚੋਣ ਲੜੇ ਆ ਜਿਹੜੀ ਬੀਜੇਪੀ ਬਾਬੇ ਦਾ ਕਿਤੇ ਨਾ ਕਿਤੇ ਸਿੱਧਾ ਸਿੱਧਾ ਪੱਖ ਪੂਰਦੀ ਹੈ, ਜਾਂ ਬੀਜੇਪੀ ਘੱਟੋ ਘੱਟ ਉਸ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਦਾ ਵਿਰੋਧ ਨਹੀਂ ਕਰਦੀ। ਇਸ ਕਰਕੇ ਅਕਾਲੀ ਦਲ ਦੇ ਲਈ ਬਹੁਤ ਵੱਡਾ ਧਰਮ ਸੰਕਟ ਹੈ। ਜੇ ਆਉਣ ਵਾਲੇ ਸਮੇਂ 'ਚ ਪੈਰੋਲ ਗੁਰਮੀਤ ਰਾਮ ਰਹੀਮ ਨੂੰ ਮਿਲਦੀ ਹੈ, ਸਿੱਧੇ ਤੌਰ ਦੇ ਉੱਤੇ ਹਰਿਆਣੇ ਦੀ ਖੱਟਰ ਸਰਕਾਰ ਦੇ ਵੱਲ ਨੂੰ ਉਂਗਲਾਂ ਉੱਠਣਗੀਆਂ, ਅਤੇ ਜੇ ਹਰਿਆਣੇ 'ਚ ਉਸ ਸਥਿਤੀ 'ਚ ਵੀ ਅਕਾਲੀ ਦਲ ਬੀਜੇਪੀ ਦੇ ਨਾਲ ਗੱਠਜੋੜ ਜਾਰੀ ਰੱਖਦਾ ਤਾਂ ਪੰਜਾਬ ਦੇ ਵਿੱਚ ਬਹੁਤ ਵੱਡੇ ਵੋਟ ਬੈਂਕ ਨੂੰ ਖਤਰਾ ਪੈਦਾ ਹੋ ਸਕਦਾ। ਪਰ ਜੇ ਇਸ ਮੁੱਦੇ 'ਤੇ ਆ ਕੇ ਕਿ ਪੰਜਾਬ ਦੀਆਂ ਵੋਟਾਂ ਬਚਾ ਲਓ, ਬੀਜੇਪੀ ਦੇ ਨਾਲ ਹਰਿਆਣੇ 'ਚ ਗੱਠਜੋੜ ਤੋੜਦਾ, ਅਕਾਲੀ ਦਲ ਦੇ ਲਈ ਸੌਖਾ ਨਹੀਂ। ਬੀਬੀ ਹਰਸਿਮਰਤ ਕੌਰ ਬਾਦਲ ਕੇਂਦਰ 'ਚ ਕੈਬਨਿਟ ਮੰਤਰੀ ਨੇ, ਉਹ ਕੁਰਸੀ ਬਚਾ ਕੇ ਰੱਖਣੀ ਵੀ ਬਹੁਤ ਜ਼ਰੂਰੀ ਹੈ। ਕੇਂਦਰੀ ਸਰਕਾਰ ਦੇ ਰਾਹੀਂ ਪੰਜਾਬ ਦੇ ਵਿੱਚ 4 ਗ੍ਰਾਂਟਾਂ ਲੈ ਕੇ 2 ਸਾਲਾਂ 'ਚ ਅਕਾਲੀ ਦਲ ਨੂੰ ਮਜ਼ਬੂਤ ਰੱਖਣਾ ਵੀ ਬਹੁਤ ਜ਼ਰੂਰੀ ਹੈ। ਇਸ ਕਰਕੇ ਆਉਣ ਵਾਲਾ ਸਮਾਂ ਸੱਚੀ ਮੁੱਚੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਲਈ ਬਹੁਤ ਔਖਾ ਸਮਾਂ ਹੈ। ਜੇ ਠੋਕ ਕੇ ਵਿਰੋਧ ਕਰਦੇ ਹੈ ਤਾਂ ਭਾਰਤੀ ਜਨਤਾ ਪਾਰਟੀ ਦੇ ਨਾਲ ਕੰਮ ਔਖਾ ਹੁੰਦਾ, ਜੇ ਠੋਕ ਕੇ ਵਿਰੋਧ ਨਹੀਂ ਕਰਦੇ ਤਾਂ ਪੰਥਕ ਵੋਟਰ ਔਖਾ ਹੁੰਦਾ। ਪਰ ਇਸ ਮੌਕੇ 'ਤੇ ਹੁਣ ਅੰਦਰੂਨੀ ਤੌਰ ਦੇ ਉੱਤੇ ਸੈਟਿੰਗ ਅਕਾਲੀ ਦਲ ਕਿਵੇਂ ਕਰ ਪਾਊਗਾ ਇਹ ਆਉਣ ਵਾਲਾ ਸਮਾਂ ਦੱਸੂ। ਪਰ ਗੁਰਮੀਤ ਰਾਮ ਰਹੀਮ ਇੱਕ ਵਾਰੀ ਫਿਰ ਅਕਾਲੀ ਦਲ ਦੇ ਲਈ ਦੁੱਖ ਵਾਲਾ ਦੰਦ ਬਣ ਗਿਆ। ਦੁੱਖ ਵਾਲੇ ਦੰਦ ਦਾ ਮੈਨੂੰ ਲੱਗਦਾ ਵੀ ਉਹਨਾਂ ਨੇ ਦੰਦ ਕਢਾ ਦੇਣਾ, ਇੰਨਾ ਰੱਖਣ ਵਾਲਾ ਹੈ ਨਹੀਂ ਅਕਾਲੀ ਦਲ, ਕਿਉਂਕਿ ਕੱਲ੍ਹ ਵਾਲੀ ਕੋਰ ਕਮੇਟੀ ਤੋਂ ਬਾਅਦ ਤੁਸੀਂ ਸ਼ਾਇਦ ਪੜ੍ਹਿਆ ਹੋਵੇ ਤਾਂ ਅੱਜ ਬਹੁਤ ਸਾਰੀਆਂ ਖਬਰਾਂ ਫਿਰ ਉਸੇ ਤਰ੍ਹਾਂ ਦੀਆਂ ਆਈਆਂ ਨੇ ਜਿਹੜੀਆਂ ਵਿੱਚ ਆਉਂਦੀਆਂ ਰਹਿੰਦੀਆਂ, ਕਿਉਂਕਿ ਕਈ ਵਾਰ ਵੀਡੀਓ ਦੇ ਵਿੱਚ ਵਿਖਾਇਆ ਜਾਂਦਾ ਕਿ ਹਾਂਜੀ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਧਰਨੇ 'ਤੇ ਬੈਠੇ ਨੇ, ਪਾਣੀ ਦੀਆਂ ਵਿਛਾੜਾਂ ਨੇ, ਅਤੇ ਦੇਖੋ ਜੀ ਸ੍ਰੀ ਸਾਹਿਬ ਨਜ਼ਰ ਨਹੀਂ ਆ ਰਿਹਾ। ਪਰ ਕੱਲ੍ਹ ਵਾਲੀ ਮੀਟਿੰਗ ਦੇ ਵਿੱਚ ਫਿਰ ਤੋਂ ਪਤਾ ਨਹੀਂ ਕਿਉਂ ਪੱਤਰਕਾਰਾਂ ਦਾ ਕੈਮਰਾ ਵੀ ਉੱਥੇ ਜਾ ਕੇ ਫਸ ਜਾਂਦਾ, ਉਹ ਕਹਿੰਦੇ ਵੀ ਕੱਲ੍ਹ ਫਿਰ ਸ੍ਰੀ ਸਾਹਿਬ ਨਜ਼ਰ ਆ ਰਿਹਾ। ਇਹਦਾ ਮਤਲਬ ਵੀ ਸਰਦਾਰ ਸੁਖਬੀਰ
ਉਹ ਇੱਕ ਰਾਜਨੀਤਿਕ ਭਾਈਵਾਲ ਦਾ ਕਰਕੇ ਜੇ ਆਪਣੇ ਦੁਖਣ ਵਾਲਾ ਦੰਦ ਬਣਦਾ ਤਾਂ ਮੇਰੇ ਖਿਆਲ ਨਾਲ ਉਹਨਾਂ ਨੇ ਪਲਾਸ ਨਾਲ ਖਿੱਚਣ ਵਾਲਾ ਕੰਮ ਜ਼ਿਆਦਾ ਛੇਤੀ ਕਰਨਾ, ਕਿਉਂਕਿ ਗੱਲ ਇਹ ਹੈ ਨਾ ਵੀ ਬਾਬਾ ਸਾਧ, ਜੇ ਆਪਾਂ ਵੈਸੇ ਵੀ ਅਕਾਲੀ ਦਲ ਦੇ ਇਤਿਹਾਸ ਦੀ ਗੱਲ ਕਰੀਏ ਤਾਂ ਅਗਲੇ ਸਾਲ 100 ਸਾਲ ਪੂਰਾ ਹੋ ਜਾਣਾ ਇੱਕ ਪਾਰਟੀ 100 ਸਾਲ ਤੋਂ ਐਗਜ਼ਿਸਟ ਕਰਦੀ ਪਈ। ਬਾਬਾ ਦਾ ਕੱਲ੍ਹ ਦੀਆਂ ਗੱਲਾਂ ਨੇ ਜੀ, ਅਤੇ ਜੇ ਗੱਠਜੋੜ ਦੀ ਗੱਲ ਕਰੋ ਆਪਾਂ 20-22 ਸਾਲ ਪੁਰਾਣਾ। ਹੁਣ ਜੇ ਪਾਰਟੀ ਇੰਨੀ ਦੇਰ ਤੋਂ ਐਗਜ਼ਿਸਟ ਕਰ ਰਹੀ ਸੀ ਤਾਂ ਇਹ ਵੀ ਤਾਂ ਹੋ ਸਕਦਾ ਵੀ ਜਿੱਦਾਂ ਮੋੜਾ ਦੂਸਰੇ ਪਾਸੇ ਕੱਟਿਆ ਜਾਵੇ, ਕੋਈ ਗੱਲ ਨਹੀਂ ਸੀ ਇਕੱਲੇ ਹੀ ਦੇਖ ਲਵਾਂਗੇ, ਇਸ ਪਾਸੇ ਵੀ ਤਾਂ ਆਈ ਸਕਦੀ ਗੱਲ ਨਹੀਂ। ਬਿਲਕੁਲ ਠੀਕ ਹੈ, ਇਹ ਗੱਲ ਹੋ ਸਕਦੀ ਹੈ ਕਿ ਅਕਾਲੀ ਦਲ ਕਹੇ ਕਿ ਭਾਈ ਅਸੀਂ ਇਕੱਲੇ ਲੜ ਲਾਂਗੇ, ਪਰ ਅਸੀਂ ਓਡਾ ਵੱਡਾ ਜੋਖਮ ਨਹੀਂ ਲੈ ਸਕਦੇ, ਅਸੀਂ ਪੰਥਕ ਵੋਟ ਬੈਂਕ ਟੁੱਟਣ ਵਾਲਾ ਰਿਸਕ ਨਹੀਂ ਲੈ ਸਕਦੇ। ਪਰ ਅਕਾਲੀ ਦਲ ਦੇ ਲਈ 2-3 ਗੱਲਾਂ ਸੋਚਣ ਵਾਲੀਆਂ ਨੇ। ਪੰਜਾਬ ਦੇ ਸ਼ਹਿਰਾਂ ਦੇ ਵਿੱਚ ਜਿਸ ਤਰੀਕੇ ਭਾਰਤੀ ਜਨਤਾ ਪਾਰਟੀ ਨੇ ਐਤਕੀ ਮਜ਼ਬੂਤੀ ਹਾਸਲ ਕੀਤੀ ਹੈ, ਫਿਰ ਸ਼ਹਿਰਾਂ ਦੀਆਂ ਉਹ ਜਿਹੜੀਆਂ 34-35 ਵਿਧਾਨ ਸਭਾ ਦੀਆਂ ਸੀਟਾਂ, ਅਕਾਲੀ ਦਲ ਫਿਰ ਉੱਧਰ ਖਿਆਲ ਨਾ ਰੱਖੇ। ਉਹ 34-35 ਸੀਟਾਂ ਜੇ ਪਰੇ ਕਰਕੇ ਚੱਲੂਗਾ ਅਕਾਲੀ ਦਲ, ਅਤੇ ਬਾਕੀ ਫਿਰ ਅਸੀਆਂ ਸੀਟਾਂ ਦੇ ਵਿੱਚੋਂ 60 ਕਿਵੇਂ ਜਿੱਤੀਆਂ ਜਾ ਸਕਦੀਆਂ ਜਿਹੜੀਆਂ ਬਹੁਮਤ ਦੇ ਲਈ ਜ਼ਰੂਰੀ ਨੇ। ਦੂਸਰੀ ਗੱਲ, ਭਾਰਤੀ ਜਨਤਾ ਪਾਰਟੀ ਮਾਲਵੇ ਦੇ ਵਿੱਚ ਪੈਰ ਲਾਉਣ ਨੂੰ ਫਿਰਦੀ ਹੈ, ਪੇਂਡੂ ਖੇਤਰ ਦੇ ਵਿੱਚ ਜਾਣ ਨੂੰ ਫਿਰਦੀ ਹੈ, 6 ਜੁਲਾਈ ਤੋਂ 11 ਜੁਲਾਈ ਤੱਕ ਮੈਂਬਰਸ਼ਿਪ ਡਰਾਈਵ ਸ਼ੁਰੂ ਕਰਨੀ ਹੈ। ਅਤੇ ਉਹਨਾਂ ਦੇ ਲਈ ਹੋ ਸਕਦਾ ਕਿ ਜੇ ਅਕਾਲੀ ਦਲ ਆਪ ਹੀ ਕਹੇ ਕਿ ਭਾਈ ਡੇਰਾ ਸਿਰਸਾ ਦੇ ਮੁਖੀ ਦੇ ਮੁੱਦੇ 'ਤੇ ਅਸੀਂ ਤੁਹਾਡੇ ਨਾਲ ਤੋੜ ਵਿਛੋੜਾ ਕਰਦੇ ਹਾਂ, ਜਿਹੜਾ ਕਿ ਅਜੇ ਬਹੁਤ ਔਖਾ ਲੱਗਦਾ, ਅਸੰਭਵ ਜਿਹਾ ਲੱਗਦਾ, ਪਰ ਹੋ ਸਕਦਾ। ਹੁਣ ਉਸ ਮੁੱਦੇ 'ਤੇ ਹੋ ਸਕਦਾ ਫਿਰ ਭਾਰਤੀ ਜਨਤਾ ਪਾਰਟੀ ਸਿੱਧੀ ਹੋ ਕੇ ਪੈ ਜਾਏ ਕਿ ਕੋਈ ਗੱਲ ਨਹੀਂ ਭਾਈ ਜਾਣਾ ਜਾਓ, 2 ਸਾਲਾਂ ਦੇ ਵਿੱਚ ਅਸੀਂ ਭਾਵੇਂ ਡੇਰੇ ਦੀ ਹਮਾਇਤ ਲਈਏ ਅਤੇ ਭਾਵੇਂ ਕਿਸੇ ਹੋਰ ਦੀ ਲਈਏ, ਅਸੀਂ ਮਾਲਵੇ ਦੇ ਵਿੱਚ ਤੁਹਾਨੂੰ ਪੈਰ ਲਾ ਕੇ ਵਿਖਾਵਾਂਗੇ। ਨਹੀਂ, ਇਹ ਇੱਥੇ ਵੀ ਇੱਕ ਦੂਜੀ ਤਰ੍ਹਾਂ ਦੀ ਟੱਕਰ ਸ਼ੁਰੂ ਹੋ ਰਹੀ ਹੁਣ। ਦੇਖੋ, ਕਾਂਗਰਸ ਪਾਰਟੀ ਹੈ, ਕਾਂਗਰਸ ਪਾਰਟੀ ਆਪਣੇ ਆਪ ਨੂੰ ਸੈਕੂਲਰ ਪਾਰਟੀ ਕਹਿੰਦੇ, ਉਹ ਕਹਿੰਦੇ ਵੀ ਸਾਡਾ ਕਿਸੇ ਧਰਮ ਨਾਲ ਕੋਈ ਜੋੜ ਤੋੜ ਨਹੀਂ। ਆਮ ਆਦਮੀ ਪਾਰਟੀ ਹੈ, ਸੇਮ ਬਿਆਨ ਉਹਨਾਂ ਦੇ ਨੇ। ਹੁਣ ਉਹ ਵਾਲੀਆਂ ਪਾਰਟੀਆਂ ਵੀ ਜਦੋਂ ਇਹ ਡੇਰੇ ਵਾਲਾ ਮਸਲਾ ਆਉਂਦਾ ਤਾਂ ਉਹ ਭਾਵੇਂ ਅੰਦਰ ਖਾਤੇ ਜੋ ਮਰਜ਼ੀ ਕਰਨ, ਪਰ ਉੱਪਰੇ ਤੌਰ ਦੇ ਉੱਪਰ ਜਿਹੜੇ ਨਸ਼ਰ ਹੁੰਦੇ ਨੇ ਬਿਆਨ, ਉਹਦੇ ਵਿੱਚ ਦੂਸਰੇ ਪਾਸੇ ਖੜਦੇ ਵੀ ਨਹੀਂ ਵੀ ਇਹ ਚੀਜ਼ ਗਲਤ ਆ। ਅਤੇ ਭਾਜਪਾ ਜੇ ਉਸ ਚੀਜ਼ ਦੇ ਹੱਕ ਦੇ ਵਿੱਚ ਖੜ ਕੇ ਦੇ ਆਖੇ ਪੰਜਾਬ 'ਚ ਪੈਰ ਲਾਉਣ 'ਤੇ ਲੱਗ ਜਾਣਗੇ। ਨਹੀਂ, ਪੈਰ ਲੱਗਣਗੇ ਤਾਂ ਨਹੀਂ, ਪਰ ਪਹਿਲਾਂ ਲੱਗੇ ਹੋ ਆ, ਪਹਿਲਾਂ ਵੀ ਤਾਂ ਅਕਾਲੀ ਦਲ ਤੋਂ ਬਿਨਾਂ ਨਹੀਂ ਲੱਗੇ। ਭਾਰਤੀ ਜਨਤਾ ਪਾਰਟੀ ਦੀ ਜੇ ਤੁਸੀਂ ਵਰਕਿੰਗ ਦੇਖੋ, ਜੋ ਮਹਾਰਾਸ਼ਟਰ 'ਚ ਕੀਤਾ, ਜੋ ਬਿਹਾਰ 'ਚ ਕੀਤਾ, ਜੋ ਹਰਿਆਣੇ 'ਚ ਕੀਤਾ, ਉਹਨਾਂ ਦਾ ਕੰਮ ਕਰਨ ਦਾ ਢੰਗ ਵੱਖਰਾ ਕਿ ਪਹਿਲਾਂ ਇੱਕ ਵਾਰੀ ਕਿਸੇ ਵੀ ਤਰੀਕੇ ਤੁਸੀਂ 5 ਤੋਂ ਲੈ ਕੇ 10% ਵੋਟਰਾਂ ਤੱਕ ਪਹੁੰਚੋ, ਉਹਦੇ ਤੋਂ ਬਾਅਦ ਆਪਣੇ ਪੈਰ ਪਸਾਰੋ 20% ਤੱਕ ਪਹਿਲੇ ਬੰਦੇ ਨੂੰ ਭਾਵੇਂ ਛੱਡ ਦਿਓ, ਦੂਸਰੇ ਤਰੀਕੇ ਦਾ ਕੰਮ ਸ਼ੁਰੂ ਕਰ ਲਓ। ਕਿਉਂਕਿ ਇਸ ਵੇਲੇ ਕੇਂਦਰ ਦੇ ਵਿੱਚ ਉਹਨਾਂ ਦੀ ਸਰਕਾਰ ਆ ਅਤੇ ਕੇਂਦਰ ਸਰਕਾਰ ਦੇ ਹੱਥ ਵੱਸ ਬਹੁਤ ਕੁਝ ਹੁੰਦਾ। ਇਸ ਕਰਕੇ ਭਾਰਤੀ ਜਨਤਾ ਪਾਰਟੀ ਨੂੰ ਆਰਜ਼ੀ ਤੌਰ 'ਤੇ 2-4 ਸਾਲ ਦੇ ਲਈ ਜੇ ਸਹਾਰਾ ਲੈਣਾ ਪਿਆ ਉਹ ਗੁਰੇਜ਼ ਨਹੀਂ ਕਰਨਗੇ, ਉਹ ਨਹੀਂ ਕਰਦੇ। ਹੁਣ ਜੰਮੂ ਕਸ਼ਮੀਰ ਦੇ ਵਿੱਚ ਤੁਸੀਂ ਦੇਖੋ, ਪੈਰ ਲਾਉਣੇ ਸੀ ਬੀਜੇਪੀ ਨੇ, ਪੀਪਲਸ ਡੈਮੋਕ੍ਰੇਟਿਕ ਪਾਰਟੀ ਦੀ ਨੀਤੀ ਬਿਲਕੁਲ ਹੀ ਅੱਡ ਆ। ਉਹ ਕਹਿੰਦੇ ਜੰਮੂ ਕਸ਼ਮੀਰ ਨੂੰ ਵੱਧ ਅਧਿਕਾਰ ਦਿਓ, ਆ ਦਿਓ, ਫਲਾਨਾ ਦਿਓ। ਭਾਜਪਾ ਕਹਿੰਦੀ ਆ ਕਿ ਅਸੀਂ 370-35 ਇਹ ਧਾਰਾ ਵੀ ਤੋੜਨੀ ਆ। ਫਿਰ ਵੀ ਕਿੰਨੇ ਸਾਲ ਲਗਾਤਾਰ ਉਹਨਾਂ ਰਲ ਕੇ ਸਰਕਾਰ ਚਲਾਈ, ਫਿਰ ਵੀ ਸਰਕਾਰ ਚਲਾਉਣ ਤੋਂ ਬਾਅਦ 6ਾਂ ਦੇ ਵਿੱਚੋਂ 3 ਸੀਟਾਂ ਜਿੱਤੀਆਂ ਕਿ ਨਹੀਂ ਜਿੱਤੀਆਂ। ਇਸ ਕਰਕੇ ਆਰਜ਼ੀ ਤੌਰ 'ਤੇ ਸਹਾਰਾ ਜਿਹੜਾ ਜੇ ਉਹਨਾਂ ਨੂੰ ਲੈਣਾ ਪਿਆ ਤਾਂ ਉਹ ਗੁਰੇਜ਼ ਨਹੀਂ ਕਰਨਗੇ। ਪਰ ਇੱਕ ਗੱਲ ਅਸੀਂ ਇੱਥੇ ਚੇਤੇ ਰੱਖੀਏ, ਕਿਹੜੇ ਸਿਧਾਂਤਾਂ ਦੀ ਅਸੀਂ ਗੱਲ ਕਰਦੇ ਹਾਂ, ਕਿਹੜੇ ਨੁਕਸਾਨ ਦੀ ਗੱਲ ਕਰਦੇ ਹਾਂ। ਅਕਾਲੀ ਦਲ ਅਤੇ ਭਾਜਪਾ ਦਾ ਗੱਠਜੋੜ ਹੈ, ਕੋਈ ਸਿਧਾਂਤ ਨਹੀਂ ਮਿਲਦਾ, ਕੋਈ ਵਿਚਾਰਧਾਰਾ ਨਹੀਂ ਮਿਲਦੀ, ਕੋਈ ਉਦੇਸ਼ ਨਹੀਂ ਮਿਲਦਾ, ਕੋਈ ਟੀਚਾ ਨਹੀਂ ਮਿਲਦਾ, ਕੋਈ ਮੰਤਵ ਨਹੀਂ ਮਿਲਦਾ। ਅਤੇ ਜੇ ਕਦੇ ਪੱਤਰਕਾਰ ਪੁੱਛਣ, ਉਹ ਕਹਿੰਦੇ ਸਿਧਾਂਤ ਵਿਚਾਰਧਾਰਾ ਦੀ ਗੱਲ ਨਹੀਂ। ਬਾਦਲ ਸਾਹਿਬ ਨੂੰ ਵੀ ਭਾਵੇਂ ਪੁੱਛ ਲਓ, ਇਹ 9 ਮਾਸ ਦਾ ਰਿਸ਼ਤਾ, ਇਹ ਹਿੰਦੂ ਸਿੱਖ ਏਕਤਾ ਦਾ ਪ੍ਰਤੀਕ ਹੈ, ਇਹ ਸਮਾਜਿਕ ਏਕਤਾ ਦਾ ਪ੍ਰਤੀਕ ਹੈ, ਅਸੀਂ ਇਹਨੂੰ ਇਸ ਕਰਕੇ ਚਲਾ ਰਹੇ ਹਾਂ। ਇਸ ਕਰਕੇ ਸਿਆਸਤਦਾਨਾਂ ਦੇ ਕੋਲ ਲੌਜਿਕ ਬਹੁਤ ਹੁੰਦੇ ਆ, ਸਿਆਸਤਦਾਨਾਂ ਦੇ ਕੋਲ ਤਰਕ ਬਹੁਤ ਹੁੰਦੇ ਆ। ਅਤੇ ਇਸ ਵੇਲੇ ਜੇ ਅਕਾਲੀ ਦਲ ਇਸ ਮੁੱਦੇ ਦੇ ਉੱਤੇ ਕਸੂਤਾ ਫਸਿਆ ਤਾਂ ਕੰਮ ਖਰਾਬ ਹੋ ਜੂਗਾ। ਮੈਂ ਇਹ ਵੀ ਦੱਸਦਾ ਕਿ ਬੀਜੇਪੀ ਦੇ ਨਾਲੋਂ ਗੱਠਜੋੜ ਤੋੜਨਾ ਅਕਾਲੀ ਦਲ ਦੇ ਲਈ ਔਖਾ, ਜਿੰਨਾ ਮਸਲਾ ਔਖਾ। ਕਿਵੇਂ ਸਿਰਸਾ ਸਾਹਿਬ ਕਿਹੜੀ ਟਿਕਟ ਦੇ ਉੱਤੇ ਚੋਣ ਲੜ ਕੇ MLA ਬਣੇ ਆ ਦਿੱਲੀ 'ਚ? ਕੋਈ ਗੱਲ ਨਹੀਂ ਯਾਰ, ਉਹ DSGMC ਦੇ ਪ੍ਰਧਾਨ ਬਣਾ ਲਏ ਸੀ, ਅਸੀਂ MLAship ਛੱਡ ਦਾਂਗੇ, ਛੱਡ ਦਿੱਤੀ। ਹਰਿਆਣੇ ਦੇ ਵਿੱਚ ਮੰਨ ਲਓ ਜੇ ਬੀਜੇਪੀ ਦੇ ਨਾਲ ਗੱਠਜੋੜ ਸਿਰੇ ਨਹੀਂ ਚੜ੍ਹਦਾ, ਚੁਟਾਲਿਆਂ ਦੇ ਪੱਲੇ ਪਹਿਲਾਂ ਹੀ ਕੁਛ ਨਹੀਂ ਰਿਹਾ, ਤੇ ਫਿਰ ਜਾਣਗੇ ਕਿੱਧਰਲੇ ਪਾਸੇ ਨੂੰ ਅਕਾਲੀ? ਜਨ ਨਾਇਕ ਪਾਰਟੀ ਬਣੇਗੀ, ਉਹ ਵੀ ਉਹਨਾਂ ਦੇ ਟੱਬਰ ਦੀ ਆ। ਚਲੋ ਇੱਦਾਂ ਕਰ ਲੈਂਦੇ। ਦੇਖੋ ਚੱਕਰ, ਪਤਾ ਕੀ, ਮੈਂ ਵਾਰ ਵਾਰ ਕੰਮ ਬਿਆਨ ਦੇ ਰਿਹਾ, ਮੈਨੂੰ ਇਹ ਲੱਗਦਾ ਕਿ ਵੀ ਹੁਣ ਜਿਹੜਾ ਸਮਾਂ ਹੈ ਇਸ ਵਕਤ, ਇਹ ਮਹੀਨੇ 2-2.5 ਬਚੇ ਆ, 2-2.5 ਮਹੀਨਿਆਂ ਦੇ ਵਿੱਚ ਜਿੱਦਾਂ ਉਹ ਪੰਜਾਬੀ ਦੀ ਕਹਾਵਤ ਨਾ, ਕੱਟੀ ਕੱਟਾ ਪਤਾ ਲੱਗ ਜਾਣਾ, ਉਹ ਕੰਮ ਨਿਕਲ ਆਉਣੀ ਗੱਲਬਾਤ ਕਿ ਜਾਂ ਤਾਂ ਇਹ ਜਿਹੜਾ ਗੱਠਜੋੜ ਇੱਦਾਂ ਦਾ ਫੈਵੀਕੋਲ ਵਾਲਾ ਜੋੜ ਲੱਗ ਜੂਗਾ ਵੀ ਛੇਤੀ ਕਿਤੇ ਕਿਤੇ ਜਾਂਦਾ ਨਹੀਂ, ਅਤੇ ਜਾਂ ਫਿਰ 2-2.5 ਮਹੀਨਿਆਂ ਦੇ ਵਿੱਚ ਰਸਤੇ ਅਲੱਗ ਅਲੱਗ ਹੋ ਜਾਣਗੇ। ਪਰ ਇਹ ਮੇਰੇ ਖਿਆਲ ਨਾਲ ਇੱਕ ਮੋੜ ਜ਼ਰੂਰ ਆ ਚੁੱਕਾ ਜਿੱਥੇ ਇੱਕ ਵਾਰ ਸਿਰ ਜੋੜ ਕੇ ਦੋਵਾਂ ਪਾਰਟੀਆਂ ਨੂੰ ਆਪਸ ਨਹੀਂ ਇਕੱਲੇ ਇਕੱਲੇ ਸੋਚਣਾ ਪਊਗਾ ਵੀ ਅਸੀਂ ਹੁਣ ਕਿਸ ਤਰ੍ਹਾਂ ਦੀ ਸਿਆਸਤ ਕਰਨੀ। ਪਰ ਮੈਨੂੰ ਜੋ ਲੱਗਦਾ ਉਹ ਇਹ ਹੈ ਕਿ ਵੀ ਸ਼੍ਰੋਮਣੀ ਅਕਾਲੀ ਦਲ ਹੁਣ ਆਪਣੀ ਸਾਖ ਜਿਹੜੀ ਕਿ ਪਿਛਲੇ 10 ਸਾਲਾਂ 'ਚ ਗੁਆਚੀ ਸੀ, ਅਤੇ ਆ 2-2.5 ਸਾਲਾਂ ਦੇ ਵਿੱਚ ਮਹਾਂ ਕਾਂਗਰਸ ਦੀਆਂ ਨਾਕਾਮੀਆਂ ਕਰਕੇ ਅਗਲਿਆਂ ਨੇ ਪੈਰਾਂ ਸਿਰ ਕੀਤੀ ਹੈ, ਜਾਂ ਆਮ ਆਦਮੀ ਪਾਰਟੀ ਦੇ ਖਿਲਾਰੇ ਕਰਕੇ ਪੈਰਾਂ ਸਿਰ ਕੀਤੀ ਹੈ, ਉਹਨੂੰ ਦੁਬਾਰਾ ਐਡੀ ਛੇਤੀ ਖੋਰਾ ਨਹੀਂ ਲੱਗਣਾ। ਇਹ ਗੱਲ ਤੁਹਾਡੀ ਬਿਲਕੁਲ
ਹੋ ਸਕਦਾ ਕਿ ਪਹਿਲਾਂ ਡੇਰਾ ਮੁਖੀ ਦੇ ਨਾਲ ਇਦਾਂ ਦਾ ਮਾਹੌਲ ਬਣਾਇਆ ਜਾਵੇ ਅਤੇ ਜੇ ਉਹ ਅਕਾਲੀ ਦਲ ਵਾਲੇ ਕਹਿਣ ਕਿ ਭਾਈ ਇੱਦਾਂ ਨਾ ਕਰੋ, ਫਿਰ ਉਹਨਾਂ ਨੂੰ ਕਿਹਾ ਜਾਵੇ ਕਿ ਸੀਟਾਂ ਤਾਂ ਸਾਨੂੰ 23 ਦਿੰਦੇ ਹੋ, ਫਿਰ ਦੱਸੋ ਕਿਵੇਂ ਕਰਦੇ ਹੋ 33, 34, 35 ਤੱਕ ਪਹੁੰਚਦੇ ਹੋ। ਫਿਰ ਇਹ ਵੀ ਹੋ ਸਕਦਾ ਜਿਹੜੀਆਂ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸਮਿਤੀ ਦੀਆਂ 150 ਸੀਟਾਂ ਪਈਆਂ, ਚੇਅਰਮੈਨੀਆਂ ਉਪ ਚੇਅਰਮੈਨੀਆਂ ਉਹਨਾਂ ਦੇ ਵਿੱਚੋਂ ਪਹਿਲਾਂ 15 ਕੁ ਮਿਲਦੀਆਂ, ਫਿਰ 25, 35, 45 ਕੁਝ ਦਿਓ ਨਾ ਜਿਹਦੇ ਨਾਲ ਕਿ ਸਾਰਾ ਕੰਮ ਚੰਗੀ ਤਰ੍ਹਾਂ ਚੱਲੇ। ਦੇਖੋ ਗੱਲ ਪਤਾ ਕਿ ਇਹ ਨਾ ਜਿੱਦਾਂ ਤੁਸੀਂ ਜਿੱਦਾਂ ਦੀ ਗੱਲ ਕੀਤੀ ਨਾ, ਜਿਹੜੀਆਂ ਪੁਰਾਣੀਆਂ ਹਿੰਦੀ ਫਿਲਮਾਂ ਹੁੰਦੀਆਂ ਸੀ ਅਮਿਤਾਭ ਬੱਚਨ ਉਹਨਾਂ ਦੇ ਟਾਈਮ, ਉਦੋਂ ਮੋਸਟਲੀ ਮਤਲਬ ਇਹੋ ਜਿਹਾ ਵਿੱਚ ਸੀਨ ਹੁੰਦਾ ਸੀ ਅਤੇ ਉਹਨੂੰ ਕਹਿੰਦੇ ਉਹ ਮੁਝੇ ਬਲੈਕਮੇਲ ਕਰ ਰਿਹਾ ਹੈ। ਚਲੋ ਖੈਰ ਇਹ ਗੱਲਾਂ ਸਾਰੀਆਂ ਹਵਾਈ ਨੇ ਜੀ, ਅਜੇ ਜੋ ਜਿਵੇਂ ਹੋਏਗਾ, ਜਿਵੇਂ ਜਿਵੇਂ ਸਿਆਸਤਦਾਨ ਉਹਦੇ 'ਤੇ ਫੈਸਲਾ ਲੈਣਗੇ ਤਿਵੇਂ ਤਿਵੇਂ ਆਪ ਜੀ ਦੀ ਨਜ਼ਰ ਕਰ ਦਿਆਂਗੇ। ਪਰ ਗੱਲਾਂ ਹੋਰ ਵੀ ਵਿਚਾਰਨ ਵਾਲੀਆਂ, ਕੈਪਟਨ ਸਾਹਿਬ ਦਿੱਲੀ ਗਏ ਪਰ ਮੁਲਾਕਾਤ ਰਾਹੁਲ ਗਾਂਧੀ ਸਾਹਿਬ ਨਾਲ ਹੋਈ ਨਹੀਂ, ਕਿਉਂਕਿ ਰਾਹੁਲ ਗਾਂਧੀ ਸਾਹਿਬ ਦੇ ਲਈ ਕਹਿੰਦੇ ਗੱਦੀ ਵਾਲੀ ਕੁਰਸੀ ਸ਼ਿੰਗਾਰੀ ਸੀ। ਜਿਹੜੇ ਵੀ 48, 49, 50, 51, 52 ਜਿੰਨੇ ਵੀ ਐਮ ਪੀ ਨੇ, ਸਾਰਿਆਂ ਨੇ ਬੇਨਤੀ ਕੀਤੀ ਵੀ ਨਹੀਂ ਰਾਹੁਲ ਗਾਂਧੀ ਸਾਹਿਬ ਪ੍ਰਧਾਨ ਤੁਸੀਂ ਰਹਿਣਾ, ਅਤੇ ਉਹਨਾਂ ਨੇ ਲੱਤ ਮਾਰੀ ਕੁਰਸੀ ਨੂੰ, ਕਹਿੰਦੇ ਤਿੱਤਰ ਹੋ ਜਾਓ, ਮੈਂ ਬੰਦਿਆਂ ਨੂੰ ਸਮਝਾਇਆ ਨਾ ਵੀ ਮੈਂ ਹੁਣ ਪ੍ਰਧਾਨ ਨਹੀਂ ਬਣਨਾ। ਉੱਧਰ ਪ੍ਰਧਾਨ ਨਹੀਂ ਲੱਭ ਰਿਹਾ, ਇੱਧਰੋਂ ਕੈਪਟਨ ਸਾਹਿਬ ਗਏ ਨੇ ਵੀ ਕੋਈ ਸਾਡਾ ਸੋਚੋ, ਸਿੱਧੂ ਸਾਹਿਬ ਦੀ ਪਲੇਟ ਵੀ ਲਾ ਲਈ, ਪਹਿਲਾਂ ਇੱਕ ਮੰਤਰੀ ਵਾਲੀ ਸੀ ਦੂਜੇ ਨਾਂ ਵਾਲੀ ਵੀ ਲਾ ਲਈ, ਇਹ ਕਹਾਣੀ ਹੁਣ ਕਿੱਧਰ ਨੂੰ ਜਾਊਗੀ? ਦੇਖੋ ਸੰਧਾਲੀਆ ਸਾਹਿਬ, ਜਿੱਥੋਂ ਤੱਕ ਰਾਹੁਲ ਗਾਂਧੀ ਹੋਰਾਂ ਦੀ ਗੱਲ ਹੈ, ਕੱਲ੍ਹ ਉਹਨਾਂ ਦੇ ਘਰ ਦੇ ਮੂਹਰੇ ਮੁਜ਼ਾਹਰਾ ਕੀਤਾ ਕਾਂਗਰਸੀਆਂ ਨੇ, ਇਸ ਕਰਕੇ ਨੇ ਕਿ ਤੂੰ ਅਸਤੀਫਾ ਦੇ, ਇਸ ਕਰਕੇ ਅਸਤੀਫਾ ਵਾਪਸ ਲੈ, ਉਹ ਕਹਿੰਦੇ ਮੈਂ ਲੈਣਾ। ਉਹ ਤੋਂ ਬਾਅਦ 51 ਮੈਂਬਰ ਪਾਰਲੀਮੈਂਟ ਜਿਹੜੇ ਹੁਣ ਤੱਤੇ ਜਿੱਤੇ ਆ, ਉਹ ਇਕੱਠੇ ਹੋ ਕੇ ਗਏ। ਰਾਹੁਲ ਗਾਂਧੀ ਸਾਹਿਬ ਕਹਿੰਦੇ ਤੁਸੀਂ ਆਏ ਹੋ, ਚਾਹ ਪੀਓ, ਬਿਸਕੁਟ ਭਾਵੇਂ ਡਬੋ ਕੇ ਖਾਓ ਭਾਵੇਂ ਸਿੱਧਾ ਖਾਓ, ਕੋਈ ਇਤਰਾਜ਼ ਨਹੀਂ, ਪਰ ਮੈਂ ਅਸਤੀਫਾ ਵਾਪਸ ਨਹੀਂ ਲੈਣਾ, ਬੰਦਾ ਨਵਾਂ ਲੱਭੋ। ਚਲੋ ਸਿੱਧੀ ਕਰਤੀ ਉਹਨਾਂ ਨੇ ਗੱਲ। ਅਸਲ ਦੇ ਵਿੱਚ ਰਾਹੁਲ ਗਾਂਧੀ ਦੀ ਸਮੱਸਿਆ ਕੁਝ ਹੋਰ ਹੈ। ਰਾਹੁਲ ਗਾਂਧੀ ਹੋਰਾਂ ਦੇ ਹਾਲਤ ਉਸ ਕਰਿਆਨੇ ਵਾਲੇ ਦੁਕਾਨ ਦੇ ਮਾਲਕ ਵਾਲੀ ਹੈ ਜਿਹੜਾ ਨਵੀਂ ਦੁਕਾਨ ਖੋਲ੍ਹਦਾ ਅਤੇ ਦੁਕਾਨ ਖੋਲ੍ਹ ਕੇ ਕਦੇ ਟੋਫੀਆਂ ਵਾਲਾ ਡੱਬਾ ਮੂਹਰੇ ਰੱਖਦਾ ਕਿ ਭਾਈ ਸ਼ਾਇਦ ਇਹਨੂੰ ਦੇਖ ਕੇ ਨਿਆਣੇ ਖਾਣ ਆਉਣਗੇ, ਕਦੇ ਉਹ ਦਾਲ ਵਾਲਾ ਡੱਬਾ ਮੂਹਰੇ ਰੱਖਦਾ ਕਿ ਸ਼ਾਇਦ ਕੋਈ ਸੁਹਾਣੀ ਜਿਹੜੀ ਆ ਦਾਲ ਖਰੀਦਣ ਆਜੂ, ਕਦੇ ਗੰਢੇ ਵਾਲੀ ਬੋਰੀ ਬਾਹਰ ਰੱਖਦਾ ਕਿ ਆ ਦੇਖੋ ਕਿੰਨੇ ਵਧੀਆ ਗੰਢੇ ਨੇ, ਵੇਖਦਾ ਫਿਰ ਵੀ ਕੁਛ ਨਹੀਂ ਅਤੇ ਬਾਅਦ ਵਿੱਚ ਕਹਿੰਦਾ ਚਲੋ ਛੱਡੋ ਪਰਾਂ ਲਾਓ ਸ਼ਟਰ ਪੈਂਚਰਾਂ ਦੀ ਦੁਕਾਨ ਲਾਉਂਦੇ ਆ। ਹੁਣ ਉੱਦਾਂ ਦੀ ਹਾਲਾਤ, ਉਹ ਕਹਿੰਦੇ ਇੱਕ ਪਹਿਲਾਂ ਮਾਤਾ ਜੀ ਪ੍ਰਧਾਨ ਹੁੰਦੇ ਸੀ, ਕੰਮ ਤਾਂ ਵੀ ਮੈਂ ਕਰਦਾ ਸੀ, ਕਿੰਨੀਆਂ ਚੋਣਾਂ ਲੜੀਆਂ ਹਾਰਦੇ ਰਹੇ ਹਾਂ, ਉਹਦੇ ਤੋਂ ਬਾਅਦ ਹੁਣ ਮੈਂ ਆਪ ਪ੍ਰਧਾਨ ਬਣ ਕੇ ਦੇਖ ਲਿਆ, ਭੈਣ ਪ੍ਰਿਯੰਕਾ ਗਾਂਧੀ ਨੂੰ ਵੀ ਨਾਲ ਲਿਆ ਕੇ ਦੇਖ ਲਿਆ, ਚੋਣਾਂ ਫਿਰ ਹਾਰ ਗਏ, ਹੁਣ ਚਲੋ ਕੋਈ ਕਾਰੋਬਾਰ ਕਰ ਲੈਂਦੇ ਹਾਂ, ਆਪਾਂ ਛੱਡਦੇ ਹਾਂ ਹਾਲ ਦੀ ਘੜੀ, ਕੋਈ ਹੋਰ ਦੁਕਾਨ ਦੇਖਦੇ ਹਾਂ। ਇਸ ਕਰਕੇ ਰਾਹੁਲ ਗਾਂਧੀ ਮੰਨ ਤਾਂ ਜਾਣਗੇ, ਹੁਣ ਨਹੀਂ 6 ਮਹੀਨਿਆਂ ਨੂੰ ਮੰਨ ਜਾਣਗੇ, ਪਰ ਆਰਜ਼ੀ ਤੌਰ 'ਤੇ ਉਹ ਕਿਸੇ ਹੋਰ ਨੂੰ ਦੇ ਕੇ ਦੇਖਣਗੇ, ਜਿਹਦੇ ਨਾਲ ਕਿ ਕਈ ਕਾਂਗਰਸ ਜਿਹੜੇ ਅੰਦਰ ਖਾਤੇ ਭੁੜਕਦੇ ਫਿਰਦੇ ਸੀ ਉਹਨਾਂ ਦਾ ਗੋਲਾ ਟਿਕਾਣਾ ਆ ਜਾਵੇ। ਦੂਸਰੀ ਨਵਜੋਤ ਸਿੱਧੂ ਦੀ ਗੱਲ, ਕੱਲ੍ਹ ਸਵੇਰੇ ਪਤਾ ਕੀ ਹੋਇਆ, ਜਦੋਂ ਆਪਾਂ ਫੋਕਸ ਕਰਕੇ ਹਟੇ ਹਾਂ, 2 ਘੰਟੇ ਬਾਅਦ ਖਬਰ ਆਈ ਜੀ ਨਵਜੋਤ ਸਿੰਘ ਸਿੱਧੂ ਦਾ ਪੰਜਾਬ ਸੈਕਟਰੀਏਟ ਦੇ ਵਿੱਚ ਜਿਹੜਾ ਦਫ਼ਤਰ ਹੈ ਉਹਦੇ ਬਾਹਰੋਂ ਉਹਨਾਂ ਦੇ ਨਾਂ ਦੀ ਫੱਟੀ ਲਾਤੀ, ਮੇਖ ਵੀ ਵੱਟ ਲਈ ਕਹਿੰਦੇ, ਨਵੀਂ ਫੱਟੀ ਜਿਹੜੀ ਲਾਈ ਸੀ, ਨਹੀਂ 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 ਪੁਰਾਣੀ ਦੀ ਅਜੇ ਗੱਲ ਕਰਦੇ ਹਾਂ, ਨਹੀਂ ਨਵੀਂ ਵੀ ਲੱਥੀ ਕਹਿੰਦੇ, ਨਵੀਂ ਦੀ ਮੈਂ ਗੱਲ ਦੱਸਣ ਲੱਗਿਆ ਨਾ, ਜਦੋਂ ਪੁਰਾਣੀ ਪਹਿਲਾਂ ਲਾਤੀ ਕਹਿੰਦਾ ਜੀ ਨਵਜੋਤ ਸਿੰਘ ਸਿੱਧੂ ਦੇ ਦਫ਼ਤਰ ਦੇ ਬਾਹਰੋਂ ਫੱਟੀ ਉਖਾੜਤੀ ਨਾ, ਜਦੋਂ ਇਹਨੂੰ ਹੁਣ ਮੰਤਰੀ ਮੰਡਲ ਦੇ ਵਿੱਚ ਉਖਾੜ ਦੇਣਾ, ਕਪਤਾਨ ਸਾਹਿਬ ਚੱਲਿਆ ਦਿੱਲੀ, 2 ਘੰਟਿਆਂ ਬਾਅਦ ਨਵੀਂ ਲਾਤੀ, ਕਿਉਂਕਿ ਪੁਰਾਣੀ ਫੱਟੀ 'ਤੇ ਲਿਖਿਆ ਸੀ ਨਵਜੋਤ ਸਿੰਘ ਸਿੱਧੂ ਕੈਬਨਿਟ ਮੰਤਰੀ ਪੰਜਾਬ ਸਰਕਾਰ, ਅਤੇ ਨਾਲ ਲਿਖਿਆ ਸੀ ਸਥਾਨਕ ਸਰਕਾਰਾਂ ਸੱਭਿਆਚਾਰ ਅਤੇ ਸੈਰ ਸਪਾਟਾ ਮੰਤਰੀ। ਫਿਰ ਉਹਦੇ ਤੋਂ 2 ਘੰਟੇ ਬਾਅਦ ਨਵੀਂ ਫੱਟੀ ਲੱਗ ਗਈ, ਫੱਟੀ ਮੇਖ ਗੱਡੀ ਫੱਟੀ ਲਾਈ, ਉਹਦੇ ਉੱਤੇ ਲਿਖਿਆ ਸੀ ਨਵਜੋਤ ਸਿੰਘ ਸਿੱਧੂ ਕੈਬਨਿਟ ਮੰਤਰੀ ਪੰਜਾਬ ਸਰਕਾਰ ਬਿਜਲੀ ਅਤੇ ਨਵਿਆਉਣਯੋਗ ਊਰਜਾ ਮੰਤਰੀ, ਜਿਹੜਾ ਨਵਾਂ ਅਹੁਦਾ ਦਿੱਤਾ ਹੈ। ਅਤੇ ਚਲੋ ਉਹ ਫੱਟੀ ਲੱਗ ਗਈ, ਬਾਅਦ 'ਚ ਕਹਿੰਦੇ ਉਹ ਫੱਟੀ ਲਾ ਲਈ ਗਈ, ਹਾਲਾਂਕਿ ਨਵੀਂ ਫੱਟੀ ਲੱਗਣ ਤੋਂ ਭਾਵ ਇਹ ਲਿਆ ਜਾ ਰਿਹਾ ਕਿ ਕਪਤਾਨ ਸਾਹਿਬ ਦੇ ਨਾਲ ਅੱਜ ਸ਼ਾਮ ਤੱਕ ਜਾਂ ਕੱਲ੍ਹ ਸਵੇਰ ਤੱਕ ਰਾਹੁਲ ਗਾਂਧੀ ਦੀ ਮੁਲਾਕਾਤ ਹੋ ਜਾਣੀ ਹੈ, ਕਨਫਰਮ ਹੋ ਗਈ ਗੱਲ, ਇਹ ਤੈਅ ਹੋ ਚੁੱਕੀ ਹੈ। ਅਤੇ ਉਸ ਮੁਲਾਕਾਤ ਤੋਂ ਬਾਅਦ ਉਮੀਦ ਕੀਤੀ ਜਾ ਰਹੀ ਹੈ ਕਿ ਨਵਜੋਤ ਸਿੰਘ ਸਿੱਧੂ ਹੋਰੀ ਜਿਹੜੇ ਹੈ ਉਹ ਮੰਤਰੀ ਦਾ ਅਹੁਦਾ ਸਾਂਭ ਲੈਣਗੇ, 15-25 ਦਿਨਾਂ ਦੇ ਬਾਅਦ ਉਹਨਾਂ ਨੂੰ ਇੱਕ ਹੋਰ ਅਹੁਦਾ ਜਿਹੜਾ ਕਾਂਗਰਸ ਪਾਰਟੀ ਦੇ ਵਿੱਚ ਦੇ ਦਿੱਤਾ ਜਾਊਗਾ, ਸਭ ਕੁਝ ਠੀਕ ਹੋ ਜੂ। ਪਰ ਕਾਂਗਰਸ ਪਾਰਟੀ 'ਚ ਸਭ ਕੁਝ ਠੀਕ ਨਹੀਂ ਹੈਗਾ, ਉਹਦਾ ਕਾਰਨ ਕੀ ਹੈ, ਕਾਂਗਰਸ ਪਾਰਟੀ ਦਾ ਹਰਿਆਣੇ ਦਾ ਪ੍ਰਧਾਨ ਜਿਹੜਾ ਅਸ਼ੋਕ ਤੰਵਰ, ਉਹਨੂੰ ਲਾਉਣ ਦੇ ਲਈ ਭੁਪਿੰਦਰ ਸਿੰਘ ਹੁੱਡਾ ਨੂੰ ਅੱਜ 14 ਦਿਨ ਹੋਊਗਾ, ਉਹ ਬੰਦਾ ਦਿੱਲੀ ਬੈਠਾ, ਅੱਜ ਉੱਧਰਲੇ ਪਾਸੇ ਵੀ ਯੈਸ ਨੂੰ ਹੋ ਜਾਣੀ ਹੈ। ਉਹਦੇ ਤੋਂ ਬਾਅਦ ਮਹਾਰਾਸ਼ਟਰ ਦੀ ਜਿਹੜੀ ਕਾਂਗਰਸ ਹੈ ਉਹਦੇ ਵਿੱਚ ਰੌਲਾ ਗੌਲਾ ਪਿਆ ਕਿ ਅਸੀਂ ਆਪਣੇ ਬਲਬੂਤੇ ਕੁਝ ਕਰਨ ਜੋਗੇ ਨਹੀਂ, ਦਿੱਲੀ ਵਾਲੀ ਕਾਂਗਰਸ ਦੇ 4-5 ਬੰਦੇ ਅਸਤੀਫਾ ਜਿਹੜਾ ਉਹ ਆਣ ਕੇ ਦੇ ਗਏ ਆ, ਅਤੇ ਜੇ ਇੱਦਾਂ ਦਾ ਨਾ ਪੱਖੀ ਮਾਹੌਲ ਰਿਹਾ ਤਾਂ ਪਤਾ ਨਹੀਂ ਹੁੰਦਾ ਕਿਹੜੀ ਘੁੱਗੀ ਸਿਆਸੀ ਤੌਰ 'ਤੇ ਕਿੱਧਰ ਨੂੰ ਉਡਾਰੀ ਮਾਰ ਜਾਏ। ਪਰ ਵੈਸੇ ਇੱਕ ਗੱਲ ਹੈ, ਤੁਸੀਂ ਦੇਖੋ ਜੇ ਮੰਨ ਲਓ ਹੋਰ 2, 4, 5, 10 ਦਿਨਾਂ ਦੇ ਵਿੱਚ ਉਹੀ ਫੱਟੀ, ਪਹਿਲਾਂ ਇੱਕ ਲਾਈ ਫਿਰ ਦੂਜੀ ਲਾਈ, ਹੁਣ ਜੇ ਤੀਸਰੀ ਫੱਟੀ ਲਿਖੀ ਹੋਈ, ਜਿੱਥੇ ਲਿਖਿਆ ਹੋਇਆ ਸਰਦਾਰ ਨਵਜੋਤ ਸਿੰਘ ਸਿੱਧੂ ਪੰਜਾਬ ਸਰਕਾਰ, ਥੱਲੇ ਹੈ ਡਿਪਟੀ CM ਪੰਜਾਬ, ਆਹ ਵਧੀਆ ਤੁਸੀਂ ਵੈਸੇ ਯਾਰ ਸਵਾਦ ਹੀ ਲੈਣਾ ਤਾਂ ਫਿਰ ਚੰਗੀ ਤਰ੍ਹਾਂ ਲਓ ਨਾ, ਜੇ ਅਖਬਾਰ ਵਾਲਾ ਬੰਦਾ ਹੁਣ ਫੋਟੋ ਲਾ ਕੇ ਕਹਿ ਸਕਦਾ ਤਾਂ ਫਿਰ ਉਹਦੇ 'ਚ ਮਤਲਬ ਤੁਸੀਂ ਜਸਟ ਇਮੈਜਿਨ ਕਰੋ ਵੀ ਉਹ ਫੱਟੀ ਜੇ ਉੱਦਾਂ ਲੱਗੀ ਹੋਈ ਫਿਰ। ਨਹੀਂ ਜੇ ਮੈਂ ਕਲਪਨਾ ਕਰਨੀ ਫਿਰ ਮੈਂ ਡਿਪਟੀ ਵੀ ਮੂਹਰੇ ਕਿਉਂ ਲਿਖੂੰਗਾ,
ਅੱਛਾ ਗੱਲ ਆ ਸਾਹਿਬ ਬਹਾਦਰ ਭਈ ਆਪਣੇ ਸੁਖਬੀਰ ਬਾਦਲ ਸਾਹਿਬ ਦਾ ਇੱਕ ਹੋਰ ਬਿਆਨ ਸੀਗਾ ਜਿਹੜਾ ਉਹ ਮਸਲਾ ਸੀ ਨਾ ਮੇਰੇ ਖਿਆਲ ਇੱਕ ਨੌਜਵਾਨ ਦੇ ਮਰਡਰ 'ਚ ਚਾਰ ਪੁਲਿਸ ਵਾਲਿਆਂ ਨੂੰ ਮਾਫ਼ੀ ਵਾਲਾ ਉਹਦੇ 'ਤੇ ਵੀ ਕੱਲ੍ਹ ਉਹਨਾਂ ਬਿਆਨ ਦਿੱਤਾ ਕਿ ਵੀ ਉਹ ਜਿਹੜੀ ਫਾਈਲ ਸੀਗੀ ਮਾਫ਼ੀ ਵਾਲੀ ਜਦੋਂ ਉਹ ਕਹਿੰਦੇ ਮੈਂ ਗ੍ਰਹਿ ਮੰਤਰੀ ਸੀ ਮੇਰੇ ਕੋਲ ਇੰਚਾਰਜ ਸੀ ਤਾਂ ਮੈਂ ਉਹ ਫਾਈਲ ਕਦੀ ਦੇਖੀ ਨਹੀਂ ਅਤੇ ਜੇ ਕੈਪਟਨ ਸਾਹਿਬ ਇਹ ਸਾਬਤ ਕਰ ਦੇਣ ਵੀ ਹਾਂਜੀ ਮੇਰੀ ਸਰਕਾਰ ਦੇ ਦੌਰਾਨ ਵੀ ਸਾਰਾ ਕੁਛ ਹੋਇਆ ਅਤੇ ਫਿਰ ਮੈਂ ਅਦਾਲਤਾਂ ਦੇ ਰਾਹ ਵੀ ਪੈਣ ਨੂੰ ਤਿਆਰ ਹਾਂ ਪਰ ਦੂਸਰੇ ਪਾਸੇ ਉਹਨੇ ਇਹ ਸਿੱਧਾ ਸਿੱਧਾ ਆਪਣਾ ਸੁਖਪਾਲ ਖਹਿਰਾ ਸਾਹਿਬ ਨੇ ਵੀ ਕਿਹਾ ਸੀ ਨਾ ਵੀ ਆਹ ਦੇਖੋ ਜੀ ਆਹ ਚਿੱਠੀ ਆ ਉਹ ਕਹਿੰਦੇ ਖਹਿਰਾ ਸਾਹਿਬ ਕਿਹੜੀ ਚਿੱਠੀ ਭਰੀ ਵੇਲੇ ਮੈਨੂੰ ਪਤਾ ਪਰ ਜਿਸ ਤਰੀਕੇ ਨਾਲ ਹੁਣ ਉਹਨਾਂ ਨੇ ਉਹ ਦੁਬਾਰਾ ਮਸਲਾ ਚੁੱਕਿਆ ਇਹਦਾ ਮਤਲਬ ਉਹਨਾਂ ਨੂੰ ਕਿਤੇ ਨਾ ਕਿਤੇ ਲੱਗਦਾ ਹੋਊਗਾ ਵੀ ਮਾਫ਼ੀ ਦੇ ਵਿੱਚ ਉਹਨਾਂ ਦਾ ਹੱਥ ਨਹੀਂ ਹੈ ਅਤੇ ਹੁਣ ਵਾਲੀ ਸਰਕਾਰ ਦਾ ਦੇਖੋ ਪਹਿਲੀ ਗੱਲ ਇਹ ਕਿ ਜੋ ਕੁਝ ਹੋਇਆ ਸੀ ਬਹੁਤ ਮਾੜਾ ਹੋਇਆ ਕਿ ਇੱਕ ਨੌਜਵਾਨ ਦਾ ਫਰਜ਼ੀ ਮੁਕਾਬਲੇ 'ਚ ਕਤਲ ਕਰ ਦਿੱਤਾ ਜੋ ਕੁਝ ਪਹਿਲਾਂ ਹੁੰਦਾ ਸੀ ਅਤੇ ਉਹਦੀ ਲੰਬੀ ਚੌੜੀ ਲੜਾਈ ਲੜੀ ਗਈ ਲੜਾਈ ਕਿੰਨੇ ਸਾਲ ਲੜੀ ਅਤੇ ਉਹਦੇ ਤੋਂ ਬਾਅਦ ਚਾਰ ਪੁਲਿਸ ਅਫਸਰ ਜਿਹੜੇ ਆ ਉਹਨਾਂ ਨੂੰ ਉਮਰ ਕੈਦ ਹੋਈ ਸਾਰੀ ਭੁਗਤਣ ਦੇਣੀ ਚਾਹੀਦੀ ਸੀ ਕਿਹੜੀ ਗੱਲ ਕਰਕੇ ਭਾਈ ਉਹਨਾਂ ਨੂੰ ਛੱਡਿਆ ਜਾਵੇ ਪਹਿਲਾਂ ਕਿਉਂ ਮਾਫ਼ੀ ਉਹਨਾਂ ਨੂੰ ਕਿ ਤੁਸੀਂ ਆਪਣੇ ਫਰਜ਼ਾਂ ਦੇ ਵਿੱਚ ਅਣਗਹਿਲੀ ਕੀਤੀ ਕੁਤਾਈ ਕੀਤੀ ਨਹੀਂ ਸੀ ਛੱਡੇ ਜਾਣੇ ਚਾਹੀਦੇ ਚਲੋ ਉਹਨਾਂ ਨੂੰ ਰਾਜਪਾਲ ਸਾਹਿਬ ਨੇ ਮਾਫ਼ ਕੀਤਾ ਮਾਫ਼ ਕਿਵੇਂ ਕਰ ਦਿੱਤਾ ਸਭ ਤੋਂ ਪਹਿਲੀ ਗੱਲ ਸੁਖਜਿੰਦਰ ਸਿੰਘ ਰੰਧਾਵਾ ਸਾਹਮਣੇ ਆਏ ਸੀ ਕੈਬਨਿਟ ਮੰਤਰੀ ਨੇ ਉਹਨਾਂ ਨੇ ਕੁਝ ਕਾਗਜ਼ ਦਿਖਾਏ ਕਹਿੰਦੇ ਆ ਵੇਖੋ ਸਾਡੀ ਤਾਂ ਸਰਕਾਰ ਹੀ 2017 'ਚ ਬਣੀ ਆ ਆ 2016 ਦੀ ਫਾਈਲ ਜਲੀ ਉਹ ਆ ਇਹ ਸਾਡੀ ਸਰਕਾਰ ਦਾ ਕੰਮ ਹੀ ਕੋਈ ਨਹੀਂ ਪਹਿਲੇ ਜਿਹੜੇ ਤੋਰ ਕੇ ਗਏ ਉਹ ਕੰਮ ਨੇਪਰੇ ਚੜਿਆ ਗੇਂਦ ਇਹਨਾਂ ਵਾਲੇ ਪਾਸੇ ਆ ਗਈ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਕਿਉਂਕਿ ਬਹੁਤ ਵੱਡਾ ਇਲਜ਼ਾਮ ਸੀ ਇਹ ਇਸ ਮੁੱਦੇ ਦੇ ਉੱਤੇ ਅਕਾਲੀ ਦਲ ਨੂੰ ਸਵਾਲਾਂ ਦੇ ਜਵਾਬ ਬੜੇ ਦੇਣੇ ਪੈਣੇ ਸੀ ਕੱਲ੍ਹ ਕੁਝ ਪੇਪਰ ਕੋਰ ਕਮੇਟੀ ਦੀ ਮੀਟਿੰਗ ਤੋਂ ਬਾਅਦ ਪ੍ਰੈਸ ਕਾਨਫਰੰਸ ਦੇ ਵਿੱਚ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਸਾਹਮਣੇ ਰੱਖੇ ਉਹ ਕਹਿੰਦੇ ਆ ਵੇਖੋ 2016 ਦੇ ਕਾਗਜ਼ ਆ ਪਰ ਇਹ ਅਸੀਂ ਨਹੀਂ ਸਿਫਾਰਿਸ਼ ਕੀਤੀ ਇਹ ਜਿਹੜੇ ਚਾਰ ਪੁਲਿਸ ਕਰਮਚਾਰੀ ਅਧਿਕਾਰੀ ਸੀ ਉਹਨਾਂ ਦੇ ਪਰਿਵਾਰ ਸਿੱਧੇ ਰਾਜਪਾਲ ਕੋਲ ਗਏ ਆ ਸਿੱਧੇ ਰਾਜਪਾਲ ਕੋਲ ਜਾ ਕੇ ਉਹਨਾਂ ਦੀ ਸਜ਼ਾ ਦੇ ਵਿੱਚ ਮਾਫ਼ੀ ਦੀ ਬੇਨਤੀ ਕੀਤੀ ਹੈ ਉੱਥੋਂ ਗੱਲ ਕੇਂਦਰ ਕੋਲ ਗਈ ਹੈ ਕੇਂਦਰ ਤੋਂ ਇੱਧਰਲੇ ਪਾਸੇ ਨੂੰ ਆਈ ਆ ਉਹ ਕਹਿੰਦੇ ਮੈਂ ਚੈਲੰਜ ਕਰਦਾ ਮੇਰੀ ਜਿਹੜੀ ਸਰਕਾਰ ਸੀ ਜਾਂ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੀ ਸਰਕਾਰ ਮੇਰੇ ਕਿਤੇ ਦਸਖਤ ਦਿਖਾ ਦਿਓ ਮੁੱਖ ਮੰਤਰੀ ਦੇ ਦਸਖਤ ਦਿਖਾ ਦਿਓ ਸਾਡੇ ਕਿਸੇ ਹੋਰ ਵਿਧਾਇਕ ਜਾਂ ਮੰਤਰੀ ਦੇ ਦਸਖਤ ਦਿਖਾ ਦਿਓ ਅਸੀਂ ਜਿਹੜੀ ਮਰਜ਼ੀ ਸਜ਼ਾ ਭੁਗਤਣ ਤਿਆਰ ਕਹਿੰਦੇ ਕੋਈ ਫਾਈਲ ਸਾਡੇ ਕੋਲ ਨਹੀਂ ਆਈ ਅਧਿਕਾਰੀ ਪੱਧਰ ਤੱਕ ਰਹਿ ਗਈ ਹੋਊਗੀ ਗੱਲ ਵੱਖਰੀ ਹੈ ਸਾਡੇ ਕੋਲ ਕੋਈ ਫਾਈਲ ਨਹੀਂ ਆਈ ਕਹਿੰਦੇ ਮੈਂ ਚੈਲੰਜ ਕਰਦਾ ਸਰਕਾਰ ਕਪਤਾਨ ਸਾਹਿਬ ਦੀ ਹੈ ਅਧਿਕਾਰੀ ਉਹਨਾਂ ਦੇ ਕੋਲ ਨੇ ਨਗਲੀਆਂ ਪਿਛਲੀਆਂ ਫਾਈਲਾਂ ਉਹਨਾਂ ਦੇ ਕੋਲ ਹੈ ਸਾਹਮਣੇ ਲਿਆਉਣ ਅਤੇ ਦੂਸਰੀ ਗੱਲ ਕਹਿੰਦੇ ਅਸੀਂ ਅੱਜ ਚੱਲੇ ਰਾਜਪਾਲ ਸਾਹਿਬ ਕੋਲ ਰਾਜਪਾਲ ਸਾਹਿਬ ਨੂੰ ਮਿਲਾਂਗੇ ਉਹਨਾਂ ਨੂੰ ਕਹਾਂਗੇ ਕਿ ਭਾਈ ਜਿਹੜੇ ਚਾਰ ਪੁਲਿਸ ਵਾਲਿਆਂ ਦੀ ਸਜ਼ਾ ਮਾਫ਼ ਕੀਤੀ ਹੈ ਰੱਦ ਕਰੋ ਰਾਜਪਾਲ ਨੇ ਕਹਿੰਦੇ ਮਾਫ਼ ਨਾ ਕੀਤੀ ਅਸੀਂ ਹਾਈਕੋਰਟ ਜਾਵਾਂਗੇ ਹਾਈਕੋਰਟ ਜਾ ਕੇ ਕਹਾਂਗੇ ਕਿ ਭਾਈ ਉਹਨਾਂ ਚਾਰ ਪੁਲਿਸ ਅਧਿਕਾਰੀਆਂ ਦੀ ਸਜ਼ਾ ਜਿਹੜੀ ਉਹ ਰੱਦ ਕਰੋ ਹੁਣ ਸੁਖਬੀਰ ਸਿੰਘ ਬਾਦਲ ਨੇ ਗੇਂਦ ਦੂਜੇ ਪਾਸੇ ਸਿੱਟਤੀ ਹੈ ਵੈਸੇ ਗੱਲ ਬੜੀ ਸਿੱਧੀ ਪੱਧਰੀ ਹੈ ਇੱਕ ਚਿੱਠੀ ਪੰਜਾਬ ਦੀ ਸਰਕਾਰ ਉਹ ਸਾਹਮਣੇ ਲਿਆਵੇ ਜਿਸ ਤੋਂ ਗੱਲ ਸ਼ੁਰੂ ਹੋਈ ਪਰਿਵਾਰ ਨੇ ਲਿਖੀ ਹੈ ਰਾਜਪਾਲ ਸਾਹਿਬ ਨੂੰ ਲਿਖੀ ਹੈ ਰਾਜਪਾਲ ਸਾਹਿਬ ਮੈਨੂੰ ਨਹੀਂ ਲੱਗਦਾ ਕਿ ਸਰਕਾਰ ਦੀ ਸਿਫਾਰਿਸ਼ ਤੋਂ ਬਿਨਾਂ ਸਜ਼ਾ ਮਾਫ਼ ਕਰ ਸਕਦੇ ਆ ਉਹ ਸਜ਼ਾ ਕੇਂਦਰ ਸਰਕਾਰ ਦੀ ਸਿਫਾਰਿਸ਼ ਨਾਲ ਮਾਫ਼ ਹੋਈ ਹੈ ਪੰਜਾਬ ਸਰਕਾਰ ਦੀ ਸਿਫਾਰਿਸ਼ ਨਾਲ ਮਾਫ਼ ਹੋਈ ਹੈ ਅਤੇ ਕਿਹੜੀ ਪੰਜਾਬ ਸਰਕਾਰ ਪਿਛਲੀ ਕਿ ਹੁਣ ਵਾਲੀ ਸਾਰੀਆਂ ਚੀਜ਼ਾਂ ਸਾਹਮਣੇ ਲਿਆਉਣ ਲੋਕਾਂ ਨੂੰ ਦੁਚਿੱਤੀ 'ਚ ਨਾ ਰੱਖਣ ਵੈਸੇ ਇਹ ਵੀ ਗੱਲ ਸੋਚਣ ਵਾਲੀ ਨਾ ਅਜੇ ਆਪਾਂ ਅੱਜ ਹੀ ਗੱਲ ਕੀਤੀ ਸੀ ਵੀ ਇੱਕ ਪਾਸੇ ਕੈਪਟਨ ਸਾਹਿਬ ਇੱਥੋਂ ਤੱਕ ਸਖ਼ਤ ਹੋ ਗਏ ਵੀ ਜਿਹੜਾ ਅਫਸਰ ਲੱਗਦਾ ਵੀ ਇਹੋ ਜਿਹਾ ਕੋਈ ਕੰਮ ਕਰਦਾ ਭਾਵੇਂ ਉਹ ਨਸ਼ੇ ਦੇ ਮਾਮਲੇ 'ਚ ਹੋਵੇ ਉਹਨੂੰ ਆਪਾਂ ਲਾਂਭੇ ਕਰ ਦੇਣਾ ਅਤੇ ਦੂਜੇ ਪਾਸੇ ਇਹੋ ਜਿਹੀ ਗੱਲ ਆਵੇ ਵੀ ਜਦੋਂ ਹਿਊਮਨ ਰਾਈਟਸ ਤੱਕ ਦਾ ਹਨਨ ਹੋਇਆ ਹੋਵੇ ਅਤੇ ਉਸ ਮਾਮਲੇ ਦੇ ਵਿੱਚ ਆਪਾਂ ਮਾਫ਼ੀਆਂ ਵਾਲੇ ਪਾਸੇ ਨੂੰ ਤੁਰ ਪੈਂਦੇ ਫਿਰ ਦੋਹਰੇ ਮਾਪਦੰਡ 'ਚ ਜਦੋਂ ਆਉਂਦੇ ਹੀ ਆ ਦਿਮਾਗ 'ਚ ਇੱਕ ਗੱਲ ਆਪਾਂ ਜ਼ਰੂਰ ਕਰਨੀ ਉਹ ਵੀ ਗੱਲ ਕਰਨੀ ਆ ਵੀ ਇੱਕ ਜਿਹੜਾ ਅਣਖ ਖਾਤਰ ਕਤਲ ਵਾਲਾ ਕੰਮ ਸ਼ੁਰੂ ਹੋ ਗਿਆ ਅੱਜ ਦੀਆਂ ਅਖਬਾਰਾਂ ਵੀ ਭਰੀਆਂ ਪਈਆਂ ਨੇ ਮਾਝੇ ਦੇ ਵਿੱਚ ਫਿਰ ਇੱਕ ਅਣਸੁਖਾਵੀ ਘਟਨਾ ਇਸ ਤਰ੍ਹਾਂ ਦੀ ਵਾਪਰਦੀ ਹੈ ਵੀ ਕੁੜੀ ਨੂੰ ਅਲੱਗ ਤਾਂ ਮਾਰਿਆ ਜਾਂਦਾ ਅਤੇ ਮੁੰਡੇ ਨੂੰ ਉਹਦੇ ਘਰ ਦੇ ਵਿੱਚ ਵੜ ਕੇ ਅਤੇ ਵੱਢਿਆ ਕੱਟਿਆ ਜਾਂਦਾ ਦੋਵਾਂ ਦੀ ਮੌਤ ਹੋ ਜਾਂਦੀ ਹੈ ਇਹ ਕਿੱਧਰ ਨੂੰ ਤੁਰ ਪਏ ਆਪਾਂ ਦੇਖੋ ਜਿਹੜਾ ਉੱਤਰੀ ਭਾਰਤ ਦਾ ਖਿੱਤਾ ਹਰਿਆਣਾ ਵੀ ਸਾਡਾ ਹੀ ਸੀ ਉੱਥੇ ਵੀ ਅਣਖ ਖਾਤਰ ਬੜੇ ਕਤਲ ਹੁੰਦੇ ਆ ਖਾ ਪੰਚਾਇਤਾਂ ਬਹੁਤ ਸਾਰੇ ਫੈਸਲੇ ਦਿੰਦੀਆਂ ਦੇਖੋ ਅਸੀਂ ਇਸ ਗੱਲ ਨੂੰ ਨਹੀਂ ਕਹਿੰਦੇ ਇਸ ਗੱਲ ਦੇ ਉੱਤੇ ਜ਼ੋਰ ਨਹੀਂ ਦਿੰਦੇ ਕਿ ਭਾਈ ਲਵ ਮੈਰਿਜ ਕਰਾਈ ਜਾਵੇ ਪ੍ਰੇਮ ਵਿਆਹ ਕਰਾਏ ਘਰੋਂ ਭੱਜਿਆ ਜਾਵੇ ਜਾਂ ਪਿੰਡਾਂ ਵਾਲੇ ਮੁੰਡੇ ਕੁੜੀਆਂ ਇੱਕ ਦੂਜੇ ਦੇ ਨਾਲ ਜਿਹੜੇ ਆ ਇਸ ਤਰ੍ਹਾਂ ਦੇ ਸੰਬੰਧਾਂ ਦੇ ਵਿੱਚ ਗਲਤਾਨ ਹੋਣ ਅਸੀਂ ਉਸ ਗੱਲ ਦੇ ਵੱਲ ਨਹੀਂ ਆਉਂਦੇ ਪਰ ਸਵਾਲ ਖੜਾ ਨਾ ਕਿ ਕਤਲ ਹੋ ਰਹੇ ਆ ਹੁਣ ਜਦੋਂ ਕਤਲ ਹੁੰਦਾ ਇੱਕ ਘਰ ਦਾ ਮੁੰਡਾ ਗਿਆ ਦੂਸਰੀ ਘਰ ਦੀ ਕੁੜੀ ਗਈ ਕਿੰਨੇ ਬੰਦੇ ਕਿੰਨੇ ਸਾਲ ਹੁਣ ਜੇਲ੍ਹ 'ਚ ਰਹਿਣਗੇ ਅਤੇ ਜਿਹੜੇ ਬੰਦੇ ਜੇਲ੍ਹ 'ਚ ਰਹਿਣਗੇ ਇਕੱਲਾ ਮਸਲਾ ਉਹਨਾਂ ਦਾ ਨਹੀਂ ਉਹਨਾਂ ਦੇ ਪਿੱਛੇ ਕਿੰਨੇ ਪਰਿਵਾਰ ਦੇ ਮੈਂਬਰ ਰੋਟੀ ਲੈ ਕੇ ਜਾਇਆ ਕਰਨਗੇ ਕਦੇ ਥਾਣੇ ਕਦੇ ਕਚਹਿਰੀਆਂ ਕਦੇ ਜੇਲ੍ਹ ਦੇ ਵਿੱਚ ਮੁਲਾਕਾਤਾਂ 'ਚ ਕਿੰਨੀਆਂ ਫੀਸਾਂ ਵਕੀਲਾਂ ਨੂੰ ਕਿੰਨੇ ਖਰਚੇ ਹੋਰ ਅਤੇ ਜਿਹੜੇ ਮੁੰਡੇ ਵਾਲੇ ਦੇ ਮੁੰਡਾ ਮਰ ਗਿਆ ਮੁੰਡਾ ਕਤਲ ਕਰ ਦਿੱਤਾ ਉਹਦੇ ਪਰਿਵਾਰ ਦੇ ਮੈਂਬਰਾਂ ਦੀ ਵੀ ਸਾਰੀ ਉਮਰ ਅਦਾਲਤਾਂ 'ਚ ਨਿਕਲਣੀ ਹੈ ਭਾਈ ਇੱਕ ਅਦਾਲਤ ਦੇ ਵਿੱਚ ਕੰਮ ਨਿਬੜ ਗਿਆ ਦੂਜੇ ਨਿਬੜ ਗਿਆ ਤੀਸਰੇ 'ਚ ਕਿੱਡੀ ਵੱਡੀ ਇਹ ਸਮੱਸਿਆ ਪੈਦਾ ਹੋਊਗੀ ਹੁਣ ਕਿਤੇ ਨਾ ਕਿਤੇ ਸਾਨੂੰ ਸੋਚਣਾ ਵਿਚਾਰਨਾ ਪਊਗਾ ਕਿ ਅਸੀਂ ਮਾਨਸਿਕ ਤੌਰ ਦੇ ਉੱਤੇ ਕਿੱਥੇ ਖਲੋਤੇ ਹਾਂ ਕਿਉਂਕਿ ਜ਼ਮਾਨਾ ਬਦਲ ਰਿਹਾ ਵਿਚਾਰ ਬਦਲ ਰਿਹਾ ਪੁਰਾਣੀ ਜਿਹੜੀ ਪੀੜ੍ਹੀ ਸਾਡੇ
ਉਹਨਾਂ ਦੇ ਲਈ ਇੱਜ਼ਤ ਦੇ ਮਾਇਨੇ ਕੁਝ ਹੋਰ ਨੇ। ਨਵੀਂ ਪੀੜ੍ਹੀ ਜਿਹੜੀ ਹੈ ਉਹਨਾਂ ਦੇ ਕੱਪੜੇ ਪਾਉਣ ਦੇ ਢੰਗ ਬਦਲ ਗਏ, ਉਹਨਾਂ ਦੀਆਂ ਪੜ੍ਹਾਈਆਂ ਬਦਲ ਗਈਆਂ, ਉਹਨਾਂ ਦੀ ਸੋਚ ਬਦਲ ਗਈ। ਕਿੱਥੇ ਅਸੀਂ ਸਾਰਾ ਪਰਿਵਾਰ ਇੱਕ ਚੌਂਕੇ ਦੇ ਕੋਲ ਬੈਠ ਕੇ ਰੋਟੀ ਖਾਂਦੇ ਸੀ, ਉਹ ਮੋਬਾਈਲ ਦੇ ਵਿੱਚੋਂ ਰੋਟੀ ਭਾਲਦੇ ਆ, ਉਹ ਮੋਬਾਈਲ ਦੇ ਵਿੱਚੋਂ ਹੀ ਖੁਸ਼ੀਆਂ ਭਾਲਦੇ ਆ, ਉਹ ਮੋਬਾਈਲ ਦੇ ਵਿੱਚੋਂ ਹੀ ਸਾਂਝਾ ਭਾਲਦੇ ਆ। ਬੜਾ ਕੁਝ ਬਦਲ ਗਿਆ। ਅੱਗੇ ਤਾਂ ਹੁੰਦਾ ਸੀ ਕਿ ਪਰਿਵਾਰ ਸਾਰੇ ਨੂੰ ਪਤਾ ਹੁੰਦਾ ਸੀ ਕਿ ਮੁੰਡਾ ਕੀ ਕਰਦਾ, ਕੁੜੀ ਕੀ ਕਰਦੀ। ਹੁਣ ਨਹੀਂ ਤੁਹਾਨੂੰ ਪਤਾ ਕਿ ਨਾਲ ਦੇ ਮੰਜੇ ਦੇ ਉੱਤੇ ਪਏ ਰਜਾਈ ਦੇ ਵਿੱਚ ਵੜ ਕੇ ਮੋਬਾਈਲ ਦੇ ਵਿੱਚੋਂ ਕਿੱਥੋਂ ਕਿੱਥੋਂ ਤੱਕ ਸਾਂਝਾ ਜਿਹੜੀਆਂ ਪਕੇਰੀਆਂ ਕਰੀਆਂ ਜਾਂਦੇ ਆ। ਸੋ ਕਿਤੇ ਵਿਚਾਰੀਏ ਨਵੀਂ ਪੀੜ੍ਹੀ ਵੀ ਵਿਚਾਰੇ ਕਿ ਭਾਈ ਜੇ ਪੁਰਾਣੇ ਬਜ਼ੁਰਗ ਸਾਡੇ ਮਾਂ ਬਾਪ ਸਾਨੂੰ ਕਿਤੇ ਨਾ ਕਿਤੇ ਰੋਕਦੇ ਆ ਤਾਂ ਉਹਦੇ ਪਿੱਛੇ ਕਾਰਨ ਕੀ ਹੈ, ਅਤੇ ਦੂਜੇ ਪਾਸੇ ਪੁਰਾਣੇ ਬਜ਼ੁਰਗ ਵੀ ਜਿਹੜੇ ਆ ਉਹ ਥੋੜ੍ਹਾ ਬਹੁਤ ਦੇਖਣ ਕਿ ਭਾਈ ਜ਼ਮਾਨੇ ਦੇ ਨਾਲ ਜੇ ਲੱਤ ਮਿਲਾ ਕੇ ਕਦਮ ਮਿਲਾ ਕੇ ਮੋਢਾ ਜੋੜ ਕੇ ਚੱਲਾਂਗੇ ਤਾਂ ਸ਼ਾਇਦ ਵਿੱਥਾਂ ਥੋੜ੍ਹੀਆਂ ਕੱਟਣ, ਨਹੀਂ ਤਾਂ ਕੰਮ ਬਹੁਤ ਖਰਾਬ ਹੋਈ ਜਾਂਦਾ। ਵੈਸੇ ਬਾਠ ਸਾਹਿਬ, ਜਦੋਂ ਮੇਰਾ ਖਿਆਲ ਪਹਿਲੇ ਸਮੇਂ ਦੀ ਆਪਾਂ ਗੱਲ ਕਰਦੇ ਹਾਂ, ਕਿਸੇ ਵੀ ਦੋ ਪਰਿਵਾਰਾਂ ਦਾ ਰਿਸ਼ਤਾ ਹੋਣਾ ਹੁੰਦਾ ਸੀ ਨਾ, ਤਾਂ ਮਤਲਬ ਕੁਝ ਕੁ ਬੰਦੇ ਹੁੰਦੇ ਸੀ ਜਿਨ੍ਹਾਂ ਨੇ ਰਿਸ਼ਤਾ ਕਰਾਉਣਾ ਹੁੰਦਾ ਸੀ, ਐਂਡ ਉਹਨਾਂ ਦੇ ਕਿਰਾਏ ਹੋਏ ਰਿਸ਼ਤੇ ਲੋਕ ਕਰ ਲੈਂਦੇ ਹੁੰਦੇ ਸੀ। ਕਈ ਵਾਰ ਇਹ ਵੀ ਨਹੀਂ ਹੁੰਦਾ ਸੀ, ਅੱਜ ਕੱਲ੍ਹ ਤਾਂ ਇੱਕ ਪਿੱਛੇ ਫਿਲਮ ਦੇ ਵਿੱਚ ਵੀ ਸੀ ਨਾ, ਉਹ ਜੋਕ ਜਿਹਾ ਕਿ ਵੀ ਹਾਂਜੀ ਦੀਵੇ ਨੂੰ ਫੂਕ ਕਿਵੇਂ ਮਾਰਨੀ ਹੈ, ਉਹ ਤੋਂ ਪਤਾ ਲੱਗਦਾ ਸੀ ਨਾ। ਹੁਣ ਉਹ ਹਿਸਾਬ ਤਾਂ ਜਿਹੜਾ ਇਹ ਮੇਰੇ ਖਿਆਲ ਨਾਲ ਜੇ ਇੰਨੇ ਸਾਲਾਂ ਦੇ ਵਿੱਚ ਬਦਲ ਗਿਆ, ਅਤੇ ਹੁਣ ਜੇ ਆਪਾਂ ਇੱਕ ਪਾਸੇ ਤਾਂ ਆਪਾਂ ਇਹਨਾਂ ਵੀ ਇੱਥੇ ਕੁਛ ਨਹੀਂ, ਅਸੀਂ ਬਾਹਰ ਜਾਣਾ ਜੀ, ਬਾਹਰਲੇ ਮੁਲਕਾਂ ਜਾਣਾ, ਅਤੇ ਜਦੋਂ ਆਪਾਂ ਉੱਥੋਂ ਦਾ ਕਲਚਰ ਦੇਖਦੇ ਹਾਂ, ਲੋਕਾਂ ਦਾ ਰਹਿਣਾ ਸਹਿਣਾ ਦੇਖਦੇ ਹਾਂ, ਜਾਂ ਉਹਨਾਂ ਦੀ ਜੀਵਨ ਜਾਂਚ ਦੇਖਦੇ ਹਾਂ ਵੀ ਉਹਨਾਂ ਦਾ ਆਪਣਾ ਸਾਥੀ ਚੁਣਨ ਦੇ ਲਈ ਕੀ ਵਿਹਾਰ ਆ, ਜਾਂ ਆਪਣੇ ਸਾਥੀ ਦੇ ਲਈ ਉਹ ਕਿੰਨੇ ਲੋਇਲ ਨੇ, ਜਾਂ ਕਿਵੇਂ ਜ਼ਿੰਦਗੀ ਨਿਭਾਉਂਦੇ ਆ। ਅਤੇ ਦੂਜੇ ਪਾਸੇ ਅੱਜ ਵੀ ਆਪਾਂ ਉਹਨਾਂ ਚੀਜ਼ਾਂ ਦੇ ਵਿੱਚ ਘੁੰਮਦੇ ਫਿਰਦੇ, ਇਹ ਸੋਚੀਏ ਨਾ ਵੀ ਜਿਹੜਾ ਕਦਮ ਮੈਂ ਉਠਾਉਣਾ, ਹਾਲਾਂਕਿ ਠੀਕ ਆ ਦੋਵਾਂ ਪਰਿਵਾਰਾਂ ਦੇ ਵਿੱਚੋਂ ਜਿਹਨੂੰ ਵੀ ਗੁੱਸਾ ਆਇਆ, ਜੋ ਵੀ ਉਹਨਾਂ ਨੇ ਕੀਤਾ, ਉਹ ਸਕਦਾ ਘੜੀ ਪਲ ਦਾ ਗੁੱਸਾ ਹੋਵੇ, ਉਹਦੇ ਵਿੱਚ ਜਦੋਂ ਉਹ ਕੰਮ ਹੋ ਗਿਆ ਹੋਵੇ, ਉਸ ਤੋਂ ਬਾਅਦ ਕਿਤੇ ਪਛਤਾਵਾ ਵੀ ਹੁੰਦਾ ਕਈ ਵਾਰਾਂ ਵੀ ਇਹ ਕੰਮ ਨਹੀਂ ਸੀ ਹੋਣਾ ਚਾਹੀਦਾ, ਅਤੇ ਉਹਦੇ ਬਾਰੇ ਜੇ ਪਹਿਲਾਂ ਸੋਚ ਲਿਆ ਜਾਵੇ ਤਾਂ ਜ਼ਿਆਦਾ ਵਧੀਆ ਨੇ। ਨਹੀਂ, ਬਹੁਤ ਜ਼ਰੂਰੀ ਹੈ ਉਹ ਸਾਰੀਆਂ ਚੀਜ਼ਾਂ ਨਾ, ਜੇ ਪਹਿਲਾਂ ਨਹੀਂ ਸੋਚਾਂਗੇ ਤਾਂ ਮੁੜ ਕੇ ਤਾਂ ਫਿਰ ਆਪੋ ਧਾਪੀ ਆ, ਕਿਉਂਕਿ ਘੰਟੇ ਇੱਕ ਦਾ ਗੁੱਸਾ ਜਾਂ 5 ਮਿੰਟਾਂ ਦਾ ਗੁੱਸਾ ਸਾਰੇ ਦੇ ਸਾਰੇ ਪਰਿਵਾਰ ਨੂੰ, ਸਾਰੇ ਦੇ ਸਾਰੇ ਖਾਨਦਾਨ ਨੂੰ ਤਬਾਹ ਕਰਕੇ ਸੁੱਟ ਦਿੰਦਾ। ਹੁਣ ਸਾਨੂੰ ਕਿਤੇ ਨਾ ਕਿਤੇ ਇਹ ਵੀ ਸੋਚਣਾ ਚਾਹੀਦਾ ਕਿ ਭਾਈ ਅਣਖ ਕੇਵਲ ਅਤੇ ਕੇਵਲ ਕਤਲ ਕਰਨ ਦੇ ਨਾਲ ਮਰ ਕੇ, ਪਹਿਲਾਂ ਅਸੀਂ ਕਿਤੇ ਆਪਣੇ ਜੀਵਨ ਦੇ ਵਿੱਚ ਆਪਣੇ ਅੰਦਰ ਝਾਤੀ ਮਾਰੀਏ ਕਿ ਅਸੀਂ ਅਣਖ ਜੋਗੇ ਹੈਗੇ ਹਾਂ, ਅਸੀਂ ਆਪ ਤਾਂ ਨਹੀਂ ਕੋਈ ਇੱਦਾਂ ਦਾ ਕੰਮ ਕਰਦੇ ਜਿਹਦੇ ਕਰਕੇ ਅਣਖ ਸਾਡੇ ਅੰਦਰ ਬਚੀ ਨਾ ਹੋਵੇ, ਕੇਵਲ ਲੋਕਾਂ ਨੂੰ ਵਿਖਾਉਣ ਲਈ ਅਣਖ ਹੋਵੇ। ਸੋ ਸਾਰੀਆਂ ਸਥਿਤੀਆਂ ਦੇ ਉੱਤੇ ਹੁਣ ਥੋੜ੍ਹਾ ਜਿਹਾ ਠੰਡੇ ਜਿਗਰੇ ਦੇ ਨਾਲ ਬੈਠ ਕੇ ਗੱਲਾਂ ਬਾਤਾਂ ਕਰੀਏ। ਸਭ ਤੋਂ ਵੱਡੀ ਗੱਲ, ਪਰਿਵਾਰ ਦੇ ਸਾਰੇ ਮੈਂਬਰਾਂ ਨਾਲ ਜੁੜ ਕੇ ਰਹੋ, ਗੱਲਾਂ ਬਾਤਾਂ ਕਰੋ, ਉਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਉਹੀ ਅੜਬ ਭਾਪੇ ਵਾਲੀ ਗੱਲ ਨਾ ਹੋਵੇ ਕਿ ਭਾਈ ਅਸੀਂ ਗੱਲ ਕਿਸੇ ਦੀ ਸੁਣਨੀ ਨਹੀਂ ਅਤੇ ਹੁਕਮ ਜਿਹੜੇ ਆ ਉਹ ਬਜਾਈ ਜਾਣੇ ਆ। ਮੈਂ ਸੰਧਾਲੀਆ ਸਾਹਿਬ ਹਲਕਾ ਜਿਹਾ ਸੁਨੇਹਾ ਦੇ ਦੇਣਾ, ਕੱਲ੍ਹ ਵੀ ਮੀਂਹ ਪਿਆ, 4 ਕੁ ਦਿਨਾਂ ਦੇ ਬਾਅਦ ਮੀਂਹ ਫਿਰ ਪੈਣਾ, ਬੂਟੇ ਦਾ ਭਾਈ ਇੱਕ ਇੱਕ ਦਾ ਪ੍ਰਬੰਧ ਕਰ ਲਓ, ਐਤਕੀ ਗਾਡੀ ਛੱਡੋ। ਬਿਲਕੁਲ ਸਹੀ, ਬੜਾ ਜ਼ਰੂਰੀ ਹੈ ਜੀ, ਕਿਉਂਕਿ ਜੇ ਆਪਾਂ ਬੂਟੇ ਨਾ ਲਾਵਾਂਗੇ, ਪਾਣੀ ਨਾ ਬਚਾਵਾਂਗੇ, ਤਾਂ ਫਿਰ ਆਪਣਾ ਵੱਟਿਆ ਕੁਛ ਨਹੀਂ ਜਾਣਾ। ਅਤੇ ਇੱਕ ਸੁਨੇਹਾ ਮੈਂ ਵੀ ਦੇ ਦਿਆਂ ਕਿ ਜਿਹੜਾ ਆਪਾਂ ਨੂੰ ਇਹ ਹੁੰਦਾ ਹੈ ਕਿ ਵੀ ਲੋਕ ਕੀ ਕਹਿਣਗੇ, ਬਹੁਤਾ ਕਰਕੇ ਆਪਾਂ ਆਪਣੀ ਜ਼ਿੰਦਗੀ ਇਸੇ ਲਈ ਬਰਬਾਦ ਕਰਦੇ ਹਾਂ। ਅਤੇ ਜੇ ਆਪਾਂ ਨੂੰ ਇਹ ਜ਼ਿਆਦਾ ਲੱਗਦਾ ਵੀ ਲੋਕ ਕੀ ਕਹਿਣਗੇ, ਤਾਂ ਕਿਸੇ ਵੀ ਵੇਲੇ ਅੱਧਾ ਕੁ ਘੰਟਾ ਕਿਸੇ ਵੀ ਉੱਪਰੀ ਜਿਹੀ ਥਾਂ ਦੇ ਉੱਪਰ ਜਾ ਕੇ ਬਹਿ ਕੇ, ਜਿੱਥੇ ਆਪਾਂ ਨੂੰ ਬਹੁਤੇ ਲੋਕ ਨਾ ਜਾਣਦੇ ਹੋਣ, ਕੱਢ ਕੇ ਜ਼ਰੂਰ ਦੇਖੋ ਕਿ ਆਪਣੇ ਵੱਲ ਕੋਈ ਵੇਂਹਦਾ ਹੈਗਾ, ਕਿਸੇ ਨੂੰ ਪਤਾ ਹੈ ਵੀ ਆਪਾਂ ਉੱਥੇ ਬੈਠੇ ਹਾਂ, ਆਪਾਂ ਕੌਣ ਆ ਕੌਣ ਨਹੀਂ, ਆਪਣੀ ਹਸਤੀ ਕੀ ਹੈ, ਫਿਰ ਆਪਾਂ ਨੂੰ ਕਲੀਅਰ ਕੱਟ ਪਤਾ ਲੱਗ ਜੂ ਕਿ ਲੋਕ ਕੁਛ ਕਹਿਣਗੇ ਵੀ ਕਿ ਨਹੀਂ ਕਹਿਣਗੇ। ਵਟਸਐਪ ਚੱਲੀਏ ਫਿਰ ਹੁਣ ਆਪਾਂ, ਜਾਣਾ ਹੀ ਪੈਣਾ ਜੀ, ਬਸ ਆਪਣਾ ਮੂਲ ਪਛਾਣੀਏ ਥੋੜ੍ਹਾ ਜਿਹਾ ਕਿ ਭਾਈ ਅਸੀਂ ਇੱਥੇ ਕੀ ਹਾਂ ਅਤੇ ਸਾਡੀ ਹੈਸੀਅਤ ਕੀ ਹੈ ਅਤੇ ਸਾਨੂੰ ਕਰਨਾ ਕੀ ਚਾਹੀਦਾ। ਬਹੁਤ ਸ਼ੁਕਰੀਆ, ਮਿਹਰਬਾਨੀ। ਇਸ ਦੇ ਨਾਲ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ ਜੀ। ਹੁਣ ਦੇ ਇਜਾਜ਼ਤ, ਗੁਰਪ੍ਰੀਤ ਸੰਧਾਵਾਲੀਆ ਨੂੰ ਦੇਖਦੇ ਰਹਿਣਾ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ।